ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ 12th ਕਲਾਸ ਦੇ ਸਟੂਡੈਂਟਸ ਲਈ ਜਿਹੜੇ ਕਿ ਪਾਰਟ B 12th ਕਲਾਸ ਦੇ ਸਟੂਡੈਂਟਸ ਲਈ ਹਿਸਟਰੀ ਦਾ ਪਾਰਟ B ਲੈ ਕੇ ਆਇਆ ਪਾਰਟ B ਦੇ ਵਿੱਚ ਆਉਣਗੇ ਨੇ ਸਟੂਡੈਂਟਸ ਅਬਦੁੱਲ ਸਮਦ ਖਾਨ ਜਕਰੀਆ ਖਾਨ ਤੋਂ ਲੈ ਕੇ ਦੂਜਾ ਕੱਲੂ ਕਰੇ ਤੱਕ ਜਿਹੜੇ ਕਿ ਤੁਹਾਡੇ 3 ਅੰਕਾਂ ਵਾਲੇ ਤੇ 5 ਅੰਕਾਂ ਵਾਲੇ ਕੁਐਸਚਨ ਆਨਸਰ 3 ਐਂਡ 5 ਮਾਰਕਸ ਵਾਲੇ ਜਿਹੜੇ ਕੁਐਸਚਨ ਆਨਸਰ ਨੇ ਸੋ ਪਾਰਟ A ਦੀ ਆਪਾਂ ਨੇ ਆਲਰੇਡੀ ਵੀਡੀਓ ਅਪਲੋਡ ਕੀਤੀ ਹੋਈ ਹੈ ਅਗਰ ਤੁਸੀਂ ਨਹੀਂ ਵੀਡੀਓ ਵਾਚ ਕੀਤੀ ਤਾਂ 3 ਮਾਰਕਸ ਵਾਲੇ ਤੇ 5 ਮਾਰਕਸ ਵਾਲੇ ਜਿੰਨੇ ਵੀ ਬਣਦੇ ਨੇ ਸਾਰੇ ਕੁਐਸਚਨ ਡਿਸਕਸ ਕਰਾਂਗੇ। ਸੋ ਮੈਂ ਤੁਹਾਨੂੰ ਸਮਝਾ ਕੇ ਜਿਹੜੀ ਕਿ ਯਾਦ ਕਰਵਾਉਂਗੀ ਕਿਉਂਕਿ ਸੁਣ ਕੇ ਸਮਝ ਕੇ ਜਲਦੀ ਯਾਦ ਹੋ ਜਾਂਦੇ ਨੇ। ਹਾਂਜੀ ਫਰਸਟ ਕੁਐਸਚਨ ਹੈ ਤਤ ਖਾਲਸਾ ਦੇ ਬੰਦਾ ਹੀ ਖਾਲਸਾ ਬਾਰੇ ਜਾਣਕਾਰੀ ਦੇਣੀ ਆ। ਤਤ ਖਾਲਸਾ ਦੇ onyai ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਅੰਤਿਮ ਗੁਰੂ ਮੰਨਦੇ ਸੀ ਤੇ ਉਹਨਾਂ ਦੇ ਪਿੱਛੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਦੇ ਤਰ੍ਹਾਂ ਜਿਹੜੇ ਕਿ ਉਹ ਸਮਝਦੇ ਸੀ ਗੁਰੂ ਦੇ ਸਮਾਨ ਸਮਝਦੇ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ। ਤੇ ਤਤਖਾਲਸਾ ਵਾਲੇ ਕਿਸੇ ਵੀ ਤਰੀਕੇ ਦੇ ਚਮਤਕਾਰ ਦਿਖਾਉਣ ਦੇ ਵਿਰੁੱਧ ਸੀ ਮਤਲਬ ਕਿ ਤਤਖਾਲਸਾ ਵਾਲੇ ਕਿਸੇ ਵੀ ਤਰੀਕੇ ਦੇ ਚਮਤਕਾਰ ਨਹੀਂ ਦਿਖਾਉਂਦੇ ਸੀ ਤਤਖਾਲਸਾ ਵਾਲੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਜਿਹੜੀ ਕਿ ਆਪਣਾ ਗੁਰੂ ਮੰਨਦੇ ਸੀ ਤੇ ਤਤਖਾਲਸਾ ਵਾਲੇ ਨੀਲੇ ਕੱਪੜੇ ਪਹੁੰਦੇ ਸੀ ਤੇ ਤਤਖਾਲਸਾ ਵਾਲੇ ਇੱਕ ਦੂਜੇ ਨੂੰ ਜਦੋਂ ਮਿਲਦੇ ਸੀ ਤਾਂ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਕਹਿ ਕੇ ਸੰਬੋਧਿਤ ਕਰਦੇ ਸੀ ਤੇ ਜਿਹੜੇ ਬੰਦੇ ਹੀ ਖਾਲਸਾ ਵਾਲੇ ਨੇ ਇਹ ਬੰਦਾ ਸਿੰਘ ਬਹਾਦਰ ਦੀ ਜਿਹੜੀ ਕਿ ਸੂਰਬੀਰਤਾ ਤੇ ਬਹਾਦਰੀ ਤੋਂ ਸ਼ਹੀਦੀ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੂੰ ਆਪਣਾ ਗੁਰੂ ਮੰਨਣ ਲੱਗ ਪਏ ਤੇ ਬੰਦਾਈ ਖਾਲਸਾ ਵਾਲੇ ਲਾਲ ਰੰਗ ਦੇ ਕੱਪੜੇ ਪਹੁੰਦੇ ਸੀ ਲਾਲ ਰੰਗ ਦੇ ਕੱਪੜੇ ਤੇ ਬੰਦਾਈ ਖਾਲਸਾ ਵਾਲਿਆਂ ਜਿਹੜੇ ਕਿ ਵਾਲਿਆਂ ਦਾ ਫਤਿਹ ਧਰਮ ਤੇ ਫਤਿਹ ਦਰਸ਼ਨ ਜਿਹੜਾ ਕਿ ਨਾਰਾ ਜਾਂ ਜਕਾਰਾ ਸੀ ਤੇ ਬੰਦਾਈ ਖਾਲਸਾ ਵਾਲੇ ਮਾਸ ਖਾਣ ਤੋਂ ਘ੍ਰਿਣਾ ਕਰਦੇ ਸੀ ਸੋ ਇਹ ਸੀ ਇਹਨਾਂ ਦੇ ਵਿੱਚ ਤਤ ਖਾਲਸਾ ਤੇ ਬੰਦਾਈ ਖਾਲਸਾ ਦੇ ਵਿੱਚ ਕੀ ਫਰਕ ਹੈ ਕੀ ਅੰਤਰ ਸੀ ਫਿਰ ਇਹਨਾਂ ਬਾਰੇ ਸਮਝੌਤਾ ਕਿ ਇਹਨਾਂ ਨੇ ਕਰਵਾਇਆ ਸੀ 1721 ਈਸਵੀ ਦੇ ਵਿੱਚ ਭਾਈ ਮਣੀ ਸਿੰਘ ਨੇ ਹਰਮੰਦਰ ਸਾਹਿਬ ਦੇ ਵਿੱਚ ਜਿਹੜੇ ਕਿ ਇਹਨਾਂ ਦਾ ਸਮਝੌਤਾ ਕਰਵਾਇਆ ਤਤ ਖਾਲਸਾ ਦੇ ਬੰਦਾਈ ਖਾਲਸਾ ਦੇ ਵਿੱਚ ਪਰਚੀਆਂ ਦਾ ਰਾਹੀਂ ਦੋਨਾਂ ਦੇ ਪਰਚੇ ਪਾਈਆਂ ਗਈਆਂ ਤੇ ਜਿਸ ਦੀ ਪਰਚੇ ਨਿਕਲਣੀ ਸੀ ਤਾਂ ਦੂਜਾ ਜਿਹੜੀ ਕਿ ਦਾਲਾ ਉਹਦੇ ਵਿੱਚ ਸਮਾਉਣਾ ਸੀ ਤਾਂ ਇਹਦੇ ਵਿੱਚ ਜਿਹੜੀ ਕਿ ਤਤ ਖਾਲਸਾ ਦੀ ਪਰਚੇ ਨਿਕਲੀ ਤਾਂ ਬੰਦਾ ਹੀ ਖਾਲਸਾ ਤਤ ਖਾਲਸਾ ਦੇ ਵਿੱਚ ਸਮਾ ਗਿਆ ਠੀਕ ਹੈ ਭਾਵ ਕਿ ਦੋਨੋਂ ਦਾਲਾ ਜਿਹੜੇ ਵੀ ਇਕੱਠੇ ਹੋ ਗਏ ਤੇ 1721 ਵੀ ਹਜ਼ਾਰ ਖੜਾ ਹਾਂਜੀ ਉਸ ਤੋਂ ਨੈਕਸਟ ਕੁਐਸਚਨ ਹੈ ਇਸ ਚੈਪਟਰ ਦੇ ਵਿੱਚ ਮੋਸਟ ਇੰਪੋਰਟੈਂਟ ਭਾਈ ਮਣੀ ਸਿੰਘ ਦੇ ਸ਼ਹੀਦੀ ਪਾਈ ਮਣੀ ਸਿੰਘ ਜੀ ਕੌਣ ਸੀ ਉਹਨਾਂ ਦੀ ਸ਼ਹੀਦੀ ਇਹਦਾ ਇਤਿਹਾਸ ਤੇ ਕੀ ਪ੍ਰਭਾਵ ਪਿਆ ਜਾਈਏ ਪਾਈ ਮਣੀ ਸਿੰਘ ਦੀ ਸ਼ਹਾਦਤ ਬਾਰੇ ਲਿਖੋ ਪਾਈ ਮਣੀ ਸਿੰਘ ਗ੍ਰੀਸ਼ੀਦੀ ਦੇ ਕੀ ਕਾਰਨ ਸੀ ਕਿਉਂ ਕਿਸੇ ਵੀ ਤਰੀਕੇ ਦਾ ਕੁਸ਼ਨ ਆ ਜੇ ਤਾਂ ਆਪਣੇ ਇਹ ਅਨਸਰ ਕਰਨਾ ਹਾਂ ਜੀ ਪਾਈ ਮਣੀ ਸਿੰਘ ਜਕਰੀਆ ਖਾਨ ਦੇ ਸਮੇਂ ਦੇ ਵਿੱਚ ਜਿਹੜੇ ਕਿ ਸਭ ਤੋਂ ਜਕਰੀਆ ਖਾਨ ਦੇ ਕਾਲ ਦੇ ਵਿੱਚ ਸਭ ਤੋਂ ਮਹੱਤਵਪੂਰਨ ਘਟਨਾ ਸੀ ਪਾਈ ਮਣੀ ਸਿੰਘ ਦੀ ਸ਼ਹੀਦੀ ਪਾਈ ਮਣੀ ਸਿੰਘ ਜੀ ਦੇ ਦਰਬਾਰ ਸੈਮਰ ਅੰਮ੍ਰਿਤਸਰ ਦੇ ਵਿੱਚ ਜਿਹੜੇ ਕਿ ਮੁੱਖ ਗ੍ਰੰਥੀ ਸਨ ਤੇ ਸਿੱਖ ਉਹਨਾਂ ਦਾ ਬਹੁਤ ਇੱਜ਼ਤ ਮਾਨ ਕਰਦੇ ਸੀ ਤੇ ਜਕਰੀਆ ਖਾਨ ਨੇ ਸਿੱਖਾਂ ਉਤੇ ਜਿਹੜੇ ਕਿ ਦਰਬਾਰ ਸਾਹਿਬ ਤੇ ਜਾਣ ਤੇ ਬੰਦੀ ਲਗਾਤੀ ਸੀ ਤਾਂ ਭਾਈ ਮਣੀ ਸਿੰਘ ਨੇ 5000 ਰੁਪਏ ਦੇ ਬਦਲੇ ਦੇ ਵਿੱਚ ਦਿਵਾਲੀ ਦੇ ਮੌਕੇ ਤੇ ਸਿੱਖਾਂ ਨੂੰ ਦਰਬਾਰ ਸਾਹਿਬ ਦੇ ਵਿੱਚ ਇਕੱਠੇ ਹੋਣ ਦੇ ਲਈ ਜਕਰੀਆ ਖਾਨ ਤੋਂ ਪਰਮਿਸ਼ਨ ਲਈ ਭਾਵ ਕਿ ਭਾਈ ਮਣੀ ਸਿੰਘ ਜੀ ਨੇ ਜਕਰੀਆ ਖਾਨ ਨੂੰ ਕਿਹਾ ਕਿ ਉਹਨਾਂ ਨੂੰ ਜਿਹੜੇ ਕਿ ਬਦਲੇ ਦੇ ਵਿੱਚ 5000 ਰੁਪਏ ਦਿੱਤੇ ਜਾਣਗੇ ਅਗਰ ਉਹ ਸਿੱਖਾਂ ਨੂੰ ਹਰਮੰਦਰ ਸਾਹਿਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਦਿਵਾਲੀ ਦੇ ਮੌਕੇ ਤੇ ਇਕੱਠੇ ਹੋਣ ਦਾ ਜਿਹੜੇ ਕਿ ਪਰਮਿਸ਼ਨ ਦੇਣਗੇ ਇਕੱਠੇ ਹੋਣ ਦੀ ਇਜਾਜ਼ਤ ਦੇਣਗੇ ਤਾਂ ਜਕਰੀਆ ਖਾਨ ਨੇ ਜੱਤਾ ਮੰਨ ਲਿਆ ਤੇ ਵੱਡੀ ਗਿਣਤੀ ਦੇ ਵਿੱਚ ਸਿੱਖ ਅੰਮ੍ਰਿਤਸਰ ਦੇ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਪਰ ਦਿਵਾਲੀ ਤੋਂ ਇੱਕ ਦਿਨ ਪਹਿਲਾਂ ਹੀ ਜਕਰੀਆ ਖਾਨ ਨੇ ਆਪਣੀ ਜਿਹੜੀ ਕਿ ਸੈਨਿਕ ਚੌਕੀ ਸੀ ਉਹ ਅੰਮ੍ਰਿਤਸਰ ਦੇ ਕੋਲ ਜਿਹੜੇ ਕਿ ਬਿਠਾਤੀ ਤੇ ਉਹਨਾਂ ਨੇ ਜਕਰੀਆ ਖਾਨ ਨੇ ਜਿਹੜੀ ਕਿ ਅੰਮ੍ਰਿਤਸਰ ਤੇ ਹਮਲਾ ਕਰਤਾ ਜਿਸ ਕਰਕੇ ਸਿੱਖਾਂ ਦੇ ਵਿੱਚ ਭਗਦੜ ਮੱਚ ਗਈ ਤੇ ਦਿਵਾਲੀ ਦਾ ਜਿਹੜਾ ਕਿ ਇਕੱਠ ਨਾ ਹੋ ਸਕੇ ਜਿਹੜਾ ਇਕੱਠ ਹੋਣਾ ਸੀ ਉਹ ਇਕੱਠ ਨਾ ਹੋ ਸਕੇ ਜਕਰੀਆ ਖਾਨ ਨੇ ਹਮਲੇ ਕਰਕੇ ਤੇ ਜਕਰੀਆ ਖਾਨ ਨੇ ਬਾਅਦ ਦੇ ਵਿੱਚ ਫਿਰ ਭਾਈ ਮਣੀ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਉਹਨਾਂ ਤੋਂ 5000 ਰੁਪਏ ਦੀ ਮੰਗ ਕੀਤੀ ਤਾਂ ਜ ਪਾਈ ਮਣੀ ਸਿੰਘ ਜਿਹੜੇ ਕਿ 5000 ਰੁਪਏ ਨਾ ਦੇ ਸਕੇ ਕਿਉਂਕਿ ਸਿੱਖ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਉੱਥੇ ਇਕੱਠ ਨਾ ਹੋ ਸਕਿਆ ਜਿਸ ਕਰਕੇ ਜਿਹੜੇ ਕਿ ਬੰਦੀ ਰਕਮਾ ਨਾ ਚੁਕਾ ਸਕੇ ਇਸ ਦੇ ਵਿੱਚ ਇਸ ਦੇ ਬਦਲੇ ਲਈ ਪਾਈ ਮਣੀ ਸਿੰਘ ਨੂੰ ਜਿਹੜੇ ਕਿ ਜਕਰੀਆ ਖਾਨ ਨੇ ਸਿੱਖ ਧਰਮ ਨੂੰ ਛੱਡ ਕੇ ਇਸਲਾਮ ਧਰਮ ਸਵੀਕਾਰ ਕਰਨ ਲਈ ਕਿਹਾ ਤੇ ਪਾਈ ਮਣੀ ਸਿੰਘ ਜੀ ਨੇ ਇਨਕਾਰ ਕਰਨ ਤੇ 1738ਵੀ ਦੇ ਵਿੱਚ ਲਾਹੌਰ ਵਿਖੇ ਦੋਨੋਂ ਚੀਜ਼ਾਂ ਯਾਦ ਰੱਖਣੇ ਨਾ 1738ਵੀ ਤੇ ਲਾਹੌਰ ਠੀਕ ਹੈ ਲਾਹੌਰ ਦੇ ਵਿੱਚ ਪਾਈ ਮਣੀ ਸਿੰਘ ਨੂੰ ਨਿਸ਼ੇਧ ਕੀਤਾ ਤਾਪਾਈ ਮਣੀ ਸਿੰਘ ਨੂੰ ਜਿਹੜੇ ਕਿ ਬੇਰਹਿਮੀ ਨੇ ਬੇਰਹਿਮੀ ਦੇ ਨਾਲ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਸ਼ਹੀਦੀ ਦੇ ਕਾਰਨ ਸਿੱਖ ਫੜਕੁੱਠੇ ਤੇ ਉਹਨਾਂ ਨੇ ਹੁਣ ਮੁਗਲ ਰਾਜ ਨੂੰ ਜੜ ਤੋਂ ਉਖਾੜਨ ਦਾ ਜਿਹੜੇ ਕਿ ਫੈਸਲਾ ਕਰ ਲਿਆ। ਤੇ ਭਾਈ ਮਣੀ ਸਿੰਘ ਦੀ ਸ਼ਹੀਦੀ ਵੀ ਲਾਹੌਰ ਦੇ ਵਿੱਚ ਹੁੰਦੀ ਆ ਤੇ ਲਾਹੌਰ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵੀ ਲਾਹੌਰ ਦੇ ਵਿੱਚ ਹੁੰਦੀ ਆ ਤੇ ਦਿੱਲੀ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਬੰਦਾ ਸਿੰਘ ਬਹਾਦਰ। ਹਾਂਜੀ ਅੱਗੇ ਭਾਈ ਤਾਰੂ ਸਿੰਘ ਇਹਨਾਂ ਨੂੰ ਵੀ ਰੀਡ ਕਰਨਾ ਇੱਕ ਵਾਰ ਤੇ ਭਾਈ ਤਾਰੂ ਸਿੰਘ ਤੇ ਭਾਈ ਤਾਰਾ ਅ ਤਾਰੂ ਸਿੰਘ ਵਨ ਹਾਂਜੀ ਭਾਈ ਤਾਰੂ ਸਿੰਘ ਵੈਸੇ ਇਹਨਾਂ ਦਾ ਸਭ ਤੋਂ ਮੋਸਟ ਇੰਪੋਰਟੈਂਟ ਭਾਈ ਮਣੀ ਸਿੰਘ ਦੀ شہادت ਤੇ ਆ ਹਾਂਜੀ ਭਾਈ ਤਾਰੂ ਸਿੰਘ ਮਾਝੇ ਦੇ ਇਲਾਕੇ ਦੇ ਪਿੰਡ ਪੋਲਾਂ ਦਾ ਜਿਹੜੇ ਕੀ ਰਹਿਣ ਵਾਲਾ ਸੀ ਤੇ ਉਹ ਖੇਤੀਬਾੜੀ ਦਾ ਧੰਦਾ ਕਰਦਾ ਸੀ ਭਾਈ ਤਾਰੂ ਸਿੰਘ ਜੀ ਤੇ ਭਾਈ ਤਾਰੂ ਸਿੰਘ ਜੀ ਖੇਤੀਬਾੜੀ ਤੋਂ ਜਿਹੜੀ ਵੀ ਆਮਦਨ ਹੁੰਦੀ ਸੀ ਤੇ ਉਹ ਸਿੱਖਾਂ ਦੀ ਹੈਲਪ ਦੇ ਲਈ ਉਹ ਆਮਦਨ ਨੂੰ ਭੇਜਦਾ ਸੀ ਤਾਂ ਸਰਕਾਰ ਦੀ ਨਜ਼ਰਾਂ ਦੇ ਵਿੱਚ ਇੱਕ ਇਹ ਘੋਰ ਅਪਰਾਧ ਸੀ ਵੀ ਜਿਹੜੇ ਕੀ ਭਾਈ ਤਾਰੂ ਸਿੰਘ ਆ ਜਿਹੜੀ ਆਮਦਨ ਹੁੰਦੀ ਉਹ ਸਿੱਖਾਂ ਨੂੰ ਭੇਜ ਰਿਹਾ ਤਾਂ ਜੰਡਿਆਲਾ ਦਾ ਜਿਹੜਾ ਹਰ ਭਗਤ ਨਾਮੀ ਵਿਅਕਤੀ ਸੀ ਹਰ ਭਗਤ ਨਾਮੀ ਵਿਅਕਤੀ ਉਹਨੇ ਜਿਹੜੇ ਕਿ ਭਾਈ ਤਾਰੂ ਸਿੰਘ ਜੀ ਦੀ ਸ਼ਿਕਾਇਤ ਸ਼ਿਕਾਇਤ ਕਰਦੀ ਤੇ ਭਾਈ ਤਾਰੂ ਭਾਈ ਤਾਰੂ ਸਿੰਘ ਜੀ ਨੂੰ ਜਿਹੜੇ ਕਿ ਗ੍ਰਿਫਤਾਰ ਕਰਵਾ ਦਿੱਤਾ ਗਿਆ ਤੇ ਫਿਰ ਗ੍ਰਿਫਤਾਰ ਕਰਕੇ ਭਾਈ ਤਾਰੂ ਸਿੰਘ ਨੂੰ ਲਾਹੌਰ ਦੇ ਵਿੱਚ ਲਿਆਂਦਾ ਗਿਆ ਤਾਂ ਜਕਰੀਆਖਾਨੇ ਭਾਈ ਤਾਰੂ ਸਿੰਘ ਨੂੰ ਵੀ ਸਲਾਮਤ ਮੁਕਸਵਿਕਾਰ ਕਰਨ ਲਈ ਗਿਆ ਤੇ ਕੇਸ ਕਟਵਾਉਣ ਲਈ ਗਿਆ ਤੇ ਇਹਦੇ ਬਦਲੇ ਦੇ ਵਿੱਚ ਉਹਨਾਂ ਨੂੰ ਦੁਨੀਆ ਭਰ ਦੀ ਜਿਹੜੇ ਕਿ ਖੁਸ਼ੀਆਂ ਦੇਣ ਦਾ ਵੀ ਲਾਲਚ ਦਿੱਤਾ ਗਿਆ ਪਰ ਭਾਈ ਤਾਰੂ ਸਿੰਘ ਜੀ ਨੇ ਇਹਨਾਂ ਦੋਹਾਂ ਗੱਲਾਂ ਤੋਂ ਇਨਕਾਰ ਕਰ ਦਿੱਤਾ ਭਾਵੇਂ ਕਿ ਉਹਨਾਂ ਨੇ ਨਾ ਤਾਂ ਜਿਹੜੇ ਕਿ ਸਿੱਖ ਧਰਮ ਨੂੰ ਛੱਡਿਆ ਤੇ ਇਸਲਾਮ ਧਰਮ ਨੂੰ ਨਾ ਕਬੂਲਿਆ ਤੇ ਨਾ ਹੀ ਉਹਨਾਂ ਨੇ ਜਿਹੜੇ ਕਿ ਆਪਣੇ ਕੇਸ ਕਟਵਾਏ ਤਾਂ ਇਸ ਦੇ ਬਦਲੇ ਦੇ ਵਿੱਚ ਜਿਹੜੇ ਕਿ ਜਕਰੀਆ ਖਾਨ ਨੇ ਜਲਾਲਾ ਜਲਾਦਾਂ ਨੂੰ ਜਿਹੜੇ ਕਿ ਭਾਈ ਤਾਰੂ ਸਿੰਘ ਦੀ ਖੋਪੜੀ ਨੂੰ ਉਤਾਰਨ ਦਾ ਦੇਸ਼ ਦਿੱਤਾ ਤਾਂ ਇਸ ਆਦੇਸ਼ ਦੀ ਪਾਲਣਾ ਕਰਦੇ ਹੋਏ ਜਲਾਦਾਂ ਨੇ ਭਾਈ ਤਾਰੂ ਸਿੰਘ ਦੀ ਖੋਪੜੀ ਨੂੰ ਉਤਾਰਨਾ ਸ਼ੁਰੂ ਕਰ ਦਿੱਤਾ ਤਾਂ ਜਦੋਂ ਭਾਈ ਤਾਰੂ ਸਿੰਘ ਦੀ ਖੋਪੜੀ ਉਤਾਰੀ ਜਾ ਰਹੀ ਸੀ ਤਾਂ ਉਹ ਜਪਜੀ ਸਾਹਿਬ ਦਾ ਪਾਠ ਕਰ ਰਹੇ ਸੀ ਤਾਂ ਉਹਨਾਂ ਦਾ ਸਰੀਰ ਜਿਹੜੇ ਕਿ ਲਹੂ ਲਹਾਨ ਹੋ ਗਿਆ ਪਰ ਉਹ ਆਪਣੇ ਸਿੱਦਕ ਤੋਂ ਨਾ ਡੋਲੇ ਭਾਈ ਤਾਰੂ ਸਿੰਘ ਤੇ ਇਸ ਤੋਂ ਬਾਅਦ 22 ਦਿਨਾਂ ਬਾਅਦ 1 ਜੁਲਾਈ 1745 ਈਸਵੀ ਨੂੰ ਭਾਈ ਤਾਰੂ ਸਿੰਘ ਜੀ ਸ਼ਹਾਦਤ ਪ੍ਰਾਪਤ ਕਰਦੇ ਨੇ ਤੇ ਇਸ ਲਸਾਨੀ ਸ਼ਹਾਦਤ ਨੇ ਸਿੱਖਾਂ ਦੇ ਵਿੱਚ ਇੱਕ ਨਵਾਂ ਜੋਸ਼ ਪੈਦਾ ਕੀਤਾ ਤੇ ਇਹ ਵੀ ਇਸ ਵੀ ਯਾਦ ਰੱਖਣੀ ਹੈ ਭਾਈ ਤਾਰੂ ਸਿੰਘ ਦੀ ਸ਼ਹਾਦਤ ਹੁੰਦੀ ਹੈ 1 ਜੁਲਾਈ 1 ਜੁਲਾਈ 1 ਜੁਲਾਈ 1745 1745 ਤਾਰਾ ਸਿੰਘ ਵਾ ਜਿਹੜੇ ਕਿ ਇਹ ਵੀ ਅੰਮ੍ਰਿਤਸਰ ਦੇ ਪਿੰਡ ਵਾਂ ਦਾ ਵਸਨੀਕ ਸੀ ਤੇ ਉਹ ਆਪਣੇ ਸਿੱਖ ਪੰਥ ਦੀ ਸੇਵਾ ਤੇ ਬਹਾਦਰੀ ਦੇ ਕੰਨ ਸਿੱਖਾਂ ਦੇ ਵਿੱਚ ਬਹੁਤ ਜ਼ਿਆਦਾ ਹਰਮਨ ਪਿਆਰਾ ਸੀ। ਇਹਨੂੰ ਵੀ ਇੱਕ ਵਾਰ ਜ਼ਰੂਰ ਰੀਡ ਕਰ ਲੈਣਾ ਤੇ ਬੰਦਾ ਸਿੰਘ ਬਹਾਦਰ ਆਂਦੀਆਂ ਜਿਹੜੇ ਲੜਾਈਆਂ ਦੇ ਵਿੱਚ ਵੱਧ ਛੜ ਕੇ ਹਿੱਸਾ ਪਾਇਆ ਸੀ ਭਾਈ ਤਾਰਾ ਸਿੰਘ ਵਾਂ ਦੇ। ਤੇ ਹੁਣ ਉਹ ਆਪਣੇ ਪਿੰਡ ਦੇ ਵਿੱਚ ਖੇਤੀ ਦਾ ਕੰਮ ਕਰ ਰਿਹਾ ਸੀ ਤੁਹਾਨੂੰ ਸ਼ਹਿਰ ਦਾ ਜਿਹੜਾ ਚੌਧਰੀ ਸਾਹਿਬ ਰਾਏ ਸੀ। ਉਹਨੇ ਸਿੱਖਾਂ ਨੇ ਖੇਤਾਂ ਦੇ ਵਿੱਚ ਆਪਣੇ ਘੋੜੇ ਛੱਡ ਦੰਦਾ ਉਹ। ਤਾਂ ਘੋੜੇ ਜਿਹੜੇ ਕਿ ਫਸਲ ਨੂੰ ਬਰਬਾਦ ਕਰ ਦਿੰਦੇ ਨੇ ਤਾਂ ਜਦੋਂ ਤਾਂ ਜਦੋਂ ਸਿੱਖ ਇਸ ਗਲਤੇ ਇਤਰਾਜ਼ ਕਰਦੇ ਨੇ ਵੀ ਤੂੰ ਜਿਹੜੇ ਕੀ ਚੌਧਰੀ ਦੇ ਵੀ ਕਿਉਂ ਖੇਤਾਂ ਦੇ ਵਿੱਚ ਘੋੜੇ ਛੜਦਾ ਤਾਂ ਅਗੇ ਤੋਂ ਚੌਧਰੀ ਸਾਹਿਬ ਰਾਏ ਕਹਿੰਦਾ ਕਿ ਤੁਸੀਂ ਆਪਣੇ ਖੇਤਾਂ ਵਿੱਚ ਮੇਰੇ ਘੋੜਿਆਂ ਦੇ ਖੁੱਲੇ ਫਿਰਨ ਦੀ ਗੱਲ ਕਰਦੇ ਹੋ ਮੈਂ ਤੁਹਾਨੂੰ ਦੱਸਦਾ ਕਿ ਮੇਰੀ ਕੈਂਚੀ ਤੁਹਾਡੀ ਦਾੜੀਆਂ ਤੇ ਲੰਬੇ ਕੇਸਾਂ ਦੇ ਵਿੱਚ ਫਰੇਗੀ ਤਾਂ ਸਿੱਖ ਫਿਰ ਇਸ ਅਪਮਾਨ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਸੀ ਤਾਂ ਇੱਕ ਦਿਨ ਫਿਰ ਤਾਰਾ ਸਿੰਘ ਵਾਂ ਨੇ ਸਾਹਿਬ ਰਾਏ ਦੀ ਘੋੜੀ ਨੂੰ ਫੜ ਕੇ ਵੇਚਦਾ ਤਾਂ ਉਹਨੇ ਜਿੰਨੇ ਵੀ ਪੈਸਿਆਂ ਦੀ ਘੋੜੀ ਜਿਹੜੀ ਕਿ ਵਿਕੀ ਉਸ ਤੋਂ ਬਾਅਦ ਜਿਹੜੇ ਪੈਸੇ ਸੀ ਉਹ ਸਾਰੇ ਰਾਸ਼ਨ ਦੇ ਹਾਂ ਖਰੀਦ ਕੇ ਲੰਗਰ ਦੀ ਵੀ ਚਲਾਤਾ ਤੇ ਜਦੋਂ ਸਾਹਿਬ ਰਾਮੀ ਇਸ ਗੱਲ ਦਾ ਪਤਾ ਲੱਗਦਾ ਤਾਂ ਉਹਨੇ ਜਕਰੀਆ ਖਾਨ ਤੋਂ ਜਾ ਕੇ ਮਦਦ ਮੰਗੀ ਜਕਰੀਆ ਖਾਨ ਨੇ 2200 ਘੋੜਸਵਾਰ ਸਿੱਖਾਂ ਵਿਰੁੱਧ ਕਾਰਵਾਈ ਕਰਨ ਲਈ ਭੇਜਦਾ ਤੇ ਤਾਰਾ ਸਿੰਘ ਬਾਹ ਤੇ ਉਹਨਾਂ ਦੇ ਸਾਥੀ ਬਾਹੀ ਤਾਂ 22 ਸਾਥੀ ਜਿਹੜੇ ਕਿ ਬੜੀ ਦਲੇਰੀ ਦੇ ਨਾਲ ਜਿਹੜੇ ਕਿ ਦਲੇਰੀ ਦੇ ਨਾਲ ਮੁਗਲਾਂ ਦਾ ਮੁਕਾਬਲਾ ਕਰਦੇ ਹੋਏ ਇਸ ਲੜਾਈ ਦੇ ਵਿੱਚ ਸ਼ਹੀਦੀ ਪ੍ਰਾਪਤ ਕਰ ਲੈਂਦੇ ਨੇ ਤਾਂ ਇਹ ਘਟਨਾ ਫਰਵਰੀ 1726 ਈਸਵੀ ਦੇ ਵਿੱਚ ਵਾਪਰਦੀ ਹੈ ਤੇ ਤਾਰਾ ਸਿੰਘ ਬਾ ਵੀ ਇਸ ਜਿਹੜੇ ਕਿ 22 ਸਾਥੀਆਂ ਦੇ ਵਿੱਚ ਜਿਹੜੇ ਕੀ ਸ਼ਹੀਦ ਹੋ ਜਾਂਦੇ ਨੇ ਮੁਗਲਾਂ ਦੇ ਨਾਲ ਲੜਦੇ ਹੋਏ ਤੇ ਇਹ ਤਾਰਾ ਸਿੰਘ ਵਾਂਦੀ ਸ਼ਹੀਦੀ ਹਾਂਜੀ ਬੁੱਢਾ ਦਲ ਤੇ ਤਰੋਣਾ ਦਲ ਤੇ ਸਟੂਡੈਂਟਸ ਮੈਂ ਦੁਬਾਰਾ ਫਿਰ ਤੋਂ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਜਿਹੜੇ ਆਪਾਂ ਇਹ ਕੁਐਸਚਨ ਕਰ ਰਹੇ ਹਾਂ ਇਹਨਾਂ ਦੇ ਵਿੱਚੋਂ ਹੀ ਤੁਹਾਡੇ 3 ਮਾਰਕਸ ਵਾਲੇ ਵਿਚੋਂ ਹੀ ਤੁਹਾਡੇ 5 ਮਾਰਕਸ ਵਾਲੇ ਬਣਨਗੇ ਓਕੇ ਸੋ ਆਪਾਂ ਇਹ 5 ਮਾਰਕਸ ਵਾਲੇ ਹੀ ਕਰ ਰਹੇ ਤਾਂ ਕਿ ਅਗਰ ਇਹ ਤੁਹਾਨੂੰ 3 ਦੇ ਵਿੱਚ ਆਉਂਦੇ ਨੇ ਤਾਂ ਤੁਸੀਂ ਇਹਨਾਂ ਦੀ ਲੈਂਥ ਘਟਾ ਦੇਣੀ ਆ ਤੇ ਅਗਰ ਇਹ 5 ਦੇ ਵਿੱਚ ਆਉਂਦੇ ਨੇ ਤਾਂ ਬਹੁਤ ਵਧੀਆ ਗੱਲ ਹੈ ਕਿਉਂਕਿ ਜਦੋਂ ਤੁਸੀਂ 3 ਮਾਰਕਸ ਵਾਲੇ ਯਾਦ ਕਰ ਰਹੇ ਹੋ ਫਿਰ 5 ਮਾਰਕਸ ਦੇ ਵਿੱਚ ਲਿਖਣਾ ਔਖਾ ਹੁੰਦਾ ਤੇ ਜਦੋਂ 5 ਮਾਰਕਸ ਵਾਲੇ ਨੇ ਕਿਉਂਕਿ ਵੱਡੇ ਨੂੰ ਛੋਟਾ ਕਰਨਾ ਬਹੁਤ ਈਜ਼ੀ ਹੋ ਜਾਂਦਾ ਛੋਟੇ ਨੂੰ ਵੱਡਾ ਕਰਨਾ ਥੋੜਾ ਔਖਾ ਹੁੰਦਾ ਸੋ ਇਹ ਗੱਲ ਯਾਦ ਰੱਖਣੀ ਆ ਹੁਣ ਆਪਾਂ ਕਰ ਰਹੇ ਹਾਂ ਬੁੱਢਾ ਦਲ ਤੇ ਤਰੂਣਾ ਦਲ ਹਾਂਜੀ 1733 ਈਸਵੀ ਦੇ ਵਿੱਚ ਮੁਗਲਾਂ ਨਾਲ ਸਮਝੌਤਾ ਹੋ ਜਾਂਦਾ ਸਿੱਖਾਂ ਨੂੰ ਆਪਣਾ ਜਿਹੜੇ ਕਿ ਮੌਕਾ ਮਿਲ ਜਾਂਦਾ ਕਿ ਆਪਣੀ ਤਾਕਤ ਨੂੰ ਫਿਰ ਤੋਂ ਸੰਗਠਿਤ ਕਰਨਾ ਤਾਂ ਇਸ ਇਹ ਸਮਝੌਤਾ ਜਿਹੜੇ ਕਿ ਨਵਾਕਪੂਰ ਸਿੰਘ ਨੂੰ ਜਿਹੜੇ ਕਿ ਨਵਾਬ ਦੇ ਉਪਾਦੀਵਾ ਦਿੱਤੀ ਜਾਂਦੀ ਹੈ ਜਦੋਂ ਜਿਹੜੇ ਕਿ ਜਕਰੀਆ ਖਾ ਸਿੱਖਾਂ ਨਾਲ ਸਮਝੌਤਾ ਕਰ ਲੈਂਦਾ ਤਾਂ ਤੇ ਇਸ ਸਮਝੋਤੇ ਦੇ ਨਾਲ ਜਦੋਂ ਸਮਝੌਤਾ ਹੋ ਜਾਂਦਾ ਦੋਨਾਂ ਧਿਰਾਂ ਦੇ ਵਿੱਚ ਤਨਵਕਪੂਰ ਸਿੰਘ ਨੇ ਸਿੱਖਾਂ ਨੂੰ ਸੁਨੇਹਾ ਭੇਜਦੇ ਨੇ ਕਿ ਉਹ ਜੰਗਲਾਂ ਤੇ ਪਹਾੜਾਂ ਨੂੰ ਛੱਡ ਕੇ ਆਪਣੇ ਘਰਾਂ ਦੇ ਵਿੱਚ ਵਾਪਸ ਆ ਜਾਣ ਤਾਂ ਪਿਛਲੇ 2 ਦਹਾਕਿਆਂ ਤੋਂ ਮੁਗਲਾਂ ਤੇ ਸਿੱਖਾਂ ਵਿੱਚਕਾਰ ਜਿਹੜੇ ਚੱਲਿਆ ਆ ਰਿਹਾ ਸੰਘਰਸ਼ ਸੀ ਉਹ ਕੁਝ ਸਮੇਂ ਦੇ ਲਈ ਸਾਹ ਮਿਲ ਜਾਂਦਾ ਨੂੰ ਭਾਵ ਕਿ ਕੁਝ ਸਮੇਂ ਦੇ ਲਈ ਉਹ ਜਿਹੜੇ ਕਿ ਲੜਾਈ ਝਗੜੇ ਹੋ ਰਹੇ ਨੇ ਉਹ ਬੰਦ ਹੋ ਜਾਂਦੇ ਤਾਂ 1734 ਈਸਵੀ ਦੇ ਵਿੱਚ ਨਵਾਬ ਕਪੂਰ ਸਿੰਘ ਨੇ ਤੁਸੀਂ ਇੱਥੋਂ ਵੀ ਸਿੱਧਾ ਯਾਰ ਕਰ ਸਕਦੇ ਹੋ 1734 ਈਸਵੀ ਵਿੱਚ ਨਵਾਬ ਕਪੂਰ ਸਿੰਘ ਨੇ ਸਿੱਖਾਂ ਦੀ ਸ਼ਕਤੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਦੇ ਨਾਲ ਦੋ ਜਥੇਆਂ ਦੇ ਵਿੱਚ ਸੰਗਠਿਤ ਕਰ ਲਿਆ ਸਿੱਖ ਹਣੋ ਇੱਕ ਬੁੱਢਾ ਦਲ ਤੇ ਦੂਜਾ ਤਰੂਣਾ ਦਲ ਬੁੱਢਾ ਦਲ ਦੇ ਵਿੱਚ 40 ਸਾਲ ਤੋਂ ਵੱਡੇ ਰੀ ਉਮਰ ਦੇ ਸਿੱਖ ਸ਼ਾਮਲ ਸੀ ਤੇ ਇਸ ਤੋਂ ਜਿਹੜੇ ਘੱਟ ਉਮਰ ਦੇ ਸਨ ਉਹ ਸੀ ਤਰੂਣਾ ਦਲ ਦੇ ਵਿੱਚ ਮਤਲਬ ਕਿ 40 ਸਾਲ ਤੋਂ ਵੱਧ ਉਮਰ ਵਾਲੇ ਜਿਹੜੇ ਕਿ ਬੁੱਢਾ ਦਲ ਦੇ ਵਿੱਚ ਸੀ ਜਿਹੜੇ 40 ਸਾਲ ਤੋਂ ਘੱਟ ਉਮਰ ਦੇ ਹੁੰਦੇ ਸੀ ਉਹ ਤਰੂਣਾ ਦਲ ਦੇ ਵਿੱਚ ਸੀ ਤਰੂਣਾ ਦਲ ਭਾਵ ਕਿ ਨੌਜਵਾਨਾਂ ਦਾ ਦਲ ਸੀ ਤੇ ਤਰੂਣਾ ਦਲ ਨੂੰ ਅੱਗੇ ਹੋਰ ਪੰਜ ਜਥਿਆਂ ਵਿੱਚ ਵੰਡਿਆ ਗਿਆ ਸੀ ਹਰੇਕ ਜਥੇ ਦਾ ਆਪਣਾ ਆਪਣਾ ਨੇਤਾ ਆਪਣਾ ਆਪਣਾ ਝੰਡਾ ਹੁੰਦਾ ਸੀ ਤੇ ਹਰੇਕ ਜਥੇ ਦੇ ਵਿੱਚ 1300 ਤੋਂ ਲੈ ਕੇ 2000 ਤੱਕ ਸਿੱਖ ਹੁੰਦੇ ਸੀ ਤੇ ਬੁੱਢਾ ਦਲ ਦਾ ਕੰਮ ਕੀ ਸੀ ਧਾਰਮਿਕ ਸਥਾਨਾਂ ਦੀ ਦੇਖਪਾਲ ਕਰਨਾ ਤੇ ਤਰੂਣਾ ਦਲ ਦਾ ਕੰਮ ਸੀ ਦੁਸ਼ਮਣਾਂ ਦਾ ਮੁਕਾਬਲਾ ਕਰਨਾ ਤੇ ਤੇ ਤਰੂਣਾ ਦਲ ਦੇ ਵਿੱਚ ਕਿਹੜੇ-ਕਿਹੜੇ ਸੀ ਦੀਪ ਸਿੰਘ ਕਰਮ ਸਿੰਘ ਕਾਹਨ ਸਿੰਘ ਦਸੌਂਦਾ ਸਿੰਘ ਵੀਰੂ ਸਿੰਘ ਤੇ ਬੁੱਢਾ ਦਲ ਦੇ ਵਿੱਚ ਨਵਕਪੂਰ ਸਿੰਘ ਸ਼ਾਮ ਸਿੰਘ ਗੁਰਵਖਤ ਸਿੰਘ ਤੇ ਜਿਹੜੇ 1733ਵੀ ਦੇ ਵਿੱਚ ਇਹ ਜਕਰੀਆ ਖਾਨ ਸਿੱਖਾਂ ਨੂੰ ਜਿਹੜੀ ਜ਼ਗੀਰ ਦਿੰਦਾ ਤਾਂ 1735 ਦੇ ਵਿੱਚ ਉਹ ਜ਼ਗੀਰ ਜ਼ਬਤ ਵੀ ਕਰ ਲੈਂਦਾ ਨੈਕਸਟ ਕੁਐਸਚਨ ਹੈਗਾ ਪਹਿਲਾ ਕਲੂ ਕਾਰਾ ਜਾਂ ਛੋਟਾ ਕਲੂ ਕਾਰਾ 1746ਵੀਂ ਦੇ ਵਿੱਚ ਹਾਂਜੀ ਸਿੱਖਾਂ ਦਾ ਮਲਿਆ ਮੇਟ ਭਾਵ ਕੀ ਸਿੱਖਾਂ ਨੂੰ ਖਤਮ ਕਰਨ ਦੇ ਉਦੇਸ਼ ਦੇ ਲਈ ਜਾਇਆ ਖਾਂ ਤੇ ਲਖਪਤਰਾਇ ਨੇ ਇੱਕ ਵੱਡੀ ਸੈਨਾ ਤਿਆਰ ਕਰਦੇ ਨੇ ਉਹ ਤਾਂ ਵੱਡੀ ਸੈਨਾ ਤਿਆਰ ਕਰਕੇ 15000 ਸਿੱਖਾਂ ਨੂੰ ਅਚਾਨਕ ਘੇਰਾ ਪਾ ਲੈਂਦੇ ਨੇ ਕਾਨੂੰਗਾਂ ਦੇ ਵਿੱਚ ਮਤਲਬ ਕਿ 15000 ਸਿੱਖ ਕਾਨੂੰਗਾਂ ਦੇ ਵਿੱਚ ਸੀ ਤਾਂ ਉੱਥੇ ਸਿੱਖਾਂ ਤੇ ਅਚਾਨਕ ਹਮਲਾ ਕਰ ਦਿੰਦੇ ਨੇ ਜਾਇਆ ਖਾਂ ਤੇ ਲਖਪਤਰਾਇ ਤਾ ਸਿੱਖੋ ਉਥੋਂ ਬਚ ਕੇ ਫਿਰ ਅੱਗੇ ਜਾਣਾ ਚਾਹੁੰਦੇ ਨੇ ਬਸੌਲੀ ਦੀਆਂ ਪਹਾੜੀਆਂ ਵੱਲ ਚਲੇ ਜਾਂਦੇ ਨੇ ਤਾਂ ਮੁਗਲ ਸੈਨਾ ਫਿਰ ਉਹਨਾਂ ਦਾ ਤੇਜ਼ੀ ਦੇ ਨਾਲ ਪਿੱਛਾ ਕਰਕੇ ਉੱਥੇ ਪਹੁੰਚ ਜਾਂਦੀ ਆ ਤਾਂ ਸਿੱਖ ਇੱਥੇ ਸਿੱਖ ਬਹੁਤ ਵੱਡੀ ਮੁਸ਼ਕਲ ਦੇ ਵਿੱਚ ਫਸ ਜਾਂਦੇ ਨੇ ਕਿਉਂਕਿ ਇੱਕ ਪਾਸੇ ਤਾਂ ਉਹਨਾਂ ਦੇ ਸਾਹਮਣੇ ਪਹਾੜੀਆਂ ਸੀ ਦੂਜੇ ਪਾਸੇ ਰਾਵੀ ਦਰਿਆ ਦੇ ਵਿੱਚ ਹੜਾ ਆਇਆ ਹੋਇਆ ਸੀ ਤੇ ਪਿਛਲੇ ਪਾਸੇ ਕੌਣ ਉਹਨਾਂ ਦਾ ਮੁਕਾਬਲਾ ਪਿਛੇ ਕਰ ਰਿਹਾ ਸੀ ਮੁਗਲ ਫੌਜ ਮਤਲਬ ਕਿ ਅੱਗੇ ਪਹਾੜੀਆਂ ਸੀ ਇੱਕ ਸਾਈਡ ਤੇ ਦਰਿਆ ਦੇ ਵਿੱਚ ਹੜਾ ਆਇਆ ਸੀ ਤੇ ਪਿੱਛੇ ਸੀ ਉਹਨਾਂ ਦੇ ਜਿਹੜੀ ਕਿ ਮੁਗਲ ਸੈਨਾ ਤਾਂ ਸਿੱਖਾਂ ਕੋਲ ਰਸਦ ਵੀ ਬਿਲਕੁਲ ਨਹੀਂ ਸੀ ਤਾ ਚਾਰੇ ਦੀ ਘਾਟ ਹੋਣ ਕਰਕੇ ਘੋੜੇ ਹੁੰਦਾ ਵੀ ਭੁੱਖ ਦੇ ਨਾਲ ਬੁਰਾ ਹਾਲ ਹੋ ਰਿਹਾ ਸੀ ਤਾਂ ਫਿਰ ਜਦੋਂ ਸਿੱਖਾਂ ਤੇ ਹਮਲਾ ਹੋ ਜਾਂਦਾ ਤਾਂ ਇਸ ਹਮਲੇ ਦੇ ਵਿੱਚ 7000 ਸਿੱਖ ਸ਼ਹੀਦ ਹੋ ਜਾਂਦੇ ਨੇ ਕਾਨੂਵਾਨ ਗੁਰਦਾਸਪੁਰ ਦੇ ਨੇੜੇ ਨਾਲੇ ਠੀਕ ਹੈ 7000 ਸਿੱਖ ਸ਼ਹੀਦ ਹੋ ਜਾਂਦੇ ਨੇ ਤਾਂ 3000 ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਪਹਿਲੀ ਵਾਰੀ ਸਿੱਖਾਂ ਨੂੰ ਜਿਹੜੇ ਕਿ ਇੰਨਾ ਜਾਨੀ ਨੁਕਸਾਨ ਹੁੰਦਾ ਜਿਸ ਕਰਕੇ ਇਹ ਘਟਨਾ ਸਿੱਖ ਇਤਿਹਾਸ ਦੇ ਵਿੱਚ ਕੀ ਕਹਿਲਾਉਂਦੀ ਹੁੰਦੀ ਹੈ ਛੋਟਾ ਕੱਲੂ ਕਾਰਾ ਜਾਂ ਪਹਿਲਾ ਕੱਲੂ ਕਾਰਾ ਤੇ ਇਹ ਇਹ ਜਿਹੜੇ ਇਸ 3000 ਸਿੱਖਾਂ ਨੂੰ ਗ੍ਰਿਫਤਾਰ ਕਰਕੇ ਲਿਆਂਦਾ ਜਾਂਦਾ ਬਾਅਦ ਵਿੱਚ ਉਹਨਾਂ ਨੂੰ ਲਾਹੌਰ ਦੇ ਵਿੱਚ ਸ਼ਹੀਦ ਕਰ ਦਿੱਤਾ ਜਾਂਦਾ ਤਾਂ ਇਹ ਘਟਨਾ ਮਈ 1746 ਈਸਵੀ ਦੇ ਵਿੱਚ ਵਾਪਰਦੀ ਆ ਮਈ 1746 ਇਹ ਈਸਵੀ ਦੀ ਯਾਦ ਰੱਖਣੀ ਆ ਹਾਂਜੀ ਅੱਗੇ ਇਸ ਚੈਪਟਰ ਦੇ ਵਿੱਚ ਮੋਸਟ ਇੰਪੋਰਟੈਂਟ ਹੈਗਾ ਮੀਰ ਮੰਨੂ ਦੀ ਸਿੱਖਾਂ ਵਿਰੁੱਧ ਸੰਘਰਸ਼ ਦੇ ਵਿੱਚ ਅਸਫਲਤਾ ਦੇ ਕਾਰਨ ਜਾਂ ਮੀਰ ਮੰਨੂ ਸਿੱਖਾਂ ਨੂੰ ਹਰਾਉਣ ਦੇ ਵਿੱਚ ਕਿਉਂ ناکਾਮਜਾ ਰਿਹਾ ਕਿਉਂ ਅਸਫਲ ਰਿਹਾ ਇਦੇ ਕਾਰਨ ਕੀ ਸੀ ਪਹਿਲਾ ਕੀ ਸੀ ਦਲ ਖਾਲਸਾ ਦੀ ਜਥੇਬੰਦੀ ਹਾਂਜੀ ਮੀਰ ਮੰਨੂ ਦੀ ਅਸਫਲਤਾ ਦਾ ਪ੍ਰਮੁੱਖ ਕਾਰਨ ਕੀ ਹੈ ਵੀ ਸਿੱਖਾਂ ਦੀ ਦਲ ਖਾਲਸਾ ਦੀ ਜਥੇਬੰਦੀ ਮੀਰ ਮੰਨੂ ਨੇ ਬੇਸ਼ੱਕ ਬਹੁਤ ਸਾਰੇ ਸਿੱਖਾਂ ਤੇ ਅਤਿਆਚਾਰ ਕੀਤੇ ਪਰੰਤੂ ਸਿੱਖਾਂ ਨੇ ਡਟ ਕੇ ਉਹਨਾਂ ਦਾ ਸਬਦਾ ਮੁਕਾਬਲਾ ਕੀਤਾ ਸਿੱਖਾਂ ਨੇ ਆਪਣੇ ਆਪ ਨੂੰ 12 ਜਥੇਬੰਦੀ ਵਿੱਚ ਸੰਗਠਿਤ ਕਰ ਲਿਆ ਤਾਂ ਸਿੱਖ ਦਲ ਖਾਲਸਾ ਦਾ ਦਿਨੋ ਸਤਕਾਰ ਕਰਦੇ ਸੀ ਤੇ ਇਹਨਾਂ ਦੇ ਹੁਕਮ ਤੇ ਹਰ ਕੁਰਬਾਨੀ ਕਰਨ ਲਈ ਤਿਆਰ ਰਹਿੰਦੇ ਸੀ ਜਿਸ ਕਰਕੇ ਮੀਰ ਮੰਨੂ ਸਿੱਖਾਂ ਦੀ ਸ਼ਕਤੀ ਨੂੰ ਕੁਚਲ ਦੇ ਵਿੱਚ ਨਾ ਕਾਮਯਾਬ ਨਾ ਕਾਮਯਾਬ ਰਹਾ ਤੇ ਉਹਨੂੰ ਇਹ ਚੀਜ਼ ਸਿੱਖਾਂ ਨੂੰ ਖਤਮ ਕਰਨਾ ਉਹਦੇ ਲਈ ਮੁਸ਼ਕਲ ਹੋ ਗਿਆ ਸਿੱਖਾਂ ਦੇ ਉਹ ਸੁਧਾਰਨਕੂਣ ਸਿੱਖਾਂ ਦੇ ਵਿੱਚ ਆਪਣੇ ਪੰਥ ਦੇ ਲਈ ਦ੍ਰਿੜ ਨਿਸ਼ਚਾ ਅਰਥਾ ਜੋਸ਼ ਦਲੇਰੀ ਕੁਰਬਾਨੀ ਦੀਆਂ ਭਾਵਨਾਵਾਂ ਭਰਿਆ ਜਾਂਦੀਆਂ ਨੇ ਤੇ ਇੰਨਾ ਭਾਰੀ ਔਕੜਾਂ ਦੇ ਬਾਵਜੂਦ ਉਹ ਆਪਣਾ ਹੌਸਲਾ ਕਦੇ ਨਹੀਂ ਸੀ ਛੱਡਦੇ ਤੇ ਮੀਰ ਮੰਨੂ ਨੇ ਸਿੱਖਾਂ ਨੂੰ ਅਣਗਿਣਤ ਸਿਿਹ ਦਿੱਤੇ ਪਰ ਉਹ ਸਿੱਖਾਂ ਨੂੰ ਜਿਹੜੇ ਕਿ ਵਿਚਲਿਤ ਕਰਨ ਦੇ ਵਿੱਚ ਅਸਫਲ ਰਿਹਾ ਪਰ ਕਿਉਂ ਸਿੱਖਾਂ ਨੂੰ ਹਰਾਉਣ ਦੇ ਵਿੱਚ ਉਹ ਉਹ ਸਫਲ ਰਿਹਾ ਸਭ ਤੋਂ ਪਹਿਲਾਂ ਜਿਹੜੇ ਪੰਜ ਅੰਕਾਂ ਵਾਲੇ ਜਿਨ੍ਹਾਂ 'ਚ ਵੀ ਹੈਡਿੰਗ ਬੰਦੇ ਨੂੰ ਸੀ ਹੈਡਿੰਗ ਯਾਰ ਕਰਨੇ ਦੀ ਉਸ ਤੋਂ ਹੈ ਸਿੱਖਾਂ ਦੀ ਗੁਰਿੱਲਾ ਜੁੱਧ ਪ੍ਰਣਾਲੀ ਹਾਂਜੀ ਮੀਰ ਮੰਨੂ ਦੀ ਸਫਲਤਾ ਦਾ ਕਾਰਨ ਕੀ ਹੈ ਵੀ ਸਿੱਖਾਂ ਦੇ ਕੋਲ ਗੁਰਿੱਲਾ ਜੁੱਧ ਪ੍ਰਣਾਲੀ ਸੀ ਗੁਰਿੱਲਾ ਜੁੱਧ ਪ੍ਰਣਾਲੀ ਕੀ ਸੀ ਵੀ ਅੰਮੋ ਸਾਹਮਣੇ ਵਾਰ ਨਾ ਕਰਨਾ ਜਦੋਂ ਦੁਸ਼ਮਣ ਇੱਕ ਸਾਈਡ ਤੇ ਤਾਂ ਅਚਾਨਕ ਉਹ ਤੇ ਹਮਲਾ ਕਰ ਦੋ ਤੇ ਜਦੋਂ ਦੁਸ਼ਮਣ ਆ ਸਾਹਮਣੇ ਤੋਂ ਵਾਰ ਕਰਦਾ ਤਾਂ ਅਚਾਨਕ ਲੁਕ ਜਾਓ ਇਹ ਨਾ ਕਰਕੇ ਵੀ ਸਿੱਖ ਨੂੰ ਜਿਹੜੇ ਕੀ ਹਰਾਉਣ ਦੇ ਵਿੱਚ ਨਾ ਕਾਮਯਾਬ ਰਿਹਾ ਮੀਰ ਮੰਨੂ ਅੱਗੇ ਦੀਵਾਨ ਕੌੜਾ ਮਲ ਦਾ ਸਿੱਖਾਂ ਦੇ ਨਾਲ ਸਮਝਾਤਾ ਉਮਝਾ ਸਿੱਖਾਂ ਨਾਲ ਸਹਿਯੋਗ ਦੀਵਾਨ ਕੌੜਾ ਮਲ ਦਾ ਸਿੱਖਾਂ ਦੇ ਨਾਲ ਸਹਿਯੋਗ ਦੀਵਾਨ ਕੌੜਾ ਮਲ ਮੀਰ ਮੰਨੂ ਦਾ ਸਲਾਹਕਾਰ ਸੀ 11 4th ਨੰਬਰ ਤੇ ਦੀਵਾਨ ਕੌੜਾ ਮਲ ਦਾ ਸਿੱਖਾਂ ਨਾਲ ਸਹਿਯੋਗ ਹਾਂਜੀ ਦੀਵਾਨ ਕੌੜਾ ਮਲ ਜਿਹੜੇ ਕਿ ਮੀਰ ਮੰਨੂ ਦਾ ਸਲਾਹਕਾਰ ਸੀ ਤਾਂ ਉਹ ਸਹਿਜਧਾਰੀ ਸਿੱਖੋਂ ਕਰਕੇ ਅੰਦਰਖਾਤੇ ਸਿੱਖਾਂ ਦੇ ਨਾਲ ਹਮਦਰਦੀ ਰੱਖਦਾ ਸੀ ਤਾਂ ਮੀਰ ਮੰਨੂ ਜਿਹੜੇ ਕਿ ਉਹਦੀ ਸਲਾਹ ਦੇ ਨਾਲ ਕੰਮ ਕਰਦਾ ਹੁੰਦਾ ਸੀ ਤਾਂ ਜਦੋਂ ਵੀ ਜਿਹੜੇ ਕਿ ਮੀਰ ਮੰਨੂ ਸਿੱਖਾਂ ਦੇ ਵਿਰੁੱਧ ਤਾਂ ਸਖਤ ਕਾਰਵਾਈ ਅਪਣਾਉਣ ਦਾ ਅਪਣਾਉਂਦਾ ਤਾਂ ਦੀਵਾਨ ਕੌੜਾ ਮੱਲਾ ਜਿਹੜੇ ਕਿ ਉਹਨੂੰ ਸਿੱਖਾਂ ਨਾਲ ਸਮਝੌਤਾ ਕਰਨ ਲਈ ਮਨਾ ਲੈਂਦਾ ਸੀ ਭਾਵੇਂ ਕਿ ਦੀਵਾਨ ਕੌੜਾ ਮੱਲਾ ਜਿਹੜੇ ਕਿ ਅੰਦਰਖਾਤੇ ਸਿੱਖਾਂ ਨਾਲ ਮਿਲਿਆ ਹੋਇਆ ਸੀ ਜਿਸ ਕਰਕੇ ਉਹ ਵੀ ਦੀਵਾਨ ਕੌੜਾ ਮੱਲ ਦੇ ਸਿੱਖਾਂ ਨਾਲ ਹਮਦਰਦੀਪੂਰਨ ਰਵਈਆ ਹੋਣ ਕਰਕੇ ਜਿਹੜੇ ਕਿ ਮੀਰ ਮੰਨੂ ਸਿੱਖਾਂ ਨੂੰ ਦਬਾਉਣ ਦੇ ਵਿੱਚ ਅਸਫਲ ਰਿਹਾ ਅੱਗੇ ਹੈਗਾ ਮੀਰ ਮੰਨੂ ਦੀਆਂ ਸਮੱਸਿਆਵਾਂ ਆਪਣੇ ਸ਼ਾਸਨ ਕਾਲ ਦੇ ਦੌਰਾਨ ਕਈ ਸਮੱਸਿਆਵਾਂ ਦੇ ਵਿੱਚ ਘिरा ਰਹਿਣ ਕਰਕੇ ਵੀ ਮੀਰ ਮੰਨੂ ਸਿੱਖਾਂ ਨੂੰ ਪੂਰੀ ਤਰ੍ਹਾਂ ਪੂਰੀ ਤਰੀਕੇ ਦੇ ਨਾਲ ਜਿਹੜੇ ਕਿ ਦਬਾ ਨਾ ਸਕਿਆ ਅਸਫਲ ਹੋ ਗਿਆ ਉਹਦੀ ਵੱਡੀ ਸਮੱਸਿਆ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਸੀ ਠੀਕ ਹੈ ਜਿਸ ਕਰਕੇ ਆਪਣੀ ਪੂਰੀ ਕਾਰਵਾਈ ਸਿੱਖਾਂ ਦੇ ਨਾਲ ਨਾ ਕਰ ਪਾਇਆ ਦੂਜਾ ਦਿੱਲੀ ਦਾ ਵਜ਼ੀਰ ਫਖਦਰ ਜੰਗ ਵੀ ਸੀ ਉਹ ਵੀ ਉਹਨੂੰ ਆਪਣੇ ਅਹੁਦੇ ਤੋਂ ਹਟਾਉਣ ਦੀ ਲਈ ਸਾਜ਼ਿਸ਼ਾਂ ਰਚ ਰਿਹਾ ਸੀ ਜਿਸ ਕਰਕੇ ਮੀਰ ਮੰਨੂ ਆਪਣੀਆਂ ਮੁਸੀਬਤਾਂ ਦੇ ਵਿੱਚ ਉਲਝਿਆ ਹੋਣਾ ਹੋਇਆ ਕਰਕੇ ਹੁੰਦਾ ਸੀ ਜਿਸ ਕਰਕੇ ਉਹ ਸਿੱਖਾਂ ਨੂੰ ਦਬਾਉਣ ਦੇ ਵਿੱਚ ਹੌਸਫਲ ਰਿਹਾ ਮਤਲਬ ਕਿ ਸਭ ਤੋਂ ਪਹਿਲਾਂ ਇਹਦੇ ਹੈਡਿੰਗ ਜਾਰ ਕਰਨੇ ਨੇ ਜਿਵੇਂ ਕਿ ਪਹਿਲਾ ਹੈਡਿੰਗ ਇਹਦਾ ਹੋ ਗਿਆ ਦਲ ਖਾਲਸਾ ਦੀ ਜਥੇਬੰਦੀ ਸਿੱਖਾਂ ਦੇ ਆ ਸਧਾਰਨ ਗੁਣ ਸਿੱਖਾਂ ਦੀ ਗਰੀਲਾ ਜਿੱਦੋਂ ਪਰ ਨਾਲੀ ਦੀਵਾਨ ਕੋੜਾ ਮੰਦਾ ਸਿੱਖਾਂ ਨਾਲ ਸਮਝਾਤਾ ਮੀਰ ਮੰਨੂ ਦੀ ਸਮੱਸਿਆਵਾਂ ਤੇ ਦੀਵਾਨ ਕੋੜਾ ਮੰਦਾ ਸਿੱਖਾਂ ਨਾਲ ਹਮਦਰਦੀ ਰਵਈਆ ਹੋਣ ਕਰਕੇ ਇਹਨੂੰ ਮਿੱਠਾ ਮੱਲ ਵੀ ਕਿਹਾ ਜਾਂਦਾ ਤੇ ਇੱਥੇ ਇੱਕ ਇਹਦੇ ਵਿੱਚੋਂ ਸ਼ਾਰਟਲੀ ਪੜ ਲੈਣਾ ਤੁਸੀਂ ਅਬਦੁੱਲ ਸਮਦਖਾਨ ਅਬਦੁੱਲ ਸਮਦਖਾਨ ਨੂੰ ਰਾਜ ਦੀ ਤਲਵਾਰ ਦਾ ਕਿਤਾਬ ਮਿਲਿਆ ਹੋਇਆ ਸੀ ਤਾਂ ਅਬਦੁੱਲ ਸਮਦਖਾਨ ਦਾ ਕਾਰਜਕਾਲ ਕਿੰਨਾ ਸੀ 1713 ਤੋਂ ਲੈ ਕੇ 1726 ਈਸਵੀ ਤੱਕ ਇਹਨੂੰ 3 ਮਾਰਕਸ ਵਾਲੇ ਲਈ ਪੜਨਾ ਤੇ ਉਹਨੇ ਸਿੱਖਾਂ ਨੂੰ ਦਬਾਉਣ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਤੇ ਉਹਦੀ ਦਮਨਕਾਰੀ ਨੀਤੀ ਤੋਂ ਖੁਸ਼ ਹੋ ਕੇ ਬਾਦਸ਼ਾਹ ਫਰੂਕਸੀਰ ਨਿਰਾਜ਼ ਦੀ ਤਲਵਾਰ ਦਾ ਖਿਤਾਬ ਦਿੱਤਾ ਲੇਕਿਨ ਇੰਨਾ ਬਾਵਜੂਦ ਹੋਣ ਦੇ ਵੀ ਉਹ ਸਿੱਖਾਂ ਨੂੰ ਦਬਾਉਣ ਦੇ ਵਿੱਚ ਅਸਫਲ ਰਿਹਾ ਤੇ 1726 ਈਸਵੀ ਨੂੰ ਉਹਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਜਕਰੀਆ ਖਾਨਾ ਸਿੱਖਾਂ ਨਾਲ ਜੇਠਾ ਦੀ ਕਿਸ ਤਰ੍ਹਾਂ ਕੋਸ਼ਿਸ਼ ਕੀਤੀ ਜਾਂ ਕੀ ਕੀ ਕਾਰਵਾਈਆਂ ਕੀਤੀਆਂ ਕੀ ਕੀ ਕਦਮ ਚੁੱਕੇ ਉਹ ਵੀ 3 ਮਾਰਕਸ ਲਈ ਰੀਡ ਕਰਨਾ 1726 ਈਸਵੀ ਦੇ ਵਿੱਚ ਉਹ ਪੰਜਾਬ ਦਾ ਸੁਬੇਦਾਰ ਬਣਿਆ ਤੇ ਉਹਨੇ ਵੀ ਸਿੱਖਾਂ ਨੂੰ ਦਬਾਉਣ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਉਹਨੇ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਨੂੰ ਜਿਹੜੇ ਕੀ ਗ੍ਰਿਫਤਾਰ ਕਰਵਾਇਆ ਤੇ ਉਹਨਾਂ ਨੂੰ ਕਤਲਿਆਮ ਕਰਵਾਇਆ ਸਿੱਖਾਂ ਨੂੰ ਸ਼ਹੀਦियां ਕਰਵਾਇਆ ਜਿਵੇਂ ਜਕਰੀਆ ਖਾਨ ਦੇ ਸਮੇਂ ਭਾਈ ਤਾਰੂ ਸਿੰਘ ਦੀ ਸ਼ਹੀਦੀ ਭਾਈ ਮਣੀ ਸਿੰਘ ਦੀ ਸ਼ਹੀਦੀ ਧਾਰਾ ਸਿੰਘ ਵਾਂ ਦੇ ਸ਼ਹੀਦੀ ਤੁਸੀਂ ਲਿਖ ਸਕਦਾ ਸਾਰੇ ਤੇ 1733 ਈਸਵੀ ਦੇ ਵਿੱਚ ਫਿਰ ਸਿੱਖਾਂ ਨਾਲ ਸਮਝੌਤਾ ਕਰ ਲੰਦਾ ਤਾਂ 1735 ਦੇ ਵਿੱਚ ਜ਼ਗੀਰ ਵਾਪਸ ਵੀ ਲੈ ਲੰਦਾ ਪਰ ਇਹਨਾਂ ਦੇ باوجود ਵੀ ਉਹ ਸਿੱਖਾਂ ਨੂੰ ਲਵਾਉਣ ਦੇ ਵਿੱਚ ਉਹ ਸਫਲ ਰਹਾ ਤੇ ਨਾਦਰ ਸ਼ਾਹ ਕੌਣ ਸੀ ਨਾਦਰ ਸ਼ਾਹ ਈਰਾਨ ਦਾ ਬਾਦਸ਼ਾਹ ਸੀ 1739 ਈਸਵੀ ਦੇ ਵਿੱਚ ਉਹ ਭਾਰਤ ਤੇ ਹਮਲਾ ਕਰਦਾ ਤੇ ਕਾਫੀ ਜ਼ਿਆਦਾ ਤਾਂ ਦੌਲਤਾਂ ਜਿਹੜੀ ਕਿ ਲੁੱਟ ਕੇ ਲੈ ਕੇ ਜਾਂਦਾ ਤੇ ਉਹਨੂੰ ਉਸ ਸਮੇਂ ਦੇ ਵਿੱਚ ਇਹ ਮੌਕਾ ਮਿਲਦਾ ਕਿਉਂਕਿ ਪੰਜਾਬ ਦੇ ਵਿੱਚ ਉਸ ਸਮੇਂ ਦੀ ਜਿਹੜੀ ਭਾਰਤ ਤੇ ਪੰਜਾਬ ਖਾਸ ਕਰਕੇ ਉਸ ਸਮੇਂ ਦੀ ਹਾਲਤ ਜਿਹੜੀ ਕਿ ਠੀਕ ਨਹੀਂ ਸੀ ਰਾਜਕਤਾ ਫੈਲੂਰ ਸੀ ਜਿਸ ਕਰਕੇ ਉਹ ਫਾਇਦਾ ਉਠਾਉਂਦਾ ਤੇ ਜਦੋਂ ਉਹ ਰਾਣ ਵਾਪਸ ਜਾ ਰਿਹਾ ਹੁੰਦਾ ਪੰਜਾਬ ਦੇ ਵਿੱਚੋਂ ਲੰਘ ਰਿਹਾ ਹੁੰਦਾ ਤਾਂ ਸਿੱਖ ਅਚਾਨਕ ਉਹਦਾ ਸਾਰਾ ਖਜ਼ਾਨਾ ਲੁੱਟ ਲੈਂਦੇ ਨੇ ਤਾਂ ਨਾਦਰ ਸ਼ਾਹ ਹੈਰਾਨ ਹੋ ਜਾਂਦਾ ਤਾਂ ਨਾਦਰ ਸ਼ਾਹ ਨੇ ਫਿਰ ਜਕਰੀਆ ਖਾਨ ਨੂੰ ਚੇਤਾਵਨੀ ਦਿੰਦਾ ਕਿ ਜੇ ਉਹਨੇ ਸਿੱਖਾਂ ਵਿਰੁੱਧ ਕਦਮ ਨਾ ਚੁੱਕੇ ਤਾਂ ਛੇਤੀ ਹੀ ਸਿੱਖ ਪੰਜਾਬ ਤੇ ਆਪਣਾ ਕਬਜ਼ਾ ਕਰ ਲੈਣਗੇ ਤੇ ਇਸ ਕਰਕੇ ਜਕਰੀਆ ਖਾਨ ਨੇ ਫਿਰ ਸਿੱਖਾਂ ਵਿਰੁੱਧ ਜਿਹੜੇ ਕਿ ਅਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ ਅੱਗੇ ਕੋਸ਼ਨ ਹੈਗਾ ਹਾਂਜੀ ਕਿਹਨਾ ਪ੍ਰਸਿੱਧ ਇਹਨਾਂ ਕਰਨਦਾਲ ਖਾਲਸਾ ਉਥਾਨ ਹੁੰਦਾ ਜਾਂ ਦਾਲ ਖਾਲਸਾ ਦੇ ਉਥਾਨ ਦੇ ਕੀ ਕਰਨਾਂ ਜਾਂ ਜਾਂ ਦਾਲ ਖਾਲਸਾ ਦੀ ਸਥਾਪਨਾ ਦੇ ਕੀ ਕਾਰਨ ਨੇ ਪਹਿਲਾ ਤਾਂ ਸਿੱਖਾਂ ਤੇ ਅਤਿਆਚਾਰ ਪਹਿਲਾ ਸਭ ਤੋਂ ਪਹਿਲਾਂ ਹੜਿੰਗਯਾਰ ਕਰਨ ਨੂੰ ਬੁੱਢਾ ਦਲ ਦੇ ਤਰੁਣਾ ਨਾਲ ਦੀ ਸਥਾਪਨਾ ਦਲਾਨਾ ਪੁਨਰਗਠਨ ਹਾਂਜੀ ਸਿੱਖਾਂ ਤੇ 1716 ਈਸਵੀ ਚ ਜਦੋਂ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੋ ਜਾਂਦੀ ਹੈ ਉਸ ਤੋਂ ਬਾਅਦ ਪੰਜਾਬ ਤੇ ਜਿਹੜੇ ਕਿ ਮੁਗਲ ਸਰਦਾਰਾਂ ਨੇ ਸਿੱਖਾਂ ਉੱਤੇ ਬਹੁਤ ਜ਼ਿਆਦਾ ਅਤਿਆਚਾਰ ਕਰਨਾ ਸ਼ੁਰੂ ਕਰ ਦਿੱਤਾ ਉਹ ਤਾਂ ਜਿਵੇਂ ਕਿ ਅਬਦੁੱਸ ਸਮਦ ਖਾਨ ਜਕਰੀਆ ਖਾਨ ਜਾਇਆ ਖਾਨ ਮੀਰ ਮੰਨੂ ਸਿੱਖਾਂ ਦੇ ਸਿਰਾਂ ਦੇ ਜਿਹੜੇ ਕਿ ਇਨਾਮ ਵੀ ਕੋਸ਼ਿਸ਼ ਕੀਤੇ ਜਾਂਦੇ ਨੇ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਜਾਣ ਲੱਗ ਜਾਂਦਾ ਉਹਨਾਂ ਨੂੰ ਉੱਥੇ ਸ਼ਹੀਦ ਕੀਤਾ ਜਾਂਦਾ ਨਕਸ਼ ਨਾਮੀ ਸਥਾਨ ਤੇ ਤੇ ਮਜਬੂਰ ਹੋ ਕੇ ਫਿਰ ਸਿੱਖਾਂ ਨੇ ਜੰਗਲਾਂ ਤੇ ਪਹਾੜਾਂ ਦੇ ਵਿੱਚ ਸ਼ਰਨ ਲੈਂਦੇ ਨੇ ਤਾਂ ਮੁਗਲਸਾਂ ਨਾਮ ਉਹਨਾਂ ਦਾ ਪਿੱਛਾ ਕਰਦੇ ਨੇ ਤਾਂ ਅਜਿਹੀ ਹਾਲਤ ਦੇ ਵਿੱਚ ਸਿੱਖਾਂ ਨੂੰ ਇੱਕ ਜਥੇਬੰਦ ਦੇ ਰੂਪ ਦੇ ਵਿੱਚ ਸੰਗਠਿਤ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਮਹਿਸੂਸ ਹੁੰਦੀ ਹੈ ਜਿਸ ਕਰਕੇ ਛੋਟੇ-ਛੋਟੇ ਜਿਹੜੇ ਜਥੇ ਬਣੇ ਹੋਏ ਸੀ ਉਹਨਾਂ ਨੂੰ ਇੱਕ ਦਲ ਦੇ ਵਿੱਚ ਸੰਗਠਿਤ ਕਰਨਾ ਜ਼ਰੂਰੀ ਹੋ ਗਿਆ ਸੀ ਤਾਂ ਕਰਕੇ ਜਿਹੜੀ ਕਿ ਦਲ ਖਾਲਸਾ ਦੀ ਸਥਾਪਨਾ ਕੀਤੀ ਗਈ ਤੇ ਅੱਗੇ ਸੀ ਬੁੱਢਾ ਦਲ ਤੇ ਤਰੂਣਾ ਦਲ ਹਾਂਜੀ 1734 ਇਸ ਵਿੱਚ ਨਵਾਬਪੁਰ ਸਿੰਘ ਨੇ ਬੁੱਢਾ ਦਲ ਤੇ ਦੋ ਤਰੂਣਾ ਦਲ ਬਣਾਤੇ ਇੱਕ ਦਲ ਬੁੱਢਾ ਦਲ ਤੇ ਦੂਜਾ ਤਰੂਣਾ ਦਲ ਬੁੱਢਾ ਦਲ ਦੇ ਵਿੱਚ ਬਡੇਰੀ ਉਮਰ ਦੇ ਸੀ ਤੇ ਤਰੂਣਾ ਦਲ ਦੇ ਵਿੱਚ ਨੌਜਵਾਨ ਸੀ 40 ਸਾਲ ਤੋਂ ਘਟ ਵਾਲੇ ਤੇ ਇਹ ਜਿਸ ਕਰਕੇ ਇਹਨਾਂ ਤਰੂਣਾ ਦਲ ਨੂੰ ਅੱਗੇ ਪੰਜ ਜਥੇ ਵਿੱਚ ਵੰਡਿਆ ਗਿਆ ਹਰੇਕ ਜਥੇ ਦਾ ਆਪਣਾ ਵੱਖਰਾ ਜਿਹੜੇ ਤਜਰਬੇਕਾਰ ਹਰੇਕ ਜਥੇ ਨੂੰ ਇੱਕ ਵੱਖਰਾ ਤਜਰਬੇਕਾਰ ਸੀ ਇੱਕ ਜਥੇਦਾਰ ਜਥੇਦਾਰ ਦੇ ਹੇਠਾਂ ਜਿਹੜੇ ਕਿ ਰੱਖਿਆ ਜਾਂਦਾ ਸੀ ਇਹਨਾਂ ਦਲਾਂ ਦੀ ਸਥਾਪਨਾ ਨੇ ਵੀ ਦਲ ਖਾਲਸਾ ਨੂੰ ਮਜ਼ਬੂਤ ਕਰਨ ਦਾ ਦਾ ਸਿੱਖਾਂ ਨੂੰ ਸੰਗਠਿਤ ਕਰਨ ਦਾ ਜਿਹੜੇ ਕਿ ਇੱਕ ਸੁਨਹਿਰਾ ਮੌਕਾ ਮਿਲਿਆ ਫਿਰ ਇਹਨਾਂ ਦਲਾਂ ਦੇ ਕਰਕੇ ਹੀ ਅੱਗੇ ਜਿਹੜੇ ਕਿ ਇੱਕ ਦਲ ਬਣਾਇਆ ਗਿਆ ਬੁੱਢਾ ਦਾ ਤਰੂਣਾ ਦਲ ਤੋਂ ਬਾਅਦ ਦਲ ਖਾਲਸਾ ਦਲਾਂ ਦਾ ਪੁਨਰਗਠਨ ਹਾਂਜੀ ਜਕਰੀਆ ਖਾਨ ਦੀ ਮੌਤ ਤੋਂ ਬਾਅਦ ਪੰਜਾਬ ਵਿੱਚ ਜਦੋਂ ਰਾਜਕਤਾ ਦਾ ਦੌਰ ਫੈਲ ਗਿਆ ਤਾਂ ਸਿੱਖਾਂ ਨੇ 1745ਵੀਂ ਦੇ ਮੌਕੇ ਤੇ ਦੀਵਾਲੀ ਦੇ ਮੌਕੇ ਤੇ ਅੰਮ੍ਰਿਤਸਰ ਦੇ ਵਿੱਚ ਗੁਰਮੰਤਾ ਪਾਸ ਕੀਤਾ ਤੇ 25 100-100 ਸਿੱਖਾਂ ਨੇ 25 ਜਥੇ ਬਣਾ ਲਏ ਇਹਨਾਂ 25 ਜਥਿਆਂ ਨੇ ਮੁਗਲਾਂ ਨਾਲ ਮੁਕਾਬਲਾ ਕਰਨ ਲਈ ਗੁਰੀਲਾ ਜੁੱਧਾ ਪ੍ਰਣਾਲੀ ਬਣਾਈ ਪਰ ਇਹਨਾਂ ਜਥਿਆਂ ਦੀ ਹੌਲੀ-ਹੌਲੀ 25 ਤੋਂ ਗਿਣਤੀ 65 ਹੋ ਗਈ ਤਾਂ 65 ਨੂੰ ਦੁਬਾਰਾ ਤੋਂ ਫਿਰ ਇੱਕ ਦਲ ਦੇ ਵਿੱਚ ਸੰਗਠਿਤ ਕਰਨਾ ਜ਼ਰੂਰੀ ਹੋ ਗਿਆ ਸੀ ਤਾਂ ਕਰਕੇ ਜਿਹੜੇ ਦਲ ਖਾਲਸੇ ਦੀ ਸਥਾਪਨਾ ਕੀਤੀ ਗਈ ਤੇ ਦਲ ਖਾਲਸਾ ਦੀ ਸੈਨਿਕ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਜਾਂ ਦਲ ਖਾਲਸਾ ਦੀ ਸੈਨਿਕ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਨੇ ਜਿਵੇਂ ਮਰਜ਼ੀ ਕੁਸ਼ਨ ਕਮਾ ਕੇ ਆ ਜੇ ਪਹਿਲਾਂ ਤਾਂ ਕੀ ਇਹਦੇ ਵਿੱਚ ਹੈਡਿੰਗ ਜਾਰ ਕਰੋ ਘੋੜਸਵਾਰ ਪਿਆਦਾ ਸੈਨਿਕ ਮਤਲਬ ਕਿ ਪੈਦਲ ਸੈਨਿਕ ਸ਼ਸਤਰ ਤਨਖਾਹ ਜੰਦੂ ਦਾ ਕਰਨ ਦਾ ਢੰਗ ਤਾਂ ਘੋੜਸਵਾਰ ਸੈਨਾ ਦਲ ਖਾਲਸਾ ਦੀ ਸੈਨਾ ਦਾ ਮਹੱਤਵਪੂਰਨ ਹੁੰਦਾ ਸੀ ਤੇ ਹਰ ਕੋਈ ਜਿਹੜੇ ਕਿ ਘੋੜਸਵਾਰ ਸੈਨਾ ਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਸੀ ਕਿਉਂਕਿ 18ਵੀਂ ਸਦੀ ਦੇ ਵਿੱਚ ਘੋੜਸਵਾਰ ਤੋਂ ਬਿਨਾ ਜਿੱਤ ਨੂੰ ਹਾਸਲ ਕਰਨਾ ਅਸੰਭਵ ਸੀ ਤਾਂ ਸਿੱਖ ਬਹੁਤ ਹੀ ਨਪੁੰਨ ਘੋੜਸਵਾਰ ਹੁੰਦੇ ਸੀ ਤੇ ਇੱਕ ਦਿਨ ਦੇ ਵਿੱਚ 50 ਮੀਲ ਤੋਂ ਲੈ ਕੇ 100 ਮੀਲ ਤੱਕ ਦਾ ਸਫ਼ਰ ਤੈਅ ਕਰਨ ਦੇ ਵਿੱਚ ਸਮਰੱਥ ਹੁੰਦੇ ਸੀ ਘੋੜਿਆਂ ਦੇ ਨਾਲ ਤੇ ਪਿਆਦਾ ਸੈਨਿਕ ਜਿਹਦਾ ਪਿਆਦਾ ਗੰਭਾਵਕੀ ਪੈਦਲ ਸੈਨਿਕ ਜਿਨ੍ਹਾਂ ਦਾ ਕੰਮ ਸਿਰਫ ਪਹਿਰੇ ਦਾ ਕੰਮ ਦੇਣਾ ਹੁੰਦਾ ਸੀ ਤੇ ਸਿੱਖ ਇਸ ਦੇ ਵਿੱਚ ਭਰਤੀ ਹੁਣ ਆਪਣਾ અપਮਾਨ ਸਮਝਦੇ ਸੀ ਕਿਉਂਕਿ ਸਿੱਖ ਘੋੜਸਵਾਰ ਸੈਨਾਂ ਦੇ ਵਿੱਚ ਸ਼ਾਮਲ ਹੋਣਾ ਆਪਣੀ ਸ਼ਾਨ ਸਮਝਦੇ ਸੀ ਤੇ ਸ਼ਾਸਤਰ ਲੜਾਈ ਦੇ ਸਮੇਂ ਸਿੱਖ ਦਲਵਾਰ ਤਲਵਾਰਾਂ ਬਰਛੇ ਖੰਡੇ ਨੇਜੀਆਂ ਤੀਰ ਕਮਾਨਾਂ ਬੰਦੂਕਾਂ ਦੇ ਵਰਤੋਕ ਹੁੰਦੇ ਸੀ ਤੇ ਤਨਖਾਹ ਬਰੂਦੀ ਥੋੜਾ ਹੁਣ ਕਰਕੇ ਬੰਦੂਕਾਂ ਦੀ ਘੱਟ ਵਰਤੋਂ ਹੁੰਦੀ ਸੀ ਤਨਖਾਹ ਸਿੱਖਾਂ ਨੂੰ ਕੋਈ ਵੀ ਵਕਾਇਦਾ ਮਹੀਨੇਵਾਰ ਕੋਈ ਤਨਖਾਹ ਨਹੀਂ ਹੁੰਦੀ ਸੀ ਲੁੱਟ ਦੇ ਵਿੱਚੋਂ ਜਿਹੜਾ ਮਾਲ ਹੁੰਦਾ ਸੀ ਉਹਨੂੰ ਆਪਸ ਦੇ ਵਿੱਚ ਡਿਵਾਈਡ ਕਰਕੇ ਹੀ ਜਿਹੜੇ ਕਿ ਉਹਨਾਂ ਨੂੰ ਮਿਲਦਾ ਸੀ ਤੇ ਬਾਅਦ ਦੇ ਵਿੱਚੋਂ ਕਬਜ਼ੇ ਹੇੜ ਕੀਤੀ ਗਈ ਜ਼ਮੀਨ ਦੇ ਵਿੱਚੋਂ ਕੁਝ ਹਿੱਸਾ ਦਿੱਤਾ ਜਾਣ ਲੱਗਿਆ ਸੀ ਯੁੱਧ ਕਰਨ ਦਾ ਢੰਗ ਜਿਹੜੀ ਕਿ ਗੁਰੀਲਾ ਜੁੱਧ ਪਰਨਾਲੀ ਹੁੰਦੀ ਸੀ ਛਾਪਾ ਮਰ ਜੁੱਧ ਪਰਨਾਲੀ ਅੱਗੇ ਗੁਰੀਲਾ ਜੁੱਧ ਪਰਨਾਲੀ ਹੈ ਕੀ ਜਾਂ ਜੁੱਧ ਪਰਨਾਲੀ ਦੇ ਵਿਸ਼ੇਸ਼ਤਾਵਾਂ ਇਹ ਹੁਣ ਆਪਣਾ ਹੋਏ ਗਿਆ ਰੀਡ ਤੁਸੀਂ ਇਹਨੂੰ ਆਸਾਨੇ ਨਾਲ ਕਰ ਸਕਦੇ ਹੋ ਦਲ ਖਾਲਸਾ ਦੀ ਸਥਾਪਨਾ ਦਾ ਮਹੱਤਵ ਹਾਂਜੀ ਦਲ ਖਾਲਸਾ ਦੀ ਸਥਾਪਨਾ 29 ਮਾਰਚ 1748 ਈਸਵੀ ਦੇ ਵਿੱਚ ਨਵਾਬਪੂਰ ਸਿੰਘ ਦੁਆਰਾ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦੇ ਵਿੱਚ ਕੀਤੀ ਜਾਂਦੀ ਹੈ ਦਲ ਖਾਲਸਾ ਦੀ ਸਥਾਪਨਾ ਨਵਾਬਪੂਰ ਸਿੰਘ ਕਰਦਾ 29 ਮਾਰਚ 1748 ਈਸਵੀ ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦੇ ਵਿੱਚ ਤਾਂ ਦਲ ਖਾਲਸਾ ਦੀ ਸਥਾਪਨਾ ਸਿੱਖ ਇਤਿਹਾਸ ਦੇ ਵਿੱਚ ਕਰਤੀਆਂ ਤਮਾਹਤਵਪੂਰਨ ਘਟਨਾ ਮੰਨੀ ਜਾਂਦੀ ਆ ਤਾਂ ਦਲ ਖਾਲਸਾ ਦਾ ਜਿਹੜਾ ਕਿ ਸੈਨਾਪਤੀ ਬਣਾਇਆ ਜਾਣਾ ਜੱਸਾ ਸਿੰਘ ਆਲੂ ਵਾਲੇ ਨੂੰ ਜੱਸਾ ਸਿੰਘ ਆਲੂ ਵਾਲੀਆ ਨੂੰ ਤਾਂ ਇਸ ਨੇ ਦਰਖ਼ਾਲਸਾ ਨੇ ਸਿੱਖ ਕੌਮ ਦੇ ਵਿੱਚ ਇੱਕ ਨਵੇਂ ਜੀਵਨ ਦਾ ਸੰਚਾਰ ਕੀਤਾ ਇਸ ਨੇ ਸਿੱਖਾਂ ਨੂੰ ਏਕਤਾ ਦੀ ਲੜੀ ਦੇ ਵਿੱਚ ਪਰੋਇਆ ਤਾਂ ਇਸ ਨੇ ਸਿੱਖਾਂ ਨੂੰ ਪੰਜਾਬ ਦੇ ਮੁਗਲਾਂ ਤੇ ਅਫਗਾਨਾਂ ਦੇ ਵਿਰੁੱਧ ਸੁਬੇਦਾਰਾਂ ਦੇ ਜ਼ੁਲਮਾਂ ਦਾ ਟਾਕਰਾ ਕਰਨ ਦੇ ਜੋਗ ਬਣਾਇਆ ਤੇ ਇਸ ਨੇ ਪੰਜਾਬ ਦੇ ਵਿੱਚ ਸਿੱਖਾਂ ਨੂੰ ਰਾਜਨੀਤਿਕ ਸ਼ਕਤੀ ਪ੍ਰਾਪਤ ਕਰਨ ਦੀ ਪ੍ਰੇਰਣਾ ਦਿੱਤੀ ਦਲ ਖਾਲਸਾ ਦੇ ਯਤਨਾਂ ਸਦਕਾ ਹੀ ਸਿੱਖ ਪੰਜਾਬ ਦੇ ਵਿੱਚ ਆਪਣੀ ਸੁਤੰਤਰ ਮਿਸਲਾਂ ਸਥਾਪਿਤ ਕਰਨ ਦੇ ਵਿੱਚ ਸਫਲ ਹੋਏ ਨੇ ਤੇ ਦਲ ਖਾਲਸਾ ਨੇ ਹੀ ਲੋਕ ਰਾਜਿਸਤਾ ਦਾ ਪ੍ਰਚਲਨ ਕੀਤਾ ਦਲ ਖਾਲਸਾ ਦੇ ਵਿੱਚ ਕਿੰਨੇ ਜਥੇ ਸੀ 11 ਠੀਕ ਹੈ 11 ਜਥੇ ਤੋਂ ਹੀ ਅੱਗੇ 12 ਮਿਸਲਾਂ ਬਣਦੀਆਂ ਨੇ ਤੇ ਦਲ ਖਾਲਸਾ ਦੇ ਕਿਹੜੀ ਮਿਸਲ ਹਿੱਸਾ ਨਹੀਂ ਸੀ ਇਹ ਵੀ ਤੁਸੀਂ ਆਨਸਰ ਵੈਰੀ ਇੰਪੋਰਟੈਂਟ ਹੈ ਆਬਜੈਕਟਿਵ ਟਾਈਪ ਦੇ ਵਿੱਚ ਤੌਸੀ ਫੁਲਕੀਆ ਮਿਸਲ ਫੁਲਕੀਆ ਮਿਸਲ ਦਲ ਖਾਲਸਾ ਦਾ ਹਿੱਸਾ ਨਹੀਂ ਸੀ ਠੀਕ ਹੈ ਕਿਹੜੀ ਮਿਸਲ ਹਿੱਸਾ ਨਹੀਂ ਸੀ ਫੁਲਕੀਆ ਮਿਸਲ ਦਲ ਖਾਲਸਾ ਦਾ ਹਿੱਸਾ ਨਹੀਂ ਸੀ ਤੇ ਇਸ ਚੈਪਟਰ ਦੇ ਵਿੱਚ ਇੱਕ ਸਰਬੱਤ ਖਾਲਸਾ ਤੋਂ ਕੀ ਭਾਵ ਹੈ ਤੇ ਇਹ ਕਈ ਵਾਰ ਕੁਐਸਚਨ ਆਵੇ ਵੀ ਆ ਜਾਣਾ ਹੁੰਦਾ ਇੱਕ ਕੀ ਦਲ ਖਾਲਸਾ ਤੋਂ ਕੀ ਭਾਵ ਹੈ ਤਾਂ ਦਲ ਖਾਲਸਾ ਤੋਂ ਭਾਵ ਹੈ ਸਮੁੱਚ ਸਿੱਖਾਂ ਦਾ ਸਮੁੱਚਾ ਸੈਨਿਕ ਸੰਗਠਨ ਠੀਕ ਹੈ ਸਮੁੱਚਾ ਸੈਨਿਕ ਸੰਗਠਨ ਜਦੋਂ ਸੈਨਿਕ ਸੰਗਠਨ ਆ ਜੂਗਾ ਤਾਂ ਦਲ ਖਾਲਸਾ ਆ ਜਾਊਗਾ ਤੇ ਜਦੋਂ ਸਮੁੱਚੀ ਸਿੱਖ ਸੰਗਤ ਹੋਊਗੀ ਤਾਂ ਸਰਬੱਤ ਖਾਲਸਾ ਹੋਊਗਾ ਸਰਬੱਤ ਖਾਲਸੇ ਤੋਂ ਭਾਵ ਸਿੱਖ ਸਰਦਾਰਾਂ ਸਮੇਤ ਸਮੁੱਚੀ ਸਿੱਖ ਸੰਗਤ ਮਤਲਬ ਕਿ ਸਾਰੀ ਸਿੱਖ ਸੰਗਤ ਹੋ ਜੂਗੀ ਸਰਬੱਤ ਖਾਲਸਾ ਤੇ ਸਰਬੱਤ ਖਾਲਸਾ ਦੀ ਸਭਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਾਲ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਾਲ ਦੇ ਵਿੱਚ ਦੋ ਵਾਰੀ ਹੁੰਦੀ ਸੀ ਦੀਵਾਲੀ ਤੇ ਵਿਸਾਖੀ ਦੇ ਤਿਹਾੜੀ ਮਤਲਬ ਕਿ ਸਰਬੱਤ ਖਾਲਸੇ ਦੀ ਜਿਹੜੀ ਮੀਟਿੰਗ ਆ ਦੀਵਾਲੀ ਤੇ ਵਿਸਾਖੀ ਦੇ ਤਿਹਾੜੀ ਤੇ ਸਾਲ ਦੇ ਵਿੱਚ ਦੋ ਵਾਰ ਕੀਤੀ ਜਾਂਦੀ ਸੀ ਤੇ ਸਰਬੱਤ ਖਾਲਸਾ ਦੁਆਰਾ 11 ਜਥਿਆਂ ਦੇਨਤਾਵਾ ਵਿੱਚੋਂ ਇੱਕ ਨੂੰ ਸਰਵਉੱਚ ਨੇਤਾ ਭਾਵਕੀ ਪ੍ਰਧਾਨ ਸਨਾਪਤੀ ਚੁਣ ਲਿਆ ਜਾਂਦਾ ਸੀ ਭਾਵਕੀ ਸਰਵਤ ਖਾਲਸਾ ਹੀ ਚੁੰਦੀ ਸੀ 11 ਜਥਿਆਂ ਦੇ ਵਿੱਚੋਂ ਇੱਕ ਸਰਵਉੱਚ ਨੇਤਾ ਜਿਹਨੂੰ ਆਪਾਂ ਕਹਿੰਦਾ ਪ੍ਰਧਾਨ ਸਨਾਪਤੀ ਤੇ ਜਿਵੇਂ ਦਾਲ ਖਾਲਸਾ ਪ੍ਰਧਾਨ ਸਨਾਪਤੀ ਜੱਸਾ ਸਿੰਘ ਆਲੂ ਵਾਲੀ ਨੂੰ ਬਣਾਇਆ ਗਿਆ ਸੀ ਤੇ ਇਸ ਤਰ੍ਹਾਂ ਬਤ ਖਾਲਸਾ ਦੀ ਵਿਸ਼ੇਸ਼ ਸਵਾ ਸਰਵਉੱਚ ਨੇਤਾ ਦੀ ਪ੍ਰਧਾਨਗੀ ਹੇਠ ਹੁੰਦੀ ਸੀ ਜਿਹਦੇ ਵਿੱਚ ਪੰਥ ਦੇ ਹਿੱਤਾਂ ਸੰਬੰਧੀ ਮਾਮਲਿਆਂ ਤੇ ਮਤੇ ਪਾਸ ਕੀਤੇ ਜਾਂਦੇ ਸੀ ਤਾਂ ਇਹ ਜਿਹੜੇ ਮਤੇ ਪਾਸ ਕੀਤੇ ਜਾਂਦੇ ਸਨ ਉਹਨਾਂ ਨੂੰ ਕੀ ਕਹਿੰਦੇ ਸੀ ਗੁਰਮਤਾ ਗੁਰਮਤਾ ਭਾਵਕੀ ਗੁਰੂ ਦਾ ਮਤ ਜੇ ਜਦੋਂ ਕਾਰਸਾ ਦਾ ਮਹੱਤਵ ਆਜੇ ਤਾਂ ਫਿਰ ਇਹ ਵੀ ਹੋਈ ਆ ਜੂਗਾ ਕਿ ਸਿੱਖਾਂ ਦੀ ਸ਼ਕਤੀ ਸੰਗਠਿਤ ਹੋ ਗਈ ਤਾਂ ਪੰਜਾਬ ਦੇ ਵਿੱਚ ਮੁਗਲਾਂ ਤੇ ਅਫਗਾਨਾਂ ਦਾ ਜਿਹੜੇ ਕਿ ਸਫਲਤਾਪੂਰਵਕ ਟਕਰਾ ਕਰਨ ਦੇ ਵਿੱਚ ਕੰਮ ਜਾਵ ਰਹੇ ਸਿੱਖਾਂ ਨੂੰ ਲੜਨ ਦੀ ਸ਼ਕਤੀ ਪ੍ਰਾਪਤ ਹੋ ਗਈ ਇਹਦੇ ਵਿੱਚ ਨੈਕਸਟ ਹੈ ਹਾਂਜੀ ਨੈਕਸਟ ਚੈਪਟਰ ਹੈ ਮੁਗਲਾਂ ਦੇ ਦਿਨ ਪੰਜਾਬ ਦੇ ਲੋਕਾਂ ਦੀ ਸਮਾਜਿਕ ਅਵਸਥਾ ਕਿਵੇਂ ਦੀ ਸੀ ਸਮਾਜਿਕ ਜੀਵਨ ਕਿਵੇਂ ਦਾ ਸੀ ਜਵ ਵਿਸ਼ੇਸ਼ਤਾਵਾਂ ਤਾਂ ਪਹਿਲਾ ਜੋ ਮੁਸਲਮਾਨਾਂ ਦੇ ਤਿੰਨ ਸ਼੍ਰਾਣੀਆਂ ਜਾਂ ਮੁਗਲਾਂ ਦੇ ਨੂੰ ਮੁਸਲਮਾਨਾਂ ਦੇ ਤਿੰਨ ਸ਼੍ਰਾਣੀਆਂ ਕਿਹੜੇ ਸੀ ਐਵੇਂ ਵੀ ਕੁਐਸਚਨ ਆ ਸਕਦਾ ਤਾਂ ਉੱਚ ਸ਼੍ਰਾਣੀ ਮਾਸ਼੍ਰਾਣੀ ਨੀਵੇਂ ਸ਼੍ਰਾਣੀ ਉੱਚ ਸ਼੍ਰਾਣੀ ਦੇ ਵਿੱਚ ਵੱਡੇ ਵੱਡੇ ਮਨਸਬਦਾਰ ਸਰਦਾਰ ਜ਼ਗੀਰਦਾਰ ਰਾਏ ਲੋਕ ਸ਼ਾਮਿਲ ਸੀ ਰਾਜਪੂਤ ਕੀ ਅਮੀਰ ਲੋਕ ਸ਼ਾਮਿਲ ਸੀ ਤੇ ਇਸ ਸ਼੍ਰਾਣੀ ਦੇ ਲੋਕ ਬੜੇ ਆਲੀਸ਼ਾਨ ਮਹਿਲਾਂ ਦੇ ਵਿੱਚ ਰਹਿੰਦੇ ਸੀ ਤੇ ਆਪਣਾ ਬਧੇਰੇ ਸਮਾਂ ਭੋਗ ਵਿਲਾਸ ਦੇ ਵਿੱਚ ਬਤੀਤ ਕਰਦੇ ਸੀ ਮੱਧ ਸ਼੍ਰਾਣੀ ਦੇ ਵਿੱਚ ਵਪਾਰੀ ਸੈਨਿਕ ਕਿਸਾਨ ਛੋਟੇ ਦਰਜੇ ਦੇ ਕਰਮਚਾਰੀ ਹੁੰਦੇ ਸੀ ਤੇ ਜਿਨ੍ਹਾਂ ਦਾ ਜੀਵਨ ਪੱਧਰ ਉੱਚ ਸ਼੍ਰਾਣੀ ਦੇ ਨਾਲੋਂ ਨੀਵੇਂ ਦਰਜੇ ਵਾਲਾ ਸੀ ਪਰ ਖੁਸ਼ਹਾਲ ਸੀ ਤੇ ਨਿਮਿਸ਼ ਰਾਣੀ ਇਸ ਰਾਣੀ ਦੀ ਸਬਤੋ ਗਿਣਤੀ ਸਬਤੋ ਦੇ ਰਹੀ ਸੀ ਨਿਮਿਸ਼ ਰਾਣੀ ਦੇ ਵਿੱਚ ਇਜ਼ੇ ਉਚ ਲੋਹਾਰ ਤਰਖਾਨ ਜੁਲਾਹ ਦਸਤਕਾਰ ਛੋਟੇ ਛੋਟੇ ਦੁਕਾਨਦਾਰ ਘਰੇਲੂ ਨੌਕਰ ਮਜ਼ਦੂਰ ਦਾਸ ਇਹ ਸ਼ਾਮਲ ਹੁੰਦੇ ਸੀ ਤੇ ਇਹਨਾਂ ਦੀ ਹਾਲਤ ਕਿਸੇ ਵੀ ਤਰੀਕੇ ਕਿਸੇ ਵੀ ਤਰ੍ਹਾਂ ਚੰਗੇ ਨਹੀਂ ਸੀ ਤੇ ਹਿੰਦੂਆਂ ਦੀ ਸਥਿਤੀ ਪੰਜਾਬ ਦੀ ਫਸਲਾਂ ਦਾ ਮੁੱਖ ਭਾਗ ਹਿੰਦੂ ਸੀ ਹਿੰਦੂ ਸਮਾਜ ਕਈ ਜਾਤਾਂ ਤੇ ਉਪਜਾਤਾਂ ਵਿੱਚ ਵੰਡਿਆ ਹੁੰਦਾ ਸੀ ਇੱਕ ਜਾਤੀ ਦੇ ਲੋਕ ਦੂਸਰੀ ਜਾਤੀ ਦੇ ਲੋਕਾਂ ਨਾਲ ਨਫ਼ਰਤ ਕਰਦੇ ਸੀ ਨੀਵੀਂ ਜਾਤੀ ਦੇ ਲੋਕ ਨੂੰ ਉੱਚੀ ਜਾਤੀ ਦੇ ਲੋਕਾਂ ਨਾਲ ਮੇਲਜੋਲ ਵੇਦ ਪੜ੍ਹਨਾ ਮੰਦਰਾਂ ਵਿੱਚ ਜਾਣਾ ਆਮ ਲੋਕਾਂ ਦੇ ਇਸਤੇਮਾਲ ਕੀਤੇ ਜਾਂਦੇ ਵਾਲੇ ਖੂਹ ਤਲਾਬਾਂ ਦੇ ਵਿੱਚੋਂ ਪਾਣੀ ਪਰਣ ਦੀ ਇਜਾਜ਼ਤ ਨਹੀਂ ਸੀ ਤੇ ਜੇ ਕੋਈ ਜਾਤੀ ਦੇ ਰੰਗਣਾ ਕਰਦਾ ਸੀ ਤਾਂ ਉਹਨੂੰ ਬਰਾਦਰੀ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਸੀ ਇਸ ਤਰ੍ਹਾਂ ਦੀ ਹਾਲਤ ਮੁਗਲ ਕਾਲੀਨ ਸਮਾਜ ਦੇ ਵਿੱਚ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਹਾਲਤ ਬਹੁਤ ਤਰਸਯੋਗ ਸੀ ਇਸ ਤਰ੍ਹਾਂ ਉਭੋਗ ਵਿਲਾਸ ਤੇ ਮਨੋਰੰਜਨ ਦਾ ਹੀ ਵਸਤੂ ਸਮਝਿਆ ਜਾਂਦਾ ਸੀ ਤੇ ਉਸ ਸਮੇਂ ਇਸਤਰੀ ਸਮਾਜ ਵਿੱਚ ਪ੍ਰਚਲਿਤ ਬਰਾਂਜਾ ਜਿਵੇਂ ਕਿ ਲੜਕੀਆਂ ਦਾ ਕਤਲ ਬਾਲ ਵਿਆਹ ਸਤੀ ਪ੍ਰਥਾ ਵਿਧਵਾ ਵਿਆਹ ਤੇ ਰੋਕ ਵਿਧਵਾ ਵਿਆਹ ਤੇ ਰੋਕ ਬਹੁ ਵਿਆਹ ਪਰਦਾ ਪ੍ਰਥਾ ਇਹ ਸਾਰੇ ਬਰਾਂਜਾ ਸੀ ਇਸ ਤਰ੍ਹਾਂ ਦੇ ਹਾਲਤ ਭਾਵੇਂ ਆਪਾਂ ਨੇ ਤਰਸਯੋਗ ਸੀ ਬਹੁਤ ਜ਼ਾਰੇ ਖਾਨ ਵੀ ਨਤਾ ਤਾਂ ਪੁਆਇੰਟ ਆ ਜਾਊਗਾ ਸੋ ਇਹ ਸਮਾਜਿਕ ਜੀਵਨ ਚ ਪੁਆਇੰਟ ਆ ਜਾਣਗੇ ਮਨੋਰੰਜਨ ਦੇ ਸਾਧਨ ਇਹ ਅਲੱਗ ਤੋਂ ਵੀ ਕੁਐਸਚਨ ਪੁੱਛਿਆ ਜਾ ਸਕਦਾ ਵੀ ਕਿਹੜੇ ਕਿਹੜੇ ਤਰੀਕੇ ਨਾਲ ਮਨੋਰੰਜਨ ਕਰਦੇ ਸੀ ਉਹ ਸ਼ਿਕਾਰ ਖੇਡ ਕੇ ਰਥਾਂ ਦੀ ਦੌੜ ਕਰਵਾ ਕੇ ਕਬੂਤਰਬਾਜ਼ੀ ਕਰਕੇ ਮੁਰਗੀਆਂ ਲੜਾਈ ਕਰਵਾ ਕੇ ਸ਼ਤਰਾਂਜ ਖੇਡ ਕੇ ਸੰਗੀਤ ਕੂਚਤੀਆਂ ਤਾਂ ਤਾਂਛ ਖੇਡ ਕੇ ਇਸ ਤੋਂ ਇਲਾਵਾ ਤਿਹਾਰ ਤੇ ਮੇਲੇ ਵਿੱਚ ਵੱਧ ਝੜ ਕੇ ਹਿੱਸਾ ਲੈਂਦੇ ਸੀ ਹੁਣ ਇਸ ਤਰ੍ਹਾਂ ਦੀ ਹਾਲਤ ਕਿਵੇਂ ਦੀ ਸੀ ਮੁਗਲ ਕਾਲ ਇੰਦੇ ਵਿੱਚ ਬਹੁਤ ਤਰਸਯੋਗ ਸੀ ਹਾਂਜੀ ਮੁਗਲ ਕਾਲਿੰਨ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਹਾਲ ਤਾਂ ਚੰਗੇ ਨਹੀਂ ਸੀ ਉਸ ਸਮੇਂ ਲੜਕੀਆਂ ਦਾ ਜੰਮਣ ਨੂੰ ਭਾਵ ਕਿ ਲੜਕੀਆਂ ਦੇ ਜਨਮ ਹੋਣ ਨੂੰ ਹੀ ਬਦਸ਼ਕਣੀ ਸਮਝਿਆ ਜਾਂਦਾ ਸੀ ਕਿਉਂਕਿ ਲੜਕੀ ਦੇ ਵਿਆਹ ਤੇ ਬਹੁਤ ਜ਼ਿਆਦਾ ਖਰਚਾ ਕਰਨਾ ਪੈਂਦਾ ਸੀ ਇਸ ਲਈ ਜ਼ਿਆਦਾਤਰ ਲੜਕੀ ਨੂੰ ਜੰਮਾ ਦੇ ਸਾਰੇ ਮਾਰ ਦਿੱਤਾ ਜਾਂਦਾ ਸੀ ਤੇ ਜਿਹੜੀਆਂ ਲੜਕੀਆਂ ਆਪਣੀ ਖੁਸ਼ਕਿਸਮਤ ਦੇ ਨਾਲ ਬਚ ਜਾਂਦੀਆਂ ਸੀ ਉਹਨਾਂ ਦਾ ਬਹੁਤ ਛੋਟੀ ਮਰ ਦੇ ਵਿੱਚ ਵਿਆਹ ਕਰ ਦਿੱਤਾ ਜਾਂਦਾ ਸੀ ਤੇ ਇਸ ਕਰਕੇ ਲੜਕੀਆਂ ਦੀ ਪੜ੍ਹਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ ਤੇ ਪੈਸੇ ਦੀ ਖਾਤਰ ਕਈ ਵਾਰ ਲੜਕੀਆਂ ਦਾ ਵਿਆਹ ਵੱਡੀ ਉਮਰ ਦੇ ਆਦਮੀ ਨਾਲ ਵੀ ਕਰ ਦਿੱਤਾ ਜਾਂਦਾ ਸੀ ਤੇ ਪਤੀ ਦੀ ਮੌਤ ਹੋਣ ਤੇ ਫਿਰ ਪਤਨੀ ਨੂੰ ਜ਼ਬਰਦਸਤੀ ਪਤੀ ਦੇ ਜੀਤਾ ਦੇ ਨਾਲ ਚਲਾਇਆ ਜਾਂਦਾ ਸੀ ਜਿਉਂਦਾ ਹੀ ਤੇ ਇਸ ਪ੍ਰਥਾ ਨੂੰ ਕਹਿੰਦੇ ਸੀ ਸਤੀ ਪ੍ਰਥਾ ਤੇ ਜਿਹੜੇ ਇਸ ਤਰੀ ਸਤੀ ਨਹੀਂ ਸੀ ਹੁੰਦੀਆਂ ਉਹਨਾਂ ਨੂੰ ਵਿਧਵਾ ਦਾ ਵਿਆਹ ਜੀਵਨ ਬਤੀਤ ਕਰਨਾ ਪੈਂਦਾ ਸੀ ਬਹੁਤ ਜ਼ਿਆਦਾ ਬੁਰੀ ਹਾਲਤ ਦੇ ਵਿੱਚ ਜਾਨਵਰਾਂ ਨਾਲ ਉਹ ਵੀ ਭੜਾ ਹੁੰਦਾ ਸੀ ਤੇ ਮੁਸਲਮਨ ਤੇ Hindu ਇਸਤਰੀਆਂ ਦੇ ਵਿੱਚ ਪਰਦੇ ਦਾ ਬਹੁਤ ਰਿਵਾਜ ਸੀ ਤੇ ਉਸ ਸਮੇਂ ਗੁਲਾਮ ਇਸਤਰੀ ਰੱਖਣ ਦਾ ਵੀ ਰਿਵਾਜ ਸੀ ਇਹਨਾਂ ਗੁਲਾਮ ਇਸਤਰੀਆਂ ਨੂੰ ਜਾਨਵਰਾਂ ਵਾਂਗ ਖਰੀਦਿਆ ਤੇ ਵੇਚਿਆ ਜਾ ਸਕਦਾ ਸੀ ਤੇ ਸਮਾਜ ਦੇ ਵਿੱਚ ਇਸਤਰੀਆਂ ਦੀ ਦਰਜਾ ਪੁਰਸ਼ਾਂ ਦੀ ਜੁੱਤੀ ਦੇ ਬਰਾਬਰ ਸਮਝਿਆ ਜਾਂਦਾ ਸੀ ਤੇ ਮਨੋਰੰਜਨ ਦੇ ਸਾਧਨ ਤੁਸੀਂ ਜਸਟ ਇੱਕ ਵਾਰ ਰੀਡ ਕਰ ਲੈਣਾ ਠੀਕ ਹੈ ਸਿੱਖਿਆ ਦਾ ਪ੍ਰਬੰਧ ਸਿੱਖਿਆ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੁੰਦੀ ਸੀ Hindu ਮੰਦਰਾਂ ਦੇ ਵਿੱਚ ਸਿੱਖਿਆ ਹਾਸਲ ਕਰਦੇ ਸੀ ਮੁਸਲਿਮ ਮਸਜਿਦਾਂ ਵਿੱਚ ਹਾਸਲ ਕਰਦੇ ਸੀ ਤੇ ਇਹ ਲੋਕਾਂ ਦੁਆਰਾ ਦਿੱਤੇ ਗਏ ਦਾਨ ਤੇ ਹੀ ਚੱਲਦੇ ਹੁੰਦੇ ਸੀ ਇਹਨੂੰ ਜਸਟ ਰੀਡ ਕਰ ਲੈਣਾ ਬਾਕੀ ਉੱਚੀ ਰੀ ਸਿੱਖਿਆ ਲਈ ਪੰਜਾਬ ਦੇ ਵਿੱਚ ਲਾਹੌਰ ਮੁਲਤਾਨ ਸਿਆਲਕੋਟ ਜਲੰਧਰ ਸੁਲਤਾਨਪੁਰ ਬਟਾਲਾ ਅੰਬਾਲਾ ਸਰਹੰਦਾ ਦੇ ਸੀ ਥਾਵਾਂ ਥਾਵਾਂ ਤੇ ਮਦਰੱਸੇ ਬਣੇ ਹੋਏ ਸੀ ਸਰਕਾਰ ਇਹਨਾਂ ਨੂੰ مالی ਸਹਾਇਤਾ ਦਿੰਦੀ ਸੀ ਇਸ ਤਰ੍ਹਾਂ ਦੇ ਹਾਲਤ ਵੱਲ ਇਸ ਤਰ੍ਹਾਂ ਦੇ ਸਿੱਖਿਆ ਵੱਲ ਉਨ ਜਿਹੜੀ ਕੋਈ ਧਿਆਨ ਨਹੀਂ ਦਿੱਤਾ ਨਾ ਸੀ ਕੇਵਲ ਉਚਕਰਾਂ ਨੇ ਦੀ ਸਤਹੀ ਸਿੱਖਿਆ ਹਾਸਲ ਕਰਦੇ ਸੀ ਹਾਂਜੀ ਮੁਗਲ ਕਾਲੀਨ ਦੇ ਵਿੱਚ ਖੇਤੀਬਾੜੀ ਦੀ ਕੀ ਹਾਲਤ ਸੀ ਖੇਤੀਬਾੜੀ ਦੀ ਕੀ ਦਸ਼ਾ ਸੀ ਜਦੋਂ ਖੁਸ਼ਹਾਲ ਜੀਵਨ ਸੀ ਖੇਤੀਬਾੜੀ ਪੰਜਾਬੀਆਂ ਦਾ ਮੁੱਖ ਆਧਾਰ ਸੀ ਤਾਂ ਇਹਨੂੰ ਤੁਸੀਂ ਇੱਕ ਵਾਰ ਜਸਟ ਰੀਡ ਕਰ ਲੈਣਾ ਤਾਂ ਈਜ਼ੀਲੀ ਯਾਦ ਹੋ ਜਾਊਗਾ ਕਿਹੜੇ-ਕਿਹੜੇ ਫਸਲਾਂ ਸੀ 1/3 ਹਿੱਸਾ ਉਪਜਦਾ ਹੁੰਦਾ ਸੀ ਇਹਨੂੰ ਯਾਦ ਕਰ ਲੈਣਾ ਇੰਪੋਰਟੈਂਟ ਹੈ ਵੀ ਆਰਥਿਕ ਕਾਲ ਦੇ ਵਿੱਚ ਮੁੱਖੇ ਫਿਰ ਤੋਂ ਉਹੀ ਪੁਆਇੰਟ ਆ ਜਾਣਗੇ ਖੇਤੀਬਾੜੀ ਉਦਯੋਗ ਪਸ਼ੂ ਪਾਲਣ ਖਣਿਜ ਵਪਾਰ ਤੇ ਕਈ ਵਾਰ ਇਸ ਚੈਪਟਰ ਜਾਇ ਪੁੱਛ ਲੈਂਦੇ ਨੇ ਕਿ ਅਲੱਗ ਤੋਂ ਹਿੰਦੂਆਂ ਦੀ ਸਥਿਤੀ ਕੀ ਮੇਰੀ ਸੀ ਤਾਂ ਹਿੰਦੂਆਂ ਦੀ ਸਥਿਤੀ ਮਾੜੀ ਸੀ ਹਿੰਦੂ ਦੀ ਗਿਣਤੀ ਬੇਸ਼ੱਕ ਜ਼ਿਆਦਾ ਸੀ ਪਰ ਉਹਨਾਂ ਨੂੰ ਉੱਚੇ ਅਹੁਦੇ ਤੋਂ ਵਾਂਝਾ ਰੱਖਿਆ ਨਹੀਂ ਸੀ ਕਿਉਂਕਿ ਉਹਨਾਂ ਦਾ ਸ਼ਾਸਕ ਵਰਗ ਮੁਗਲ ਸੀ ਤੇ ਹਿੰਦੂ ਨੂੰ ਕਾਫਰ ਕਹਿ ਕੇ અપਮਾਨਿਤ ਕੀਤਾ ਜਾਂਦਾ ਸੀ ਤੇ ਉਹਨਾਂ ਨੂੰ ਇਸਲਾਮ धर्म ਸਵੀਕਾਰ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ ਤੇ ਹਿੰਦੂ ਸਮਾਜ ਕਈ ਜਾਤਾਂ ਤੇ ਉਪਜਾਤਾਂ ਵਿੱਚ ਵੰਡਿਆ ਹੋਇਆ ਸੀ ਤੇ ਜਾਤੀ ਸੰਬੰਧੀ ਐਨੇ ਨਿਯਮ ਬਹੁਤ ਜ਼ਿਆਦੇ ਕਠੋਰ ਸੀ ਕਿ ਨਹੀਂ ਕਿ ਉੱਚ ਜਾਤੀ ਦੇ ਲੋਕ ਨੀਵੀਂ ਜਾਤੀ ਦੇ ਲੋਕਾਂ ਦੇ ਭਾਰੀ ਜ਼ੁਲਮ ਕਰਦੇ ਸੀ। ਹਾਂਜੀ ਅਬਦਲ ਸ਼ਾਹ ਅਬਦਾਲੀ ਵਾਲੇ ਚੈਪਟਰ ਚ ਅਬਦਲ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਕਾਰਨ ਕੀ ਸੀ ਤਾਂ ਉਹਨੇ ਅੱਠਾ ਹਮਲੇ ਕੀਤੇ ਨੇ ਅਬਦਲ ਸ਼ਾਹ ਅਬਦਾਲੀ ਨੇ 1747 ਤੋਂ ਲੈ ਕੇ 1767 ਈਸਵੀ ਤੱਕ ਤੇ ਬਾਬਰ ਨੇ ਕੀਤੇ ਨੇ ਪੰਜ ਤੇ ਇਹਦੇ ਅੱਠਾ ਹਮਲੇ ਦੇ ਕਾਰਨ ਕੀ ਸੀ ਅਬਦਾਲੀ ਦੀ ਇੱਛਾ ਭਾਰਤੀ ਧਨ-ਦੌਲਤ afghanistan ਵਿੱਚ ਆਪਣੀ ਮਜ਼ਬੂਤ ਸਥਿਤੀ ਕਰਨਾ ਚਾਹੁੰਦਾ ਸੀ ਪਹਿਲਾਂ ਦੇ ਹੈਡਿੰਗ ਭਾਰਤੀ ਦੇਨਕੂਲ ਰਾਜਨੀਤਿਕ ਦਸ਼ਾ ਸ਼ਾਨਵਜ ਖਾਨ ਦਾ ਸਤਾਂ ਜੀ ਪਹਿਲਾ ਕਾਰਨ ਕੀ ਹੈ ਅਮਦ ਸ਼ਾਹ ਅਬਦਾਲੀ ਦੀ ਇੱਛਾ ਅਮਦ ਸ਼ਾਹ ਅਬਦਾਲੀ ਬੜੇ ਉੱਚੇ ਮਨਸੂਬਿਆਂ ਵਾਲਾ ਸ਼ਾਸਕ ਸੀ ਤੇ ਉਹ ਅਫਗਾਨਿਸਤਾਨ ਦੇ ਛੋਟੇ ਜਿਹੇ ਸਾਮਰਾਜ ਤੋਂ ਸੰਤੁਸ਼ਟ ਨਹੀਂ ਸੀ ਜਿਸ ਲਈ ਉਹ ਪੰਜਾਬ ਤੇ ਭਾਰਤ ਦੇ ਹੋਰ ਨਾ ਪ੍ਰਦੇਸ਼ਾਂ ਤੇ ਜਿੱਤ ਕੇ ਪ੍ਰਾਪਤ ਕਰਕੇ ਆਪਣੇ ਰਾਜ ਦਾ ਸਾਮਰਾਜ ਦਾ ਵਿਸਥਾਰ ਕਰਨਾ ਚਾਹੁੰਦਾ ਸੀ ਤੇ ਭਾਰਤੀ ਤੁੰਦੌਲਤ ਅਮਦ ਸ਼ਾਹ ਅਬਦਾਲੀ ਇੱਕ ਸ਼ਕਤੀਸ਼ਾਲੀ ਸਾਮਰਾਜ ਸਥਾਪਿਤ ਕਰਨ ਕਰਨਾ ਚਾਹੁੰਦਾ ਸੀ ਜਿਸ ਕਰਕੇ ਉਹਨੂੰ ਇਹ ਲੱਗਦਾ ਸੀ ਕਿ ਭਾਰਤ ਦੇ ਵਿੱਚ ਬਹੁਤ ਸਾਰਾ ਤੁੰਦੌਲਤ ਹੈ ਤੇ ਉਹਨੂੰ ਲੁੱਟ ਕੇ ਉਹ ਜਿਹੜੀ ਆਪਣੇ ਹਰ ਇੱਕ ਚੀਜ਼ ਨੂੰ ਹਾਸਲ ਕਰ ਸਕਦਾ ਤੇ ਭਾਰਤ ਦੇ ਵਿੱਚ ਇੰਨੀ ਜਾਰਾ ਤੁਹਾਨੂੰ ਦੋਤ ਸੀ ਕਿ ਇਹ ਆਪਣੀ ਬਿਸ਼ਪ ਦੇ ਵਿੱਚ ਤੁਹਾਨੂੰ ਦੋਤ ਲਈ ਬਹੁਤ ਜਿਆਦਾ ਪ੍ਰਸਿੱਧ ਸੀ afghanistan ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨੀ ਚਾਹੁੰਦਾ ਸੀ ਅਹਿਮਦ ਸ਼ਬਦ ਵਾਲੇ ਜਿਸ ਕਰਕੇ ਉਹਨੇ ਭਾਰਤ ਤੇ ਹਮਲੇ ਕਰਨੇ ਸ਼ੁਰੂ ਕੀਤੇ ਤੇ ਜਦੋਂ ਨਾਦਰ ਸ਼ਾਹ ਦੀ ਹੱਤਿਆ ਹੋ ਗਈ ਉਸ ਤੋਂ ਬਾਅਦ afghanistan ਦਾ ਉਹ ਸ਼ਾਸਕ ਬਣਿਆ ਸੀ ਤਾਂ ਕਈ ਸਰਦਾਰਾਂ ਨੇ ਉਹਦਾ ਵਿਰੋਧ ਕੀਤਾ ਜਿਸ ਕਰਕੇ ਉਹਨੇ ਆਪਣੀ ਸਥਿਤੀ ਆਪਣੀ ਪੋਜੀਸ਼ਨ ਨੂੰ ਪਾਵਰਫੁੱਲ ਕਰਨ ਦੇ ਲਈ ਜਿਹੜੇ ਕਿ ਭਾਰਤ ਤੇ ਹਮਲੇ ਕਰਨੇ ਸ਼ੁਰੂ ਕੀਤੇ ਭਾਰਤ ਦੇ ਅਨੁਕੂਲ ਰਾਣੀਕ ਦਸ਼ਮ ਹਾਂਜੀ 1707 ਈਸਵੀ ਦੇ ਔਰੰਗਜੇਬ ਦੀ ਮੌਤ ਤੋਂ ਬਾਅਦ ਮਹਾਨ ਮੁਗਲ ਸਾਮਰਾਜ ਜਿਹੜੀ ਕਿ ਤੇਜ਼ੀ ਦੇ ਨਾਲ ਪਤਨ ਦੇ ਵੱਲ ਜਾ ਰਿਹਾ ਸੀ ਤਾਂ ਔਰੰਗਜੇਬ ਦੇ ਜਿਹੜੇ ਉੱਤਰਾਧਿਕਾਰੀ ਉਹ ਕਮਜ਼ੋਰ ਨਿਕਲੇ ਨਿਕਮੇ ਨਿਕਲੇ ਜਿਸ ਕਰਕੇ ਭਾਰਤ ਵਿੱਚ ਰਾਜਕਤਾ ਫੈਲੀ ਹੋਈ ਸੀ ਤੇ ਪੰਜਾਬ ਦੇ ਵਿੱਚ ਸਿੱਖਾਂ ਨੇ ਮੁਗਲ ਸੁਬੇਦਾਰਾਂ ਦੇ ਨੱਕ ਦੇ ਵਿੱਚ ਦਮ ਕਰ ਦਿੱਤਾ ਤੇ ਇਸ ਇਸਲਾਬ ਉਠਾ ਕੇ ਅਮਰ ਸ਼ਬਦ ਆ ਲੈਨੇ ਪੰਜਾਬ ਤੇ ਹਮਲੇ ਕਰਨ ਦਾ ਫੈਸਲਾ ਕੀਤਾ ਅਗੇ ਫਿਫਤਾ ਸ਼ਾਨਵਜ ਖਾਨ ਦਾ ਸਦਾ ਹਾਂਜੀ ਜਕਰੀਆ ਖਾਨ ਦੀ ਮੌਤ ਹੋ ਗਈ ਜਦੋਂ 1745 ਸੀ ਦੇ ਵਿੱਚ ਤਾਂ ਉਸ ਤੋਂ ਬਾਅਦ ਉਸ ਦਾ ਵੱਡਾ ਪੁੱਤਰ ਜਈਆ ਖਾਨ ਲਾਹੌਰ ਦਾ ਸੁਬੇਦਾਰ ਬਣਦਾ ਤੇ ਇਸ ਗੱਲ ਦਾ ਜਿਹੜੇ ਕਿ ਜਿਹੜਾ ਛੋਟਾ ਪ੍ਰਾਸੀ ਸ਼ਾਨਵਜ ਖਾਉ ਇਸ ਗੱਲ ਨੂੰ ਸਹਿਨ ਨਹੀਂ ਕਰ ਸਕਦਾ ਤਾਂ ਕਾਫੀ ਸਮੇਂ ਤੋਂ ਲਾਹੌਰ ਦੇ ਵਿੱਚ ਸੁਬੇਦਾਰੀ ਹਾਸਲ ਕਰਨਾ ਚਾਹੁੰਦਾ ਸੀ ਜਿਹੜੇ ਕਿ ਜਕਰੀਆ ਖਾਨ ਦਾ ਬੇਟਾ ਤੇ ਇਸ ਸਥਿਤੀ ਦੇ ਵਿੱਚ ਸ਼ਾਨਵਜ ਖਾਨ ਨੇ ਅਮਰਦਸ ਅਬਦਾਲੀ ਨੂੰ ਭਾਰਤੇ ਹਮਲਾ ਕਰਨ ਦਾ ਸੱਦਾ ਕੀਤਾ ਵੀ ਜੇ ਉਹ ਹਮਲਾ ਕਰੂਗਾ ਤਾਂ ਉਹ ਜਿਹੜੇ ਕਿ ਉਹਦੀ ਮਦਦ ਕਰੂਗਾ ਤਾਂ ਅਮਰਦਸ ਅਬਦਾਲੀ ਪਹਿਲਾਂ ਹੀ ਮੌਕੇ ਦੀ ਇਤਲਾਸ ਦੇ ਵਿੱਚ ਸੀ ਤੇ ਉਹਨੂੰ ਇਹ ਫਿਰ ਮੌਕਾ ਮਿਲ ਗਿਆ ਹਾਂਜੀ ਅੱਗੇ ਕੋਸ਼ਣਾ ਹੈਗਾ ਵੱਡਾ ਕੱਲੂਕਾਰ ਵੱਡਾ ਕੱਲੂਕਾਰ ਜਿਹੜਾ ਕਿ ਇਹ ਹੁੰਦਾ 5 ਫਰਵਰੀ 1762 ਦੇ ਵਿੱਚ ਤੇ ਛੋਟਾ ਯਾਦ ਰੱਖਣਾ ਸੀ ਮਈ 1746 ਦੇ ਵਿੱਚ ਹੁੰਦਾ ਛੋਟਾ ਗੁਰਦਾਸਪੁਰ ਦੇ ਨੇੜੇ ਕਾਨੂੰਵਾਨ ਦੇ ਵਿੱਚ ਤੇ ਇਹ ਛੋਟਾ ਕੱਲੂਕਾਰਾ ਕੌਣ ਕਰਵਾਉਂਦਾ ਜਿਹੜੇ ਕਿ ਜਾਈਆ ਖਾਂ ਤੇ ਲਖਪਤਰਾਈ ਠੀਕ ਹੈ ਇਹਨਾਂ ਦੋਨਾਂ ਦੇ ਸਨਾਮਾ ਹੁੰਦਿਆਂ ਨੇ ਤੇ ਵੱਡਾ ਕੱਲੂਕਾਰਾ ਜਿਹੜੇ ਕਿ ਅਹਮਦ ਸ਼ਾਹ ਅਬਦਾਲੀ ਕਰਵਾਉਂਦਾ ਤੇ ਇਹ ਹੋਇਆ 5 ਫਰਵਰੀ 1762 ਈਸਵੀ ਦੇ ਵਿੱਚ ਵੱਡਾ ਕੱਲੂਕਾਰਾ ਹੁੰਦਾ ਮਲੇਰ ਕੋਟ ਨੇੜੇ ਕੂਪ ਨਾਮੀ ਸਥਾਨ ਤੇ ਹਾਂਜੀ ਕਈ ਜਗ੍ਹਾ ਤੇ ਕੁੱਪ ਵੀ ਤੁਹਾਨੂੰ ਲਿਖਿਆ ਹੋਇਆ ਮਿਲਦਾ ਆਸਥਾਨ ਵੱਡਾ ਕੱਲੂਕਾਰਾ ਸੀ ਇੱਕ ਇਤਿਆਜ਼ ਦੀ ਬਹੁਤ ਹੀ ਦੁਖਦਾਈ ਘਟਨਾ ਸੀ ਜਦੋਂ ਅਹਮਦ ਸ਼ਾਹ ਅਬਦਾਲੀ ਨੂੰ पता ਲੱਗਿਆ ਕਿ ਸਿੱਖਾਂ ਨੇ ਮਲੇਰਕੋਟਲਾ ਨੇੜੇ ਕੂਪ ਅੰਦੇ ਵਿੱਚ ਡੇਰੇ ਲਾਏ ਹੋਏ ਨੇ ਤਾਂ ਉਹ ਬੜੀ ਤੇਜ਼ੀ ਦੇ ਨਾਲ ਮਲੇਰਕੋਟਲਾ ਦੇ ਵੱਲ ਵਧਦੇ ਨੇ ਤੇ ਉਹਨਾਂ ਨੇ ਸਰਹੰਦ ਦੇ ਸੂਬੇਦਾਰ ਜੈਨਖੰਦ ਨੂੰ ਵੀ ਆਪਣੀ ਫੌਜ ਦੇ ਵਿੱਚ ਸ਼ਾਮਲ ਕਰ ਲਿਆ ਤਾਂ 5 ਫਰਵਰੀ 1762 ਈਸਵੀ ਨੂੰ ਅਹਿਮਦ ਸ਼ਾ ਅਬਦਾਲੀ ਨੇ ਕੂਪ ਨਮੀ ਕੂਪ ਨਮੀ ਦੇ ਵਿਸਥਾਨ ਮਲੇਰਕੋਟਲਾ ਨੇੜੇ ਸਿੱਖਾਂ ਤੇ ਅਚਾਨਕ ਹਮਲਾ ਕਰਤਾ ਤਾਂ ਸਿੱਖਾਂ ਨੇ ਇਸਤਰੀਆਂ ਤੇ ਬੱਚਿਆਂ ਨੂੰ ਰੱਖਿਆ ਘੇਰੇ ਦੇ ਵਿੱਚ ਲੈ ਕੇ ਵੈਰੀਆਂ ਨਾਲ ਲੜਦੇ ਹੋਏ ਅੱਗੇ ਵਧੇ ਗਰਮਾਪਿੰਡ ਵੱਲ ਵਧਣਾ ਸ਼ੁਰੂ ਕੀਤਾ ਕਿਉਂਕਿ ਉੱਥੇ ਉਹਨਾਂ ਦਾ ਜਿਹੜੇ ਕਿ ਗਰਮਾਪਿੰਡ ਦੇ ਵਿੱਚ ਜਿਹੜੇ ਕਿ ਸੈਨਿਕ ਸਮਗਰੀ ਪਈ ਸੀ ਉਹਨਾਂ ਦੇ ਸੈਨਿਕ ਹਸਤਰਸ਼ਤਰ ਉੱਥੇ ਪਈ ਸੀ ਤੇ ਇਸ ਭਿਆਨਕ ਸਮੇਂ ਦੇ ਵਿੱਚ ਜੱਸਾ ਸਿੰਘ ਆਲੋਵਾਲੀਅਤ ਚੜ੍ਹ ਸਿੰਘ ਸ਼ੁਕਰਚੱਕੀਆ ਨੇ ਸਿੱਖਾਂ ਦੀ ਅਗਵਾਈ ਕਰ ਰਹੇ ਸੀ ਤੇ ਅਮਰਦਸ਼ਾਬ ਅਬਦਾਲੀ ਦੀ ਸੈਨਾ ਨੇ ਵਿਸ਼ਾਲ ਸੈਨਾ ਦੇ ਨਾਲ ਸਿੱਖਾਂ ਦਾ ਜਿਹੜਾ ਰੱਖਿਆ ਘੇਰਾ ਪਾਇਆ ਹੋਇਆ ਸੀ ਉਹਨੂੰ ਤੋੜਤਾ ਤੇ ਜਿਸ ਕਰਕੇ ਇਸ ਹਮਲੇ ਦੇ ਵਿੱਚ ਲੱਗ ਤੇ ਇਸ ਹਮਲੇ ਦੇ ਵਿੱਚ ਲਗਭਗ 25000 ਤੋਂ ਲੈ ਕੇ 30000 ਸਿੱਖਾਂ ਜਿਹੜੇ ਕਿ ਸ਼ਹੀਦੀਆਂ ਪ੍ਰਾਪਤ ਕਰ ਗਏ ਤੇ ਇਸ ਘਟਨਾ ਨੂੰ ਸਿੱਖ ਇਤਿਹਾਸ ਦੇ ਵਿੱਚ ਕੀ ਕਿਹਾ ਜਾਣ ਲੱਗਿਆ ਵੱਡਾ ਕੱਲੂਕਾਰਾ ਜਾਂ ਦੂਜਾ ਕੱਲੂਕਾਰਾ ਹਾਂਜੀ ਅੱਗੇ ਹੈ ਸਿੱਖਾਂ ਦੇ ਵਿਰੁੱਧ ਅਹਿਮਦ ਸ਼ਾਹ ਅਬਦਾਲੀ ਦੀ ਅਸਫਲਤਾ ਦੇ ਕੀ ਕਾਰਨ ਸੀ ਸਿੱਖਾਂ ਨੂੰ ਦਬਾਉਣ ਦੇ ਵਿੱਚ ਕਿਉਂ ਨਾਕਾਮਜਾਰਾ ਨਾਕਾਮਜਵ ਰਿਹਾ ਅਹਿਮਦ ਸ਼ਾਹ ਅਬਦਾਲੀ ਕਿਉਂ ਐਂਡ ਦੇ ਵਿੱਚ ਉਹ ਸਫਲ ਹੋ ਗਿਆ ਉਹਦੀ ਸਫਲਤਾ ਦੇ ਕਾਰਨ ਕੀ ਸੀ ਇੱਕ ਤਾਂ ਸਿੱਖਾਂ ਦਾ ਮਜ਼ਬੂਤ ਇਰਾਦਾ ਸਿੱਖਾਂ ਨੂੰ ਜਿਹੜੇ ਕਿ ਦਵਾਂ ਦੇ ਵਿੱਚ ਉਹ ਅਸਫਲ ਤਾਂ ਰਹੇ ਕਿਉਂਕਿ ਸਿੱਖਾਂ ਦਾ ਮਜ਼ਬੂਤ ਬਲੰਦ ਹੌਂਸਲੇ ਵਾਲੇ ਸੀ ਤੇ ਵੱਡੇ ਕੱਲੂ ਕਰ ਦੇ ਵਿੱਚ ਬੇਸ਼ੱਕ 25000 ਤੋਂ ਲੈ ਕੇ 30000 ਸਿੱਖਾਂ ਸ਼ਹੀਦ ਸ਼ਹੀਦੀਆਂ ਪ੍ਰਾਪਤ ਕਰ ਗਏ ਪਰ ਸਿੱਖਾਂ ਦਾ ਹੌਸਲਾ ਡੋਲ ਰਿਹਾ ਤੇ ਅਜਿਹੀ ਕੌਮ ਨੂੰ ਹਰਾਉਣਾ ਫਿਰ ਕੋਈ ਸੌਖਾ ਕੰਮ ਨਹੀਂ ਹੁੰਦਾ ਗੁਰੀਲਾ ਜੁੱਧ ਪ੍ਰਣਾਲੀ ਹਾਂਜੀ ਸਿੱਖਾਂ ਦੀ ਜਿਹੜੀ ਕਿ ਗੁਰੀਲਾ ਜੁੱਧ ਪ੍ਰਣਾਲੀ ਸੀ ਗੁਰੀਲਾ ਜੁੱਧ ਪ੍ਰਣਾਲੀ ਕਰਕੇ ਜਿਹੜੇ ਕੈਮਦਸ਼ ਅਫਦਾਲੀ ਸਿੱਖਾਂ ਨੂੰ ਦਬਾਉਣ ਦੇ ਵਿੱਚ ناکਾਮ ਜਾਵ ਰਿਹਾ ਜਦੋਂ ਵੀ ਅਮਦਸ਼ ਅਫਦਾਲੀ ਸਿੱਖਾਂ ਦੇ ਵਿਰੋਧ ਹਮਲਾ ਕਰਦਾ ਸੀ ਤਾਂ ਅਸੀਂ ਇੱਕ ਫੋਰਨ ਜੰਗਲਾਂ ਤੇ ਪਹਾੜਾਂ ਦੀ ਛਰਨ ਦੇ ਵਿੱਚ ਚਲੇ ਜਾਂਦੇ ਸੀ ਤੇ ਮੌਕਾ ਦੇਖ ਕੇ ਅਮਦਸ਼ ਅਫਦਾਲੀ ਦੀ ਸੈਨਾ ਤੇ ਹਮਲਾ ਕਰਕੇ ਲੁੱਟ ਮਾਰ ਕਰਕੇ ਮੋੜ ਵਾਪਸ ਚਲੇ ਜਾਂਦੇ ਸੀ ਤਾਂ ਛਾਪਾ ਮਰ ਜੁੱਧਾਂ ਨੇ ਅਮਦਸ਼ ਅਫਦਾਲੀ ਦੀ ਰਾਤਾਂ ਦੀ ਨੀਂਦ ਜਿਹੜੀ ਆਰਾਮ ਕਰਦੀ ਅੱਗੇ ਪੰਜਾਬ ਦੇ ਲੋਕਾਂ ਦਾ ਇਹ ਸਹਿਯੋਗ ਹਾਂਜੀ ਅਮਦਸ਼ ਅਫਦਾਲੀ ਦੀ ਹਾਰ ਦਾ ਕਾਰਨ ਇਹ ਵੀ ਸੀ ਕਿ ਉਸ ਨੂੰ ਪੰਜਾਬ ਦੇ ਲੋਕਾਂ ਦਾ ਸਹਿਯੋਗ ਪ੍ਰਾਪਤ ਨਾ ਹੋਇਆ ਤੇ ਉਸਨੇ بار بار ਹਮਲੇ ਦੇ ਦੌਰਾਨ ਨਾ ਸਿਰਫ ਲੋਕਾਂ ਦੇ ਧਨ-ਦੌਲਤ ਨੂੰ ਹੀ ਲੁੱਟਿਆ ਸਗੋਂ ਹਜ਼ਾਰਾਂ ਹੀ નિર્ਦੋਸ਼ ਲੋਕਾਂ ਦਾ ਕਤਲ ਕਰਤਾ ਤੇ ਜਿਸ ਕਰਕੇ ਪੰਜਾਬ ਦੇ ਲੋਕਾਂ ਦੀ ਉਸ ਨਾਲ ਕੋਈ ਹਮਦਰਦੀ ਨਹੀਂ ਸੀ ਤੇ ਸਭ ਪੰਜਾਬ ਦੇ ਲੋਕਾਂ ਨੇ ਕਿਨਾਂ ਦਾ ਸਾਥ ਦਿੱਤਾ ਸਮਾਂ ਤੇ ਸਿੱਖਾਂ ਦਾ ਅੱਗੇ ਹੈ ਸਿੱਖਾਂ ਦਾ ਚਰਿੱਤਰ ਹਾਂ ਜੀ ਸਿੱਖਾਂ ਦੇ ਜਿਹੜੇ ਕਿ ਹੌਂਸਲੇ ਵਾਲੇ ਹੁੰਦੇ ਨੇ ਬਹਾਦਰ ਹੁੰਦੇ ਨੇ ਦਲੇਰ ਹੁੰਦੇ ਨੇ ਤੇ ਲੜਾਈ ਦੇ ਮੈਦਾਨ ਦੇ ਵਿੱਚ ਕਦੇ ਵੀ ਪਿੱਛੇ ਨਹੀਂ ਹਟਦੇ ਠੀਕ ਹੈ ਤੇ ਨਿਹੱਤੇ ਜਿਹੜੇ ਲੋਕ ਉਹਨਾਂ ਤੇ ਹਮਲਾ ਨਹੀਂ ਕਰਦੇ ਤੇ ਉਹਨਾਂ ਦੇ ਸਾਰੇ ਗੁਣਾ ਕਰਕੇ ਵੀ ਜਿਹੜੇ ਕਿੰਮਤ ਸਿੰਘ ਅਬਦਾਲੀ ਸਿੱਖਾਂ ਨੂੰ ਹਰਾਉਣ ਦੇ ਵਿੱਚ ਨਾ ਕਾਮਯਾਬ ਰਿਹਾ ਤੇ ਸਿੱਖਾਂ ਦੇ ਜੋਗ ਨੇਤਾ ਅਮਰਦਸ ਅਬਦਾਲੀ ਵਿਰੁੱਧ ਸਿੱਖਾਂ ਦੀ ਜਿੱਤ ਦਾ ਕਾਰਨ ਅਮਰਦਸ ਅਬਦਾਲੀ ਵਿਰੁੱਧ ਸਿੱਖਾਂ ਦੀ ਜਿੱਤ ਦਾ ਕਾਰਨ ਭਾਵ ਕਿ ਅਮਰਦਸ ਅਬਦਾਲੀ ਕਿਉਂ ਹਾਰਿਆ ਸਿੱਖ ਕਿਉਂ ਜਿੱਤੇ ਇਹਦਾ ਕਾਰਨ ਇਹ ਸੀ ਕਿ ਸਿੱਖਾਂ ਦੇ ਜੋਗ ਨੇਤਾ ਸੀ ਇਹਨਾਂ ਨਾਤਾਵਾਂ ਨੇ ਬੜੀ ਯੋਗਤਾ ਤੇ ਸਿਆਣਪ ਨਾਲ ਸਿੱਖਾਂ ਦੀ ਗਵਾਹੀ ਕੀਤੀ ਇਹਨਾਂ ਨਾਤਾਵਾਂ ਦੇ ਵਿੱਚੋਂ ਉਹ ਕੂਰ ਸਿੰਘ ਜੱਸਾ ਸਿੰਘ ਆਲੋ ਵਾਲੀਆ ਜੱਸਾ ਸਿੰਘ ਰਾਮਗੜੀਆ ਤੇ ਹਾਲਾ ਸਿੰਘ ਨੇ ਤੇ ਅਮਰਦੇਵ ਸਾਹਿਬਦਾਲੀ ਦੇ ਹਮਲੇ ਦੇ ਪ੍ਰਭਾਵ ਇਹਨਾਂ ਨੂੰ ਜਸਟ ਇੱਕ ਵਾਰ ਜ਼ਰੂਰ ਰੀਡ ਕਰ ਲੈਣਾ ਕਿਉਂਕਿ ਇਹ ਆ ਜਾਣ ਨੂੰ ਹੁੰਦਾ ਕਿਹੜਾ ਹਮਲੇ ਦੇ ਕੀ ਪ੍ਰਭਾਵ ਆਪ ਹੈ ਤਾਂ ਪੰਜਾਬ ਦੇ ਵਿੱਚੋਂ ਹਮੇਸ਼ਾ ਲਈ ਮੁਗਲਾਂ ਦਾ ਅੰਤ ਹੋ ਗਿਆ ਉਸ ਪੰਜਾਬ ਨੂੰ ਜਦੋਂ 1752 ਵਿੱਚ ਅਫਗਾਨਿਸਤਾਨ ਵਿੱਚ ਸ਼ਾਮਲ ਕਰ ਲਿਆ ਗਿਆ ਤਾਂ ਪੰਜਾਬ ਦੇ ਵਿੱਚੋਂ ਮੁਗਲ ਸ਼ਕਤੀ ਦਾ ਹੰਤ ਹੋ ਗਿਆ ਤੇ ਅਹਿਮਦ ਸ਼ਾਹਬਦਾਲੀ ਦੇ ਹਮਲੇ ਨਾਲ ਪੰਜਾਬ ਨੂੰ ਭਾਰੀ ਆਰਥਿਕ ਹਾਨੀ ਹੋਈ ਤੇ ਇਤਿਹਾਸਿਕ ਇਮਾਰਤਾਂ ਸਾਹਿਤ ਨੂੰ ਵੀ ਨਸ਼ਟ ਕਰ ਦਿੱਤਾ ਗਿਆ ਤੇ ਹਮਲੇ ਦੇ ਕਾਰਨ ਪੰਜਾਬ ਨੇ ਹੁਣ ਧਨ ਜੁੜਨ ਦੀ ਬਜਾਏ ਖੁੱਲਾ ਖਰਚਾ ਕਰਨਾ ਸ਼ੁਰੂ ਕਰਤਾ ਉਸ ਸਮੇਂ ਘਾਵਤ ਪਰਚਲਿਤ ਹੋ ਗਈ ਕਿ ਖਾਦਾ ਪੀਤਾ ਲਾਹੇ ਦਾ ਰਹਿੰਦਾ ਅਹਿਮਦ ਸ਼ਾਹਦਾ ਮਤਲਬ ਕਿ ਜਿੰਨਾ ਵੀ ਹੈ ਉਹਨੂੰ ਖਾ ਲੋ ਨਹੀਂ ਤਾਂ ਜਿਹੜੀ ਕਿ ਉਹਨਾਂ ਨੇ ਲੁੱਟ ਕੇ ਲੈ ਕੇ ਚਲੇ ਜਾਣਾ ਸੀ ਅਹਿਮਦ ਸ਼ਾਹਬਦਾਲੀ ਨੇ ਤੇ ਅੰਮ੍ਰਿਤਸਰ ਦਾਲੀ ਦੇ ਹਮਲੇ ਸਿੱਟੇ ਵਜੋਂ ਪੰਜਾਬ ਦੇ ਲੋਕਾਂ ਦੇ ਬਹੁਤ ਬਾਹਤਰ ਤੇ ਨਿਡਰ ਹੋ ਗਏ। ਰਾਜਨੀਤਿਕ ਪ੍ਰਭਾਵ 1752 ਸ.ਵਿਚ ਪੰਜਾਬ ਨੂੰ ਅਫਗਾਨਿਸਤਾਨ ਦੇ ਵਿੱਚ ਸ਼ਾਮਲ ਕਰ ਲਿਆ ਗਿਆ। 1761 ਈਸਵੀ ਦੇ ਵਿੱਚ ਪਾਣੀਪਤ ਦੀ ਤੀਜੀ ਲੜਾਈ ਦੇ ਸਿੱਟੇ ਵਜੋਂ ਪੰਜਾਬ ਦੇ ਵਿੱਚ ਮਰਾਠਾ ਸ਼ਕਤੀ ਦੰਤ ਹੋ ਗਿਆ ਤੇ ਹਮਲੇ ਦੇ ਕਾਰਨ ਪੰਜਾਬ ਦੇ ਵਿੱਚ ਰਾਜਕਤਾ ਫੈਲ ਗਈ। ਮਰਾਠਿਆਂ ਤੇ ਮੁਗਲਾਂ ਦੀ ਸ਼ਕਤੀ ਦੰਤ ਹੋਣ ਕਰਕੇ ਸਿੱਖਾਂ ਨੂੰ ਤਾਕਤ ਵਧਾਉਣ ਦਾ ਮੌਕਾ ਮਿਲ ਗਿਆ। 1765 ਈਸਵੀ ਚ ਲਾਹੌਰ ਤੇ ਕਬਜ਼ਾ ਕਰਨ ਕੇ ਆਪਣੀ ਸੁਤੰਤਰਤਾ ਦਾ ਐਲਾਨ ਕਰ ਦਿੱਤਾ ਉਹਨਾਂ ਨੇ ਸਿੱਖਾਂ ਨੇ। ਤੇ ਸਮਾਜਿਕ ਪ੍ਰਭਾਵ ਬਹਾਦਰ ਬਣ ਗਏ ਤਾਂ ਸਿੰਪਲ ਜਿਹਾ ਪੁਆਇੰਟ ਨੇ ਰਿਡ ਕਰ ਲੈਣਾ ਹਾਂਜੀ ਅੱਗੇ ਕੁਐਸਚਨ ਆ ਮਿਸਲ ਸ਼ਬਦ ਤੋਂ ਕੀ ਪਾਵਾਂ ਮਿਸਲਨ ਦੀ ਉਤਪਤੀ ਕਿਵੇਂ ਹੁੰਦੀ ਆ ਤਾਂ ਮਿਸਲ ਸ਼ਬਦ ਤੋਂ ਪਾਵਾਂ ਫਾਇਲ ਠੀਕ ਹੈ ਤੇ ਵੈਸੇ ਇਹ ਵੀ ਲਿਖ ਲੈਣਾ ਕਿ ਮਿਸਲ ਸ਼ਬਦ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਬਰਾਬਰ ਜਾਂ ਸਮਾਨ ਤੇ ਇਹ ਬੰਦਾ ਸਿੰਘ ਬਹਾਦਰ ਛੇਤੀ ਤੋਂ ਬਾਅਦ ਪੰਜਾਬ ਦੇ ਮੁਗਲ ਸੁਬੇਦਾਰਾਂ ਨੇ ਸਿੱਖਾਂ ਦੇ ਭਾਰੇ ਜ਼ੁਲਮ ਠਾਹੇ ਜਿਸ ਕਰਕੇ ਸਿੱਖਾਂ ਨੇ ਪਹਾੜਾਂ ਤੇ ਜੰਗਲਾਂ ਵਿੱਚ ਛਰਨ ਲਈ ਤੇ 29 ਮਾਰਚ 1748ਵ ਨੂੰ ਅੰਮ੍ਰਿਤਸਰ ਦੇ ਵਿਖੇ ਦਲ ਖਾਲਸਾ ਦੀ ਸਥਾਪਨਾ ਹੁੰਦੀ ਹੈ ਤੇ ਦਲ ਖਾਲਸਾ ਦੇ ਵਿੱਚ 12 ਜਥੇ ਸੰਗਠਿਤ ਗਏ ਨੇ ਇਹਨਾਂ ਜਥਿਆਂ ਨੇ ਬਾਅਦ ਦੇ ਵਿੱਚ ਆਪਣੇ ਸੁਤੰਤਰ ਮਿਸਲਾ ਕੰਮ ਕਰ ਲਿਆ ਤੇ ਕਈ ਤੇ ਕਈ ਥਾਂ ਤੇ ਤੁਹਾਨੂੰ 11ਵਾਂ ਵੀ ਮਿਲਦਾ ਹੈ ਬਿਕਾਉਜ਼ ਕਿਉਂਕਿ ਫੁਲਕੇ ਮਿਸਲ ਪਹਿਲਾਂ ਹਿੱਸਾ ਨਹੀਂ ਸੀ ਦਲ ਖਾਲਸਾ ਦਾ ਹਾਂਜੀ ਸਰਬੱਤ ਖਾਲਸਾ ਤੇ ਗੁਰਮਤਾ ਕੀਨੇ ਤਾਂ ਇਹ ਆਪਣੇ ਵਾਸਤੇ ਪਹਿਲਾਂ ਡਿਸਕਸ ਕਰ ਲਿਆ ਸਰਬੱਤ ਖਾਲਸਾ ਭਾਵ ਕਿ ਸਮੁੱਚੀ ਸਿੱਖ ਸੰਗਤ ਹੁੰਦੀ ਹੈ ਤੇ ਇਹਦੀ ਮੀਟਿੰਗ ਸਾਲ ਦੇ ਵਿੱਚ ਦੋ ਵਾਰ ਹੁੰਦੀ ਸੀ ਅਕਾਲ ਤਖਤ ਸਰ ਵਿਖੇ ਬੁਲਾਈ ਜਾਂਦੀ ਸੀ ਤੇ ਜਿਹੜੇ ਫੈਸਲੇ ਲੰਦੇ ਸੀ ਉਹਨੂੰ ਕਹਿੰਦੇ ਸੀ ਗੁਰਮਤਾ ਗੁਰਮਤਾ ਭਾਵ ਕੀ ਗੁਰੂ ਦਾ ਮਤ ਜਾਂ ਫੈਸਲਾ ਤੇ ਗੁਰਮਤਾ ਸਿੱਖ ਮਿਸਲਾਂ ਦੀ ਕੇਂਦਰੀ ਸੰਸਥਾ ਸੀ ਤੇ ਕੀ ਕੀ ਕਾਰਜ ਹੁੰਦੇ ਸੀ ਇਹਨੂੰ ਰੀਡ ਕਰ ਲੈਣਾ ਇੰਪੋਰਟੈਂਟ ਹੈ ਵੀ ਦੋਨੋਂ ਹੀ ਦੋਨੇ ਕੁਐਸਚਨ ਤੇ ਅੱਗੇ ਗੁਰਮਤਾ ਦੀ ਕਾਰਜਵਿਧੀ ਗੁਰਮਤਕ ਕੇਂਦਰੀ ਸੰਸਥਾ ਸੀ ਇਹਦੇ ਵਿੱਚ ਜਿਹੜੇ ਕਿ ਸੈਨਿਕ ਰਾਜਨੀਤਿਕ ਧਾਰਮਿਕ ਨਿਆਸਾਂ ਬੰਦੇ ਕੰਮ ਕੀਤੇ ਜਾਂਦੇ ਸੀ ਮੁੱਖ ਮੰਤਲ ਖਾਲਸਾ ਦੇ ਪ੍ਰਧਾਨ ਸਨ ਅਪਤੀ ਦੀ ਨਿਯੁਕਤੀ ਕਰਨਾ ਸੀ ਸਿੱਖਾਂ ਦੀ ਵਿਦੇਸ਼ ਨੀਤੀ ਨੂੰ ਤਿਆਰ ਕਰਨਾ ਸੀ ਇਹ ਸਾਰੇ ਇਹਦੇ ਕਾਰਜ ਹੋਗੇ ਉਸ ਤੋਂ ਬਾਅਦ ਇਹਦੇ ਵਿੱਚ ਵਿਧੀ ਕਿ ਹੁੰਦੀ ਸੀ ਕਿ ਸਾਰੇ ਪਹਿਲਾਂ ਤੇ ਕਾਰਜ ਵਿਧੀ ਰੀਡ ਕਰ ਲੈਣਾ ਇਹਦੇ ਵਿੱਚ ਵਕ ਵਕ ਮਿਸਲ ਸਰਦਾਰਾਂ ਦੇ ਜਿਹੜੇ ਕਿ ਝਗੜੇ ਨੁਟਾਏ ਜਾਂਦੇ ਸੀ ਤਾਂ ਹੋ ਗਿਆ ਕਾਰਜਵਿਧੀ ਚ ਕੀ ਸਾਰੇ ਹਿੱਸਾ ਜਦੋਂ ਲੰਦੇ ਸੀ ਤਾਂ ਸਾਰੇ ਪਹਿਲਾਂ ਹਰ ਮੰਦਰ ਸਾਹਿਬ ਦੇ ਵਿੱਚ ਮੱਥਾ ਟੇਕਣ ਜਾਂਦੇ ਸੀ ਉਸ ਤੋਂ ਬਾਅਦ ਮਿਸਲਾਂ ਦੇ ਸਰਦਾਰ ਆਪਸ ਦੇ ਵਿੱਚ ਮਿਲ ਕੇ ਜਿਹੜੇ ਕਿ ਆਪਣੇ ਮਸਤ ਪੇਧਾਂ ਨੂੰ ਭਲਾ ਕੇ ਆਪਸੀ ਮਸਤ ਪੇਧਾਂ ਨੂੰ ਭਲਾ ਲੈਂਦੇ ਸੀ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਕਿ ਵੀ ਇਕੱਠੇ ਹੋ ਕੇ ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਸਾਹਿਬ ਜੀ ਦੇ ਅੱਗੇ ਜਿਹੜੇ ਕਿ ਮੱਥਾ ਟੇਕ ਕੇ ਬੈਠ ਜਾਂਦੇ ਸੀ ਤੇ ਫਿਰ ਪਿੱਛੋਂ ਸਮਾਗਮ ਧਾਰਮਿਕ ਕੀਰਤਨ ਨਾਲ ਕੀਤਾ ਜਾਂਦਾ ਸੀ ਅਰਦਾਸ ਹੁੰਦੀ ਸੀ ਅਰਦਾਸ ਤੋਂ ਬਾਅਦ ਜਿਹੜੇ ਕਿ ਜੋ ਵੀ ਸਮੱਸਿਆ ਆਉਂਦੀ ਸੀ ਉਹਨੂੰ ਜਿਹੜੇ ਕਿ ਉਹਦਾ ਵਿਚਾਰ ਵਟਾਂਦਰਾ ਕੀਤਾ ਜਾਂਦਾ ਜਾਂਦਾ ਸੀ ਸਾਰੇ ਮੈਂਬਰਾਂ ਦੇ ਵਿਚਾਰ ਸੁਣੇ ਜਾਂਦੇ ਸੀ ਤੇ ਕਿਸੇ ਦਾ ਕੋਈ ਪੇਧ ਪਾਵ ਨਹੀਂ ਹੁੰਦਾ ਸੀ ਔਰਤਾਂ ਵੀ ਸ਼ਾਮਲ ਹੁੰਦੀਆਂ ਸੀ ਤੇ ਸਾਰੇ ਫੈਸਲੇ ਸਰਵਸੰਮਤੀ ਨਾਲ ਲਏ ਜਾਂਦੇ ਸੀ ਤੇ ਗੁਰਮਤਾ ਦਾ ਐਲਾਨ ਕਰਨ ਤੋਂ ਪਹਿਲਾਂ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਜੋ ਬੋਲੇ ਸੋਨੇ ਹਾਲ ਸਤਿ ਸ਼੍ਰੀ ਕਾਲੇ ਜਗਾਰੇ ਲਗਾਏ ਜਾਂਦੇ ਸੀ ਇਸ ਤੋਂ ਬਾਅਦ ਫਿਰ ਅਰਦਾਸ ਹੁੰਦੀ ਸੀ ਤੇ ਹਾਜ਼ਰ ਸੰਗਤ ਦੇ ਵਿੱਚ ਖੜਾ ਪ੍ਰਸ਼ਾਦ ਵਰਤਾਇਆ ਜਾਂਦੇ ਸੀ ਸੋ ਏਸੀ ਇਹਦੇ ਕਾਰਜ ਵਿਧੀ ਤੇ ਅੱਗੇ ਹੈ ਮਿਸਲਾਂ ਦੇ ਅੰਦਰੂਨੀ ਸੰਗਠਨ ਦੀਆਂ ਪੰਜ ਵਿਸ਼ੇਸ਼ਤਾਵਾਂ ਜਾਂ ਮਿਸਲਾਂ ਅੰਦਰੂਨੀ ਪ੍ਰਬੰਧ ਕਿਵੇਂ ਦਾ ਸੀ ਮਿਸਲਾਨਾਧਰੂਨੀ ਸ਼ਾਸਨਪੰਦ ਕੀਵੇਂ ਨਸੀ ਜੇ ਮਾਰਜੀ ਕੁਐਸਚਨ ਕਮਾ ਕੇ ਆਵੇ ਹਾਂਜੀ ਹਰੇਕ ਮਿਸਲ ਦੇ ਮੁਖੀ ਨੂੰ ਕੀ ਕਹਿੰਦੇ ਸੀ ਸਰਦਾਰ ਕਹਿੰਦੇ ਸੀ ਤੇ ਹਰੇਕ ਸਰਦਾਰ ਜਿੱਤੇ ਹੋਏ ਇਲਾਕਿਆਂ ਦੇ ਵਿੱਚੋਂ ਆਪਣਾ ਕੁਝ ਭਾਗ ਕਿਨੂੰ ਦੰਦਾ ਸੀ ਮਿਸਲਦਾਰਾਂ ਨੂੰ ਦੰਦਾ ਸੀ ਭਾਵੇਂ ਕਿ ਹਰੇਕ ਮਿਸਲ ਦਾ ਮੁਖੀ ਹੁੰਦਾ ਸੀ ਸਰਦਾਰ ਤੇ ਹਰੇਕ ਸਰਦਾਰ ਆ ਜਿਹੜੇ ਕਿ ਜਿੱਤੇ ਹੋਏ ਇਲਾਕਿਆਂ ਦੇ ਵਿੱਚੋਂ ਕੁਝ ਹਿੱਸਾ ਆਪਣੇ ਅਧੀਨ ਜਿਹੜੇ ਮਿਸਲਦਾਰ ਹੁੰਦੇ ਸੀ ਉਹਨਾਂ ਨੂੰ ਦੰਦਾ ਸੀ ਤੇ ਮਿਸਲਦਾਰ ਸਰਦਾਰਾਂ ਤੋਂ ਅਲੱਗ ਹੋ ਕੇ ਆਪਣੇ ਸੁਤੰਤਰ ਮਿਸਲ ਕੰਮ ਕਰ ਸਕਦੇ ਸੀ ਸਰਦਾਰ ਆਪਣੀ ਪਰਜਾਂ ਨਾਲ ਆਪਣੇ ਪਰਿਵਾਰ ਦੀ ਤਰ੍ਹਾਂ ਰਹਿੰਦੇ ਸੀ ਇਮਿਸਲਾਂ ਦਾ ਪ੍ਰਸ਼ਾਸਨ ਇਹ ਸਭ ਤੋਂ ਛੋਟੇ ਕਈ ਹੁੰਦੇ ਸੀ ਪਿੰਡਾਂ ਪਿੰਡ ਦਾ ਪ੍ਰਬੰਧ ਪੰਚਾਇਤ ਹੱਥਾਂ ਵਿੱਚ ਹੁੰਦਾ ਸੀ ਤੇ ਪਿੰਡ ਦੇ ਲਗਭਗ ਸਾਰੇ ਮਾਮਲੇ ਪੰਚਾਇਤ ਦੁਆਰਾ ਹੀ ਨਿਜਿੱਠੇ ਜਾਂਦੇ ਸੀ ਸੁਲਝਾਏ ਜਾਂਦੇ ਸੀ ਤੇ ਲੋਕ ਪੰਚਾਇਤ ਦਾ ਬਹੁਤ ਸਤਿਕਾਰ ਕਰਦੇ ਸੀ ਇਸੇ ਕਮਿਸ਼ਨਾਂ ਦੇ ਸਮੇਂ ਨਿਆ ਪ੍ਰਬੰਧ ਬਹੁਤ ਸਧਾਰਨ ਸੀ ਕਾਨੂੰਨ ਲਿਖਤੀ ਨਹੀਂ ਸਨ ਮੁਕੱਦਮਿਆਂ ਦੇ ਫੈਸਲੇ ਉਸ ਸਮੇਂ ਦੇ ਪ੍ਰਚਲਿਤ ਰੀਤੀ ਰਿਵਾਜ ਅਨੁਸਾਰ ਸੀ ਤੇ ਅਪਰਾਧੀਆਂ ਨੂੰ ਸਖਤ ਸਜ਼ਾਵਾਂ ਨਹੀਂ ਦਿੱਤੇ ਜਾਂਦੇ ਸੀ ਉਹਨਾਂ ਤੋਂ ਆਮ ਤੌਰ ਤੇ ਜੁਰਮਾਨਾ ਹੀ ਲਿਆ ਜਾਂਦਾ ਸੀ ਤੇ ਇਮਿਸਲਾਂ ਦੇ ਸਮੇਂ ਆਮਦਨੀ ਦਾ ਮੁੱਖ ਸੋਮਾ ਭੂਮੀ ਦਾ ਲਗਾਨ ਸੀ ਤੇ ਜਮੀਨ ਦੀ ਪਜਾਊ ਸ਼ਕਤੀ ਦੇ ਆਧਾਰ ਤੇ ਵੱਖੋ ਵੱਖਰਾ ਹੁੰਦਾ ਸੀ ਤੇ ਆਮ ਤੌਰ ਤੇ ਇਹ ਕੁੱਲੂ ਪਜਦਾ 1/3 ਤੋਂ 1/4 ਹਿੱਸਾ ਲਿਆ ਜਾਂਦਾ ਸੀ ਤੇ ਲਗਾਨ ਸਾਲ ਦੇ ਵਿੱਚ ਦੋ ਵਾਰੀ ਇਕੱਠਾ ਕੀਤਾ ਜਾਂਦਾ ਸੀ ਲਗਾਨ ਅਨਾਜ ਦਾ ਨਗਦੀ ਰੂਪ ਦੇ ਵਿੱਚ ਲਿਆ ਜਾਂਦਾ ਸੀ ਅਗਿਆ ਰਾਖੀ ਪੰਨ ਵਾਲੀ ਕੀ ਸੀ ਹਾਂਜੀ ਰਾਖੀ ਪੰਨ ਵਾਲੀ ਰਾਖੀ ਪੰਨ ਵਾਲੀ ਤੋਂ ਭਾਵ ਕੀ ਹੈ ਵੀ ਰੱਖਿਆ ਦੇ ਵਿੱਚ ਲੈਣਾ ਤੇ ਰੱਖੀ ਸ਼ਬਦ ਦਾ ਭਾਵ ਰੱਖਿਆ ਕਰਨਾ ਉਹ ਪਿੰਡ ਜਿਹੜੇ ਆਪਣੀ ਮਰਜ਼ੀ ਦੇ ਅਨਸਾਰ ਸਿੱਖਾਂ ਦੇ ਰੱਖਿਆ ਦੇ ਵਿੱਚ ਆ ਜਾਂਦੇ ਸੀ ਤਾਂ ਸਿੱਖ ਫਿਰ ਉਹਨਾਂ ਨੂੰ ਬਾਹਰਲੇ ਹਮਲਿਆਂ ਦੇ ਸਮੇਂ ਤੇ ਸਿੱਖਾਂ ਦੇ ਲੁੱਟਮਾਰ ਤੋਂ ਜਿਹੜੇ ਬਚਾਉਣ ਦੇ ਗਰੰਟੀ ਦਿੰਦੇ ਸੀ ਸਿੱਖ ਮਿਸਲਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਸੀ ਰੱਖੇ ਪਰਨ ਵਾਲੀ ਇਧਰ ਬਦਲੇ ਦੇ ਵਿੱਚ ਜਿਹੜੇ ਕਿ ਲੋਕ ਜਿਨ੍ਹਾਂ ਨੂੰ ਰੱਖਿਆ ਦੇ ਵਿੱਚ ਰਿਹਾ ਜਾਂਦਾ ਸੀ ਉਹ ਆਪਣੀ ਆਮਦਨ ਦਾ 1/5ਵਾਂ ਹਿੱਸਾ ਜਿਹੜੇ ਕਿ ਸਿੱਖਾਂ ਨੂੰ ਦਿੰਦੇ ਸੀ ਤੇ ਰੱਖੇ ਪਰਨ ਦਾ ਆਰੰਭ ਕਿਉਂ ਹੁੰਦਾ ਹੈ ਇਹ ਚ ਪੁਆਇੰਟ ਯਾਦ ਕਰ ਲੈਣਗੇ ਸੀ ਇਹਨਾਂ ਹੈਡਿੰਗਾਂ ਦੇ ਨਾਲ ਪੰਜਾਬ ਦੇ ਵਿੱਚ ਮੁਗਲਾਂ ਨੇ ਸੂਬੇਦਾਰੀ ਦੀ ਨੀਤੀ ਦੇ ਕਰਕੇ ਦਮਨਕਾਰੀ ਹੋਏ ਹੋਏ ਸੀ ਨਾਦਰ ਕਦੇ ਨਾਦਰ ਸ਼ਾਹ ਨੇ ਕਰ ਦਿੰਦੇ ਸੀ ਕਦੇ ਅਮਨ ਸ਼ਾਹਦਾਲੀ ਤਾਂ ਪੰਜਾਬ ਦੇ ਵਿੱਚ ਅਰਾਜਕਤਾ ਫੈਲੂ ਹੋਈ ਸੀ ਤਾਂ ਇਸ ਦੇ ਵਿੱਚ ਕੋਈ ਵੀ ਸਥਿਰ ਸਰਕਾਰ ਨਹੀਂ ਸੀ ਤਾਂ ਕਦੇ ਮੁਗਲ ਬਾਦਸ਼ਾਹ ਪੰਜਾਬ ਦੇ ਵਿੱਚ ਆਪਣੇ ਸੂਬੇਦਾਰ ਨਿਯੁਕਤ ਕਰ ਦਿੰਦੇ ਸੀ ਕਦੇ ਅਫਗਾਨ ਆਪਣਾ ਸੂਬੇਦਾਰ ਨਿਯੁਕਤ ਕਰ ਦਿੰਦੇ ਸੀ ਤਾਂ ਪੰਜਾਬ ਦੇ ਵਿੱਚ ਕੋਈ ਸਰਕਾਰ ਹੀ ਨਹੀਂ ਸੀ ਤਾਂ ਇਸ ਡਾਵਾ ਡੋਲ ਮਾਹੌਲ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਖੇਤੀ ਖੇਤੀ ਉਦਯੋਗ ਤੇ ਵਪਾਰ ਸੇ ਨੂੰ ਕਾਫੀ ਨੁਕਸਾਨ ਹੋ ਰਿਹਾ ਸੀ ਤੇ ਜਿਹੜੇ ਪੰਜਾਬ ਦੇ ਸਥਾਨਿਕ ਅਧਿਕਾਰੀ ਸੀ ਜ਼ਿਮੀਂਦਾਰ ਕਿਸਾਨ ਉਹਨਾਂ ਦਾ ਵੀ ਸ਼ੋਸ਼ਣ ਬਹੁਤ ਕਰਦੇ ਸੀ ਜ਼ਿਮੀਂਦਾਰ ਕਿਸਾਨਾਂ ਦਾ ਸ਼ੋਸ਼ਣ ਕਰਦੇ ਸੀ ਤੇ ਜਦੋਂ ਚਾਹੁੰਦੇ ਸੀ ਤਲਵਾਰ ਦੇ ਜ਼ੋਰ ਨਾਲ ਲੋਕਾਂ ਦੀ ਜਿਹੜੀ ਜਾਇਦਾਦ ਆ ਲੁੱਟ ਲੈਂਦੇ ਸੀ ਤਾਂ ਅਜਿਹੇ ਰਾਜਕਤਾ ਦੇ ਵਿੱਚ ਲੋਕਾਂ ਨੂੰ ਰੱਖਿਆ ਦੇ ਲਈ ਕਿਸੇ ਦੀ ਜ਼ਰੂਰਤ ਹੁੰਦੀ ਸੀ ਵੀ ਉਹਨਾਂ ਦੀ ਕੋਈ ਰੱਖਿਆ ਕਰੇ ਤਾਂ ਕਰਕੇ ਜਿਹੜੇ ਕੀ ਉਹ ਫਿਰ ਸਿੱਖ ਮਿਸਲਾਂ ਦੇ ਰੱਖਿਆ ਦੇ ਵਿੱਚ ਚਲੇ ਜਾਂਦੇ ਨੇ ਭਾਂਕੀ ਦਲ ਖਾਲਸੇ ਦੇ ਰੱਖਿਆ ਦੇ ਵਿੱਚ ਤੇ ਰਾਖੀ ਬਰਨਾਲੇ ਦੀ ਵਿਸ਼ੇਸ਼ਤਾ ਕੀ ਸੀ ਕਿ ਰਾਖੀ ਪ੍ਰਥਾ ਦੇ ਅਨੁਸਾਰ ਜਿਹੜੇ ਪਿੰਡ ਆਪਣੇ ਆਪ ਨੂੰ ਸਰਕਾਰੀ ਅਧਿਕਾਰੀ ਜਾਂ ਜ਼ਿੰਮੇਵਾਰ ਝੋ ਡਾਕੂ ਤੇ ਵਿਦੇਸ਼ੀ ਹਮਲਾਵਰ ਤੋਂ ਰੱਖਿਆ ਚਾਹੁੰਦੇ ਸੀ ਉਹ ਸਿੱਖਾਂ ਦੇ ਸ਼ਰਨ ਦੇ ਵਿੱਚ ਆ ਜਾਂਦੇ ਸੀ ਤੇ ਸਿੱਖਾਂ ਦੇ ਸ਼ਰਨ ਦੇ ਵਿੱਚ ਆਉਣ ਵਾਲੇ ਪਿੰਡਾਂ ਨੂੰ ਜਿਹੜੇ ਉਹਨਾਂ ਦੇ ਸ਼ਰਨ ਦੇ ਵਿੱਚ ਆ ਜਾਂਦੇ ਸੀ ਪਿੰਡ ਇਹਨਾਂ ਸਾਰਿਆਂ ਨੂੰ ਲੁੱਟਮਾਰ ਤੋਂ ਬਚਾਇਆ ਜਾਂਦਾ ਸੀ ਤੇ ਇਹਨਾਂ ਤੋਂ ਇਲਾਵਾ ਇੰਨਾ ਪਿੰਡਾਂ ਵਿੱਚ ਸਿੱਖ ਵੀ ਲੁੱਟਮਾਰ ਨਹੀਂ ਕਰਦੇ ਸੀ ਦਲ ਖਾਲਸਾ ਦੇ ਜਥੇ ਆਪੋ ਆਪਣੇ ਦਿਨ ਪੈਂਦੇ ਜਿਹੜੇ ਪਿੰਡ ਸੀ ਉਹਨਾਂ ਨੂੰ ਰਾਖੀ ਦਾ ਵਚਨ ਦੰਦੇ ਸੀ ਤੇ ਕਈ ਵਾਰ ਇੱਕ ਤੋਂ ਵਧੇਰੇ ਜਥੇਦਾਰ ਮਿਲ ਕੇ ਪਿੰਡ ਦੀ ਰੱਖਿਆ ਕਰਦੇ ਸੀ ਤੇ ਇਸ ਸੁਰੱਖਿਆ ਕਾਰਨ ਹਰੇਕ ਪਿੰਡ ਨੂੰ ਸਾਲ ਦੇ ਵਿੱਚ ਦੋ ਵਾਰੀ ਆਪਣੀ ਉਪਜ ਦਾ 1/5ਵਾਂ ਹਿੱਸਾ ਦਲ ਖਾਲਸਾ ਨੂੰ ਦੇਣਾ ਪੈਂਦਾ ਸੀ ਚਰਾਖੀ ਪਰਨਾਲੀ ਦੇ ਮਹਾਤਾ ਕੀ ਸੀ 18ਵੀਂ ਸਦੀ ਦੇ ਵਿੱਚ ਪੰਜਾਬ ਦੇ ਚਰਾਖੀ ਪਰਨਾਲੀ ਦੀ ਸਥਾਪਨਾ ਨਾਲ ਹਰੇਕ ਪੱਖ ਤੋਂ ਲਾਭ ਵੰਡ ਸਿੱਧ ਹੋਈ ਪਹਿਲਾਂ ਇਸ ਨੇ ਸਿੱਖਾਂ ਦੇ ਵਿੱਚ ਰਾਣੀ ਤੇ ਸ਼ਕਤੀ ਦਾ ਉਥਾਨ ਦੇ ਵੱਲ ਪਹਿਲਾ ਕਦਮ ਉਠਾਇਆ ਤੇ ਦੂਜਾ ਇਸ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਸਦੀਆਂ ਤੋਂ ਬਾਅਦ ਸੁੱਖ ਦਾ ਸਾਹ ਮਿਲਿਆ ਜੋ ਜ਼ਾਲਮ ਜ਼ਗੀਰਦਾਰਾਂ ਤੇ ਭ੍ਰਿਸ਼ਟ ਅਧਿਕਾਰੀਆਂ ਦੇ ਜ਼ੁਲਮਾਂ ਤੋਂ ਬਚ ਗਏ ਤੀਜਾ ਉਹਨਾਂ ਨੇ ਵਿਦੇਸ਼ੀ ਹਮਲਾਵਰਾਂ ਦੀ ਲੁੱਟ ਮਾਰ ਦਾ ਵੀ ਖਤਰਾ ਨਾ ਰਿਹਾ ਚੌਥਾ ਪੰਜਾਬ ਦੇ ਵਿੱਚ ਸ਼ਾਂਤੀ ਹੋਣ ਕਰਕੇ ਇਥੋਂ ਦੀ ਖੇਤੀ ਉਦਯੋਗ ਤੇ ਪਾਰ ਨੂੰ ਵੀ ਉਤਸ਼ਾਹ ਮਿਲਿਆ ਇਕ ਮਿਸਲਾਂ ਦੇ ਪ੍ਰਬੰਧ ਦੀਆਂ ਵਿਸ਼ੇਸ਼ਤਾਵਾਂ ਪਹਿਲਾਂ ਪੰਚਾਇਤ ਮਿਸਲਾਂ ਦੇ ਸਮੇਂ ਪੰਚਾਇਤ ਪਿੰਡਾਂ ਦਾ ਜਿਹੜੇ ਕਿ ਪ੍ਰਬੰਧ ਚਲਾਉਂਦੀ ਸੀ ਪੰਚਾਇਤ ਹਰ ਪਿੰਡ ਦੇ ਵਿੱਚ ਹੁੰਦੀ ਸੀ ਤੇ ਮੁਕਾਦਮੇ ਦਾ ਫੈਸਲਾ ਕਰਦੇ ਸੀ ਪੰਚਾਇਤ ਤੇ ਲੋਕ ਜਿਹੜੇ ਪੰਚਾਇਤ ਨੂੰ ਪਰਮੇਸ਼ਵਰ ਦਾ ਰੂਪ ਸਮਝ ਕੇ ਉਹਦੇ ਫੈਸਲੇ ਨੂੰ ਸਵੀਕਾਰ ਕਰਦੇ ਸੀ ਸਰਦਾਰ ਦੀ ਅਦਾਲਤ ਹਰ ਮਿਸਲ ਦਾ ਸਰਦਾਰ ਆਪਣੀ ਵੱਖਰੀ ਅਦਾਲਤ ਲਗਵਾਉਂਦਾ ਸੀ ਜਿਹਦੇ ਵਿੱਚ ਦਿਵਾਨੀ ਤੇ ਫੌਲਦਰੀ ਦੋਨੇ ਤਰ੍ਹਾਂ ਦੇ ਮੁਕਾਦਮਿਆਂ ਦਾ ਫੈਸਲਾ ਹੁੰਦਾ ਸੀ ਤੇ ਕਿਸੇ ਵੀ ਅਪਰਾਧੀ ਨੂੰ ਮੌਤ ਦੀ ਸਜ਼ਾ ਦਾ ਦੇਣ ਦਾ ਪੂਰਾ ਹੱਕ ਸੀ ਤੇ ਨਰਮ ਸਜਾਵਾਂ ਹੀ ਦੰਦੇ ਸੀ ਤੇ ਸਰਬਤ ਖਾਲਸਾ ਸਰਬਤ ਖਾਲਸਾ ਸਭ ਤੋਂ ਉੱਚੀ ਦਲਤ ਹੁੰਦੀ ਸੀ ਸਿੱਖ ਮਿਸਲਾਂ ਦੇ ਸਮੇਂ ਸਭ ਤੋਂ ਉੱਚੀ ਦਲਤ ਕਿਹੜੀ ਸੀ ਸਰਬਤ ਖਾਲਸਾ ਤੇ ਮਿਸਲਦਾਰਾਂ ਦੇ ਆਪਸੀ ਝਗੜਿਆਂ ਤੇ ਸਿੱਖੋਂ ਕੌਮ ਨਾਲ ਸੰਬੰਧਿਤ ਮਾਮਲਿਆਂ ਦੀ ਸੁਣਵਾਈ ਸਰਬਤ ਖਾਲਸਾ ਦਵਾਰ ਕਰ ਕੀਤੀ ਜਾਂਦੀ ਸੀ ਤੇ ਸਰਬਤ ਖਾਲਸਾ ਮੁਕਾਦਮਾ ਫੈਸਲਾ ਕਰਨ ਲਈ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੇ ਵਿੱਚ ਇਕੱਠੇ ਹੁੰਦੇ ਸੀ ਤੇ ਉਸ ਦੁਆਰਾ ਪਾਸ ਕੀਤੇ ਗੁਰਮਤਿਆਂ ਦੀ ਸਾਰੇ ਸਿੱਖਾਂ ਫਾਲਣਾ ਕਰਦੇ ਸੀ ਕਾਨੂੰਨ ਤੇ ਸਜਾਵਾਂ ਸਿੱਖ ਮਿਸਲਾਂ ਦੇ ਸਮੇਂ ਨਿਆ ਪਰਬੰਧ ਬਿਲਕੁਲ ਸਧਾਰਨ ਸੀ ਕਾਨੂੰਨ ਲਿਖਤੀ ਨਹੀਂ ਸੀ ਮੁਕਦਮੇ ਦੇ ਫੈਸਲੇ ਪਰ ਪ੍ਰਚਲਿਤ ਰੀਤੀ ਰਿਵਾਜ ਅਨੁਸਾਰ ਕੀਤੇ ਜਾਂਦੇ ਸੀ ਤੇ ਸਿੱਖ ਮਿਸਲਾਂ ਦਾ ਸੈਨਿਕ ਪਰੰਦੇ ਵਿਸ਼ੇਸ਼ਤਾਵਾਂ ਇਹਦੇ ਵਿੱਚ ਤਾਂ ਸਾਰਿਆਂ ਦਾ ਸੈਨਿਕ ਪਰੰਦੇ ਸਾਰਿਆਂ ਦਾ ਸੇਮ ਸਿਮਿਲਰ ਪੁਆਇੰਟ ਆ ਜਾਂਦੇ ਨੇ ਮਿਸਲਾਂ ਵਾਲੇ ਚ ਵੀ ਸਿਮਿਲਰ ਪੁਆਇੰਟ ਆਉਣਗੇ ਤੇ ਜਦ ਦਾਲ ਖਾਲਸਾ ਚ ਵੀ ਸੇਮ ਪੁਆਇੰਟ ਆਉਣਗੇ ਘੋੜਸਵਾਰ ਸੈਨਾ ਪੈਦਲ ਸੈਨਾ ਪੈਦਲ ਸੈਨਾ ਦਾ ਮਹੱਤਵ ਘੱਟ ਸੀ ਘੋੜਸਵਾਰਾਂ ਦਾ ਜ਼ਿਆਦਾ ਸੀ ਤੇ ਗਰੀਲਾ ਜੁੱਧ ਭਰਨ ਵਾਲੀ ਵੀ ਆ ਜਾਊਗਾ ਭਰਤੀ ਕਿਸੇ ਨੂੰ ਮਜਬੂਰ ਨਹੀਂ ਕੀਤਾ ਜਾਂਦਾ ਸੀ ਅ ਅਕੋਰਡਿੰਗ ਹੀ ਸ਼ਾਮਲ ਹੋ ਸਕਦਾ ਸੀ ਸੈਨਿਕਾਂ ਨੂੰ ਕੋਈ ਵਿਕਾਇਦਾ ਸਖਲਾਈ ਨਹੀਂ ਦਿੱਤੀ ਜਾਂਦੀ ਸੀ ਤੇ ਸੈਨਿਕਾਂ ਦਾ ਸ਼ਸਤਰ ਇਹ ਵੀ ਤੁਸੀਂ ਆਪਣੇ ਕੋਲ ਆਉਣ ਵਧੀਆ ਪੁਆਇੰਟ ਬਣ ਜਾਂਦਾ ਇਹ ਲੜਾਈ ਕਰਨ ਦਾ ਟੰਗ ਗਰਿਲਾ ਜਦੋਂ ਪਰਨ ਵਾਲੀ ਸੀ ਇਸ ਮਿਸਲਾਂ ਦੀ ਗਿਣ ਕੁੱਲ ਸੈਨਾ ਕਿੰਨੀ ਸੀ ਤੇ ਇਹ ਸਾਰੇ ਪੁਆਇੰਟ ਸਿਮਿਲਰ ਪੁਆਇੰਟ ਨੇ ਦਲ ਖਾਲਸਾ ਚ ਵੀ ਮਿਸਲਾਂ ਦਾ ਸੈਨਿਕ ਪਰਵੰਦ ਵਿੱਚ ਵੀ ਤੇ ਇਸ ਤੋਂ ਇਲਾਵਾ ਮਹਾਰਾਜਾ ਜੀ ਸਿੰਘ ਦਾ ਸੈਨਿਕ ਪਰਵੰਦ ਉਹ ਚ ਵੀ ਸੇਮ ਪੁਆਇੰਟ ਹੋ ਜਾਣਗੇ ਬਸ ਥੋੜੇ ਬਹੁਤ ਹੀ ਚੇਂਜ ਹੋਣਗੇ ਸਿੱਖ ਮਿਸਲਾਂ ਦੇ ਰੋਣੇ ਪਰਵੰਦ ਤਾਂ ਪਾਣ ਪੜੇ ਲਿਆ ਹਾਂਜੀ ਨਵਾਕਪੂਰ ਸਿੰਘ ਤੇ ਨੋਟ ਨਵਾਕਪੂਰ ਸਿੰਘ ਤੇ ਨੋਟ ਹਾਂਜੀ ਨਵਾਕਪੂਰ ਸਿੰਘ ਬੰਦਾ ਸਿੰਘ ਬਹਾਦਰ ਜੀ ਤੋਂ ਬਾਅਦ ਨਵਾਕਪੂਰ ਸਿੰਘ ਸਿੱਖਾਂ ਦੇ ਸਭ ਤੋਂ ਮਹਾਨ ਤੇ ਹਰਮਨਪਿਆਰਾ ਨੇਤਾ ਰਹੇ ਨੇ ਤੇ ਇਹਨਾਂ ਦਾ ਜਿਹੜਾ ਕਿ ਫੈਦਲਪੁਰੇ ਮਿਸਲ ਦੇ ਮੋਢੀ ਸਨ ਜਨਮ ਅਗਰ ਤੁਹਾਡੇ ਯਾਦ ਹੋਊਂਦਾ ਤਾਂ ਠੀਕ ਹੈ 1797 ਵਿੱਚ ਕਲਕੋਨਾਂ ਨੂੰ ਪਿੰਡ ਦੇ ਵਿੱਚ ਤੇ ਪਿਤਾ ਦਾ ਨਾਮ ਦਲੀਪ ਸਿੰਘ ਤੇ ਜੱਟ ਪਰਿਵਾਰ ਨਾਲ ਸਬੰਧ ਰੱਖਦੇ ਸੀ ਬਚਪਨ ਤੋਂ ਹੀ ਜਿਹੜੇ ਕਿ ਬਹੁਤ ਲੀਡਰ ਤੇ ਬਹਾਦਰ ਸਨ ਤਾਂ ਤੋਂ ਭਾਈ ਮਣੀ ਸਿੰਘ ਜੀ ਤੋਂ ਜਿਹੜੇ ਕਿ ਨਵਾਕਪੂਰ ਸਿੰਘ ਨੇ ਅੰਮ੍ਰਿਤ ਛਕਿਆ ਸੀ ਤਾਂ 1733 ਦੇ ਜਦੋਂ ਪੰਜਾਬ ਦਾ ਜਿਹੜਾ ਮੁਗਲ ਸੁਬੇਦਾਰ ਸੀ ਉਹ ਉਹ ਸਿੱਖਾਂ ਨੂੰ ਜਾਂ ਜਦੋਂ 1 ਲੱਖ ਰੁਪਏ ਦੀ ਜ਼ਗੀਰ ਤੇ ਨਵਾਬ ਦਾ ਖਿਤਾਬ ਦਿੰਦਾ ਤਾਂ ਨਵਾਬ ਦਾ ਖਿਤਾਬ ਹੈ ਜਿਹੜਾ ਕਿ ਨਵਕਪੂਰ ਸਿੰਘ ਨੂੰ ਦਵਾਇਆ ਜਾਂਦਾ ਤੇ 1 ਲੱਖ ਰੁਪਏ ਦੀ ਜ਼ਗੀਰ ਤੇ 1734 ਸੀ ਜਨਵਕਪੂਰ ਸਿੰਘ ਸਿੱਖਾਂ ਨੂੰ ਸੰਗਠਿਤ ਕਰਨ ਲਈ ਦੋ ਦਾਲ ਬਣਾਉਂਦਾ ਬੁੱਢਾ ਦਾਲ ਤੇ ਧਰੂਣਾ ਦਾਲ ਤੇ 1735 ਜਦੋਂ ਜਕਰੀਆ ਖਾਨ ਸਿੱਖਾਂ ਨੇ ਜਿਹੜੀ ਜ਼ਗੀਰ ਦਿੱਂਦਾ ਉਹ 33 ਦੇ ਵਿੱਚੋਂ ਜ਼ਬਤ ਕਰ ਲੈਂਦਾ 35 ਦੇ ਵਿੱਚ 1735 ਚ ਤਾਂ ਉਹ ਸਿੱਖਾਂ ਤੇ ਮੋੜ ਅਤਿਆਚਾਰ ਕਰਨਾ ਸ਼ੁਰੂ ਕਰ ਦਿੰਦਾ ਜਕਰੀਆ ਖਾਨ ਧਨਵਗਪੂਰ ਸਿੰਘ ਦੀ ਗਵਾਹੀ ਹੇਠ ਦਾ ਜਿਹੜੇ ਕਿ ਖਾਲਸਾ ਨੇ ਇੰਨੇ ਭਿਆਨਕ ਹਸਟਾ ਨੂੰ ਖੁਸ਼ੀ-ਖੁਸ਼ੀ ਸਾਰਦੇ ਉਹ ਮੁਗਲਾਂ ਦੀ ਈਨ ਜਿਹੜੀ ਕਿ ਉਹ ਨਹੀਂ ਮੰਨਦੀ ਭਾਵ ਕਿ ਸਿੱਖਾਂ ਦੇ ਗਵਾਹੀ ਕਰਦਾ ਧਨਵਗਪੂਰ ਸਿੰਘ ਤੇ 1736 ਵੀ ਦੇ ਵਿੱਚ ਸਰਹੰਦ ਦੇ ਵਿੱਚ ਭਿਆਨਕ ਲੁੱਟਮਾਰ ਕੀਤੀ ਜਾਂਦੀ ਆ ਤੇ ਸਿੱਖਾਂ ਨੇ 34 ਦੇ ਵਿੱਚ ਨਾਦਰ ਸ਼ਾਹ ਨੂੰ ਵੀ ਜਿਹੜੇ ਕਿ ਲੁੱਟਿਆ ਸੀ ਜਦੋਂ ਆਪਣਾ ਲੁੱਟਮਾਰ ਕਰਕੇ ਵਾਪਸ ਜਾ ਰਿਹਾ ਸੀ 17 1748 ਵਿੱਚ ਅਮਰੇਸਰ ਦੇ ਵਿੱਚ ਫਿਰ ਤੁਸੀਂ ਇਕੱਠੇ ਹੁੰਦੇ ਨੇ ਤਾਂ ਨਵਾਬਪੁਰ ਸਿੰਘ ਉੱਥੇ ਜਿਹੜੇ ਕਿ ਦਲ ਖਾਲਸਾ ਦਾ ਸੰਗਠਨ ਕਰਦਾ ਤੇ ਦਲ ਖਾਲਸਾ ਦਾ ਪ੍ਰਧਾਨ সেনਾਪਤੀ ਜਿਹੜੇ ਕਿ ਚੁਣਿਆ ਜਾਂਦਾ ਜੱਸਾ ਸਿੰਘ ਆਲੂ ਵਾਲੀਆ ਨੂੰ ਤੇ ਇਹ ਜਿਹੜੇ ਕਿ ਨਵਾਬਪੁਰ ਸਿੰਘ ਦਾ ਯੋਗਦਾਨ ਹੈ ਤੇ ਨਵਾਬਪੁਰ ਸਿੰਘ 1753 ਵਿੱਚ ਉਹਨਾਂ ਦੀ ਜਿਹੜੀ ਕਿ ਮੌਤ ਹੁੰਦੀ ਹੈ ਜੱਸਾ ਸਿੰਘ ਆਲੂ ਵਾਲੀਆ ਇਹਨਾਂ ਬਾਰੇ ਵੀ ਰੀਡ ਕਰ ਲੈਣਾ ਜੱਸਾ ਸਿੰਘ ਆਲੂ ਵਾਲੀਆ ਇੱਕ ਤਾਂ ਤੁਸੀਂ ਇਹ ਯਾਦ ਰੱਖਣਾ ਕਿ ਸਿੱਖਾਂ ਦੇ ਜੋਗ ਨੇਤਾ ਤੇ ਸਰਵਿਰ ਨੇਤਾ ਸਨ ਜੱਸਾ ਸਿੰਘ ਆਲੂਵਾਲੀਆ ਆਲੂਵਾਲੀਆ ਮਿਸਲ ਦੇ ਸੰਸਥਾਪਕ ਸਨ ਜਨਮ ਅਗਰ ਯਾਦ ਹੁੰਦਾ ਤਾਂ ਠੀਕ ਆਲੂਵਾਲੀ ਪਿੰਡ ਦੇ ਵਿੱਚੋਂ ਦਾ 1718 ਵਿੱਚ ਪਿਤਾ ਦਾ ਨਾ ਬੱਧਰ ਸਿੰਘ ਸੀ ਤਾਂ ਜਦੋਂ ਜੱਸਾ ਸਿੰਘ ਆਲੂਵਾਲੀ ਛੋਟੇ ਸੀ ਉਹਨਾਂ ਦੇ ਪਿਤਾ ਜੀ ਅਕਾਲ ਚਲਾਨਾ ਕਰ ਗਏ ਧਨਵਾਕਪੂਰ ਸਿੰਘ ਨੇ ਜੱਸਾ ਸਿੰਘ ਆਲੂਵਾਲੀ ਨੂੰ ਆਪਣੇ ਪੁੱਤਰਾਂ ਤਰ੍ਹਾਂ ਪਾਲਿਆ ਤੇ 1738 ਵਿੱਚ ਜੱਸਾ ਸਿੰਘ ਦੀ ਅਗਵਾਈ ਹੇਠ ਹੀ ਸਿੱਖਾਂ ਨੇ ਨਾਦਰ ਸ਼ਾਹੀ ਫੌਜ ਤੇ ਹਮਲਾ ਕੀਤਾ ਸੀ 1748 ਸ ਜੱਸਾ ਸਿੰਘ ਜੱਸਾ ਸਿੰਘ ਦੀ ਅਗਵਾਈ ਹੇਠ ਹੀ ਸਿੱਖਾਂ ਨੇ ਨਾਦਰ ਸ਼ਾਹ ਜਿਹੜੇ ਕਿ ਭਾਰਤ ਦੇ ਵਿੱਚੋਂ ਹਮਲਾ ਕਰਕੇ ਲੁੱਟਮਾਰ ਦਾ ਹਿੱਸਾ ਈਰਾਨ ਦੇ ਵਿੱਚ ਲੈ ਕੇ ਜਾ ਰਿਹਾ ਸੀ ਤਾਂ ਉਹਨੂੰ ਤੁਹਾਨੂੰ ਨੇ ਲੁੱਟ ਲਿਆ ਸੀ ਸਿੱਖਾਂ ਨੇ ਤਾਂ 1746 ਵਿੱਚ ਫੇਰ ਕੱਲੂਕਾਰੇ ਦੇ ਵਿੱਚ 20 ਸਿੱਖਾਂ ਦੀ ਅਗਵਾਈ ਜਿਹੜੇ ਕਿ ਜੱਸਾ ਸਿੰਘ ਆਲੋ ਵਾਲੀ ਕਰਦਾ ਤੇ 1700 1747 ਵਿੱਚ ਚਮਰਸਰ ਦੇ ਫੌਜਦਾਰ ਸਲਾਵਤ ਖਾਨ ਨੇ ਦਰਬਾਰ ਸਾਹਿਬ ਦੇ ਵਿੱਚ ਸਿੱਖਾਂ ਦੇ ਪ੍ਰਵੇਸ਼ ਤੇ ਸਖਤ ਪਾਬੰਦੀ ਲਗਾ ਨਾ ਦਾ ਤਾਂ ਜੱਸਾ ਸਿੰਘ ਆਲੋ ਵਾਲੇ ਸਿੱਖਾਂ ਉਹਨਾਂ ਲੈ ਕੇ ਜਿਹੜੇ ਕਿ ਉੱਥੇ ਪਹੁੰਚਦਾ ਤੇ ਇਸਲਾਵਤ ਖਾਨ ਨੂੰ ਜਿਹੜੇ ਕਿ ਇਸ ਲੜਾਈ ਦੇ ਵਿੱਚ ਮਾਰਿਆ ਜਾਂਦਾ ਤੇ ਮੂੜ ਸਿੱਖਾਂ ਦਾ ਅੰਮ੍ਰਿਤਸਰ ਤੇ ਜਿਹੜੇ ਕੀ ਅਧਿਕਾਰ ਹੋ ਜਾਂਦਾ ਜੱਸਾ ਸਿੰਘ ਅਲੋ ਵਾਲੇ ਨੇ 1748 ਸਿੱਧਾ ਖਾਲਸਾ ਪ੍ਰਧਾਨ ਸਰਪੰਚ ਚੁਣਿਆ ਜਾਂਦਾ ਤੇ ਸਿੱਖਾਂ ਦੀ ਇਕਵਾਈ ਕਰਦਾ ਤੇ 61 ਦੇ ਵਿੱਚ 1761 ਤੇ ਜੱਸਾ ਸਿੰਘ ਦੀ ਜੋਗ ਇਕਵਾਈ ਦੇ ਵਿੱਚ ਸਿੱਖਾਂ ਨੇ ਲਾਹੌਰ ਤੇ ਜਿੱਤ ਪ੍ਰਾਪਤ ਕਰਦੇ ਨੇ 1762 ਇਸ ਵਿੱਚ ਵੱਡੇ ਖੱਲੂਕਾਰ ਦੇ ਵਿੱਚ ਵੀ ਜੱਸਾ ਸਿੰਘ ਨਯਮਦ ਸ਼ਬਦਾਲੀ ਦੀ ਫੌਜਾਂ ਦਾ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ ਤੇ 1764 ਇਸ ਵਿੱਚ ਜੱਸਾ ਸਿੰਘ ਅਲੋ ਵਾਲੇ ਸਰਹੰਤੇ ਕਬਜ਼ਾ ਕੀਤਾ ਇਸ ਵੀ ਅਗਰ ਯਾਦ ਹੁੰਦੀਆਂ ਤਾਂ ਠੀਕ ਹੈ ਨਹੀਂ ਤੁਸੀਂ ਵੈਸੇ ਲਾਈਨਾਂ ਲਿਖ ਸਕਦੇ ਹੋ 1780 ਜਸਾ ਸਿੰਘ ਨੇ ਕਪੂਰਥਲਾ ਤੇ ਕਬਜ਼ਾ ਕੀਤਾ ਤੇ ਇਹਨੂੰ ਮਿਸਲ ਆਹਲ ਵਾਲੀ ਮਿਸਲ ਦੀ ਰਾਜस्तानी ਬਣਾਉਂਦਾ ਕਪੂਰਥਲਾ ਨੂੰ ਤੇ ਇਸ ਤਰ੍ਹਾਂ ਜਸਾ ਸਿੰਘ ਆਹਲੋ ਨੇ ਸਿੱਖ ਪੰਥ ਦੇ ਮਹਾਨ ਉਪਲਾਦਿਆ ਪ੍ਰਾਪਤ ਕੀਤੀਆਂ ਨੇ ਸਿੱਖ ਪੰਥ ਲਈ ਤੇ 1783 ਜਿਸ ਇਸ ਮਹਾਨ ਨੇਤਾ ਦੇ ਜਿਹੜੇ ਕੀ ਦਿਹਾਂਤ ਹੁੰਦਾ ਜਸਾ ਸਿੰਘ ਆਹਲੋ ਵਾਲੀ ਜਸਾ ਸਿੰਘ ਰਾਮਗੜੀ ਇਹਨੂੰ ਵੀ ਇੱਕ ਵਾਰ ਰੀਡ ਕਰ ਲੈਣਾ ਅੱਗੇ ਹਮਾਰਾ ਰਣਜੀਤ ਸਿੰਘ ਦਾ ਹਾਂਜੀ ਮਰਨਜੀਤ ਸਿੰਘ ਦਾ ਜੀਵਨ ਜਨਮ ਜਨਮ ਆਜੂ ਇੱਥੇ ਜਨਮ ਵਿਰਵਾ ਦੇ ਦਿਓ ਫਿਰ ਤੁਸੀਂ ਇਹਨਾਂ ਦੇ ਕਰੋ ਤੱਕ ਸ਼ਾਸਨ ਕੀਤਾ ਕਿਹੜੇ ਕਿਹੜੇ ਜਿੱਤਾਂ ਹਾਸਲ ਕੀਤੀ ਸਾਰਾ ਕੁਝ ਆ ਜਾਣਾ ਇਹ ਵਿੱਚ ਹਾਂਜੀ ਅੱਗੇ ਹੈ ਲਾਹੌਰ ਦੀ ਜਿੱਤ ਮਰਨਜੀਤ ਸਿੰਘ ਦੀ ਸਭ ਤੋਂ ਪਹਿਲੀ ਤੇ ਮਹੱਤਵਪੂਰਨ ਜਿੱਤ ਸੀ ਲਾਹੌਰ ਦੀ ਜਿੱਤ ਲਾਹੌਰ ਹੈ ਜਿਹੜੇ ਕਿ ਸਭ ਤੋਂ ਪੁਰਾਣਾ ਤੇ ਵੱਡਾ ਸ਼ਹਿਰ ਹੁਣ ਕਰਕੇ ਆਪਣੀ ਮਹੱਤਾ ਰੱਖਦਾ ਸੀ ਤੇ ਲਾਹੌਰ ਪੰਜਾਬ ਦਾ ਸਭ ਤੋਂ ਪੁਰਾਣਾ ਤੇ ਵੱਡਾ ਸ਼ਹਿਰ ਹੋਣ ਕਰਕੇ ਆਪਣੀ ਮਹੱਤਤਾ ਰੱਖਦਾ ਸੀ ਤੇ ਜਦੋਂ ਮਰਨਜੀਤ ਸਿੰਘ ਨੇ ਇੱਥੇ ਜਿੱਤ ਹਾਸਲ ਕੀਤੀ ਸੀ ਤਾਂ ਉਸ ਸਮੇਂ ਇੱਥੇ ਤਿੰਨ ਭੰਗੀ ਸਰਦਾਰ ਸਾਈਂ ਸਿੰਘ ਚੇਤ ਸਿੰਘ ਮੋਹਰ ਸਿੰਘ ਦਾ ਰਾਜ ਸੀ ਤੇ ਕੀ ਘੱਟ ਦੇਣਾ ਉਸ ਤੋਂ ਬਾਅਦ ਜਿਹੜੇ ਕਿ ਇਹ ਆਪਣੇ ਅਤਿਆਚਾਰ ਤੇ ਮਾੜੇ ਪ੍ਰਬੰਧ ਦੇ ਕਰਕੇ ਲਾਹੌਰ ਦੀ ਪਰਜਾ ਵਿੱਚ ਬਹੁਤ سارے ਦੁਖੀ ਸੀ ਲਾਹੌਰ ਦੀ ਪਰਜਾ ਇਹਨਾਂ ਤੋਂ ਜਿਸ ਕਰਕੇ ਲਾਹੌਰ ਦੀ ਪਰਜਾ ਨੇ ਦੁਖੀ ਹੋ ਕੇ ਮਰਨਜੀਤ ਸਿੰਘ ਨੂੰ ਲਾਹੌਰ ਤੇ ਕਬਜ਼ਾ ਕਰਨ ਦੀ ਸੱਦਾ ਪੱਤਰ ਦਿੱਤਾ ਸੀ ਤਾਂ ਮਰਨਜੀਤ ਸਿੰਘ ਇੱਕ ਸੁਨਹਿਰੀ ਮੌਕੇ ਦੀ ਤਲਾਸ਼ ਦੇ ਵਿੱਚ ਹੀ ਸੀ ਤਾਂ ਮਰਨਜੀਤ ਸਿੰਘ ਨੇ ਆਪਣੀ ਸੱਸ ਸਦਾਕੌਰ ਦੀ ਮਦਦ ਨਾਲ ਲਾਹੌਰ ਤੇ ਹਮਲਾ ਕੀਤਾ ਤੇ ਜਦੋਂ ਮਹਾਰਨਜੀਤ ਸਿੰਘ ਹਮਲਾ ਕਰਦਾ ਤੇ ਹਮਲੇ ਦੀ ਖਬਰ ਸੁਣਦਿਆਂ ਹੀ ਸਾਹਿਬ ਸਿੰਘ ਤੇ ਮੋਹਰ ਸਿੰਘ ਉੱਥੇ ਦੌੜ ਜਾਂਦੇ ਨੇ ਤੇ ਸਿਰਫ ਚੇਹ ਸਿੰਘ ਰਹਿੰਦਾ ਚੇਹ ਸਿੰਘ ਥੋੜਾ ਜਿਹਾ ਮੁਕਾਬਲਾ ਕਰਨ ਤੋਂ ਬਾਅਦ ਉਹ ਵੀ ਆਪਣੀ ਹਾਰ ਨੂੰ ਸਵੀਕਾਰ ਕਰ ਲੈਂਦਾ ਇਸ ਤਰ੍ਹਾਂ ਮਹਾਰਨਜੀਤ ਸਿੰਘ ਨੂੰ 7 ਜੁਲਾਈ 1799 ਈਸਵੀ ਨੂੰ ਲਾਹੌਰ ਦੀ ਜੜੇ ਕੀ ਅਧਿਕਾਰ ਹੋ ਜਾਂਦਾ ਤੇ ਇਹ ਜਿੱਤ ਮਹਾਰਨਜੀਤ ਸਿੰਘ ਦੇ ਜੀਵਨ ਦੀ ਬਹੁਤ ਹੀ ਵੱਡ ਮੁੱਲੀ ਜਿੱਤ ਹੁੰਦੀ ਹੈ ਕਿਉਂਕਿ ਸਭ ਤੋਂ ਪਹਿਲੇ ਜਿੱਤ ਸੀ ਤੇ ਇਹਦੇ ਨਾਲ ਮਹਾਰਨਜੀਤ ਸਿੰਘ ਦੀ ਪ੍ਰਤਿਸ਼ਠਾ ਮਾਣ ਇੱਜ਼ਤ ਦੇ ਵਿੱਚ ਵਾਤਾ ਹੁੰਦਾ ਇਹ ਤੁਸੀਂ ਇਹ ਨਹੀਂ ਮਹੱਤਵ ਵੀ ਚਲਕੇ ਦੇਣਾ ਹਾਂਜੀ ਅੰਮ੍ਰਿਤਸਰ ਦੀ ਇੱਜ਼ਤ ਤੇ ਅੰਮ੍ਰਿਤਸਰ ਦੀ ਜਿੱਤ ਦਾ ਮਹੱਤਵ ਆ ਧਾਰਮਿਕ ਪੱਖ ਤੋਂ ਅੰਮ੍ਰਿਤਸਰ ਸ਼ਹਿਰ ਹੈ ਜਿਹੜੇ ਕਿ ਸਿੱਖਾਂ ਲਈ ਬੜਾ ਹੀ ਮਹੱਤਵ ਹੈ ਰੱਖਦਾ ਤੇ ਸਿੱਖ ਇਸ ਨੂੰ ਆਪਣਾ ਮੱਕਾ ਸਮਝਦੇ ਨੇ ਤੇ ਇਸ ਤੋਂ ਇਲਾਵਾ ਪੰਜਾਬ ਦਾ ਸਭ ਤੋਂ ਪ੍ਰਸਿੱਧ ਵਪਾਰਕ ਕੇਂਦਰ ਵੀ ਹੈ ਅੰਮ੍ਰਿਤਸਰ ਤੇ ਪੰਜਾਬ ਦਾ ਮਹਾਰਾਜਾ ਬਣਨ ਲਈ ਮਹਰਨਜੀਤ ਸਿੰਘ ਨੇ ਜਿਹੜੇ ਕਿ ਅੰਮ੍ਰਿਤਸਰ ਤੇ ਕਬਜ਼ਾ ਕਰਨਾ ਬਹੁਤ ਜ਼ਰੂਰੀ ਸੀ ਇਸ ਲਈ 1805 ਈਸਵੀ ਚ ਮਹਰਨਜੀਤ ਸਿੰਘ ਨੇ ਗੁਲਾਬ ਸਿੰਘ ਦੀ ਵਿਧਵਾ ਮਾਈ ਸੁੱਖਾ ਤੇ ਉਹਦਾ ਪੁੱਤ ਸੀ ਬਾਬਾ ਉਹਦਾ ਮਾਈ ਸੁੱਖਾ ਦਾ ਪੁੱਤਰ ਸੀ ਗੁਰਤੇਜ ਸਿੰਘ ਜੋ ਜਿਹੜੇ ਕਿ ਸ਼ਾਸਨ ਕਰ ਰਹੇ ਸੀ ਉਹਨਾਂ ਨੂੰ ਜਿਹੜੇ ਕਿ ਲੋਹਗੜ੍ਹ ਦਾ ਕਿਲਾ ਤੇ ਪ੍ਰਸਿੱਧ ਜਮਜਮਾ ਤੋਪ ਹਵਾਲੇ ਕਰਨ ਲਈ ਕਿਹਾ ਨਹੀਂ ਤਾਂ ਜਦੋਂ ਮਾਈ ਸੁੱਖਾ ਨੇ ਨਾ ਮੰਗਾਂ ਨੂੰ ਸਵੀਕਾਰ ਕਰਨ ਤੋਂ ਮਨਾਂ ਕਰਤਾ ਤਾਂ ਇਸ ਇਨਕਾਰ ਕਰਨ ਤੇ ਮਰਨ ਜੀ ਸਿੰਘ ਨੇ ਆਪਣੀ ਸੱਸ ਸਦਾ ਕੌਰ ਦੀ ਤੇ ਫਤੇ ਸਿੰਘ ਆਲੋ ਵਾਲੇ ਦੇ ਹੈਲਪ ਦੇ ਨਾਲ ਅੰਮ੍ਰਿਤਸਰ ਤੇ ਹਮਲਾ ਕਰਤਾ ਤੇ ਜਿੱਥੇ ਸੀ ਮਾਈ ਸੁੱਖਾ ਤੇ ਉਹਦਾ ਬੇਟਾ ਗੁਰਦੇਵ ਸਿੰਘ ਰਾਜ ਕਰ ਰਿਹਾ ਸੀ ਤਾਂ ਮਾਈ ਸੁਖਾ ਨੇ ਥੋੜਾ ਜਿਹਾ ਮੁਕਾਬਲਾ ਕੀਤਾ ਉਸ ਤੋਂ ਬਾਅਦ ਆਪਣੀ ਹਾਰ ਨੂੰ ਸਵੀਕਾਰ ਕਰ ਲਿਆ ਤੇ 1805 ਇਸ ਵੀਚ ਮਰਨਜੀਤ ਸਿੰਘ ਨੂੰ ਜਿਹੜੇ ਕਿ ਅੰਮ੍ਰਿਤਸਰ ਤੇ ਕਬਜ਼ਾ ਹੋ ਜਾਂਦਾ ਤਾਂ ਅੰਮ੍ਰਿਤਸਰ ਦੀ ਜਿੱਤ ਦੇ ਨਾਲ ਮਰਨਜੀਤ ਸਿੰਘ ਦੀ ਪ੍ਰਸਿੱਧੀ ਦੂਰ ਦੂਰ ਤੱਕ ਫੈਲ ਗਈ ਤੇ ਅੰਮ੍ਰਿਤਸਰ ਪ੍ਰਸਿੱਧ ਉਪਾਰਗ ਕੇਂਦਰ ਸੀ ਇਹਦੇ ਨਾਲ ਮਰਨਜੀਤ ਸਿੰਘ ਨੂੰ ਆਰਥਿਕ ਲਾਭ ਵੀ ਹੋਇਆ ਤੇ ਮਰਨਜੀਤ ਸਿੰਘ ਨੂੰ ਅਕਾਲੀਆਂ ਦੀ ਸਵਾਵਾ ਵੀ ਜਿਹੜੇ ਕਿ ਹਾਸਿਲ ਹੋਣਾ ਤੇ ਮੁਲਤਾਨ ਦੀ ਜਿੱਤ ਮੁਲਤਾਨ ਜਿਹੜੇ ਕਿ ਆਰਥਿਕ ਪੱਖ ਤੋਂ ਬੜਾ ਮਹੱਤਵਪੂਰਨ ਸੀ ਵੈਸੇ ਤਾਂ ਇਹ ਤੁਹਾਨੂੰ ਨਕਸ਼ੇ ਦੇ ਵਿੱਚ ਵੀ ਜਦੋਂ ਪੜੋਗੇ ਤਾਂ ਵੀ ਫਾਇਦਾ ਹੋਊਗਾ ਇਹਨਾਂ ਦਾ ਤੇ ਮਨਜੀਤ ਸਿੰਘ ਮੁਲਤਾਨ ਤੇ ਜਿਹੜੀ ਕਿ ਕਬਜ਼ਾ ਕਰਨ ਲਈ ਸੱਤ ਸੱਤ ਹਮਲਿਆਂ ਦੇ ਵਿੱਚ ਜਿੱਤ ਹਾਸਲ ਗਿੰਦਾ ਪਹਿਲਾਂ ਤਾਂ 6 ਹਮਲੇ ਕਰ ਦਿੰਦਾ 6 ਮਹੀਨਾ ਭੇਜ ਦਿੰਦੇ ਨੇ 1802 ਤੋਂ ਲੈ ਕੇ 1807 ਤੀਸੇ ਤੱਕ ਕੋਈ ਜਿੱਤ ਹਾਸਲ ਨਹੀਂ ਹੁੰਦੀ ਜਦੋਂ ਸੱਤਵੀਂ ਵਾਰ ਹਮਲਾ ਕਰਦੇ ਨੇ ਫਿਰ ਉੱਥੇ ਜਿੱਤ ਹਾਸਲ ਹੁੰਦੀ ਹੈ ਠੀਕ ਹੈ ਜੇ ਮਤਲਬ ਕੀ ਕੁਐਸਚਨ ਆ ਜਾਈਏ ਕਿ ਮਨਜੀਤ ਸਿੰਘ ਨੇ ਮੁਲਤਾਨ ਤੇ ਕਿੰਨੀ ਵਾਰ ਹਮਲਾ ਕੀਤਾ ਤਾਂ ਸੱਤ ਵਾਰ ਹਮਲਾ ਕੀਤਾ ਪਹਿਲੀਆਂ 6 ਦੇ ਵਿੱਚ ਕੋਈ ਸਫਲਤਾ ਨਹੀਂ ਮਿਲੀ ਸੱਤਵੇਂ ਦੇ ਵਿੱਚ ਮਿਲੀ ਸੀ ਤੇ ਉੱਥੋਂ ਦਾ ਮੁਲਤਾਨ 718 ਈਸਵੀ ਨੂੰ ਬਨਜੀ ਸਿੰਘ ਮਲਤਾਨ ਨੂੰ ਜਿੱਤਣ ਦਾ ਫੈਸਲਾ ਕਰ ਲੈਂਦੇ ਨੇ ਇਸ ਲਈ ਉਹਨਾਂ ਨੇ ਜਿਹੜੇ ਕਿ ਮਿਸਰ ਦੀਵਾਨ ਚੰਦ ਤੇ ਜਿਹੜਾ ਕਿ ਪ੍ਰਸਿੱਧ ਸਨਾਪਤੀ ਸੀ ਉਹਨਾਂ ਦੇ ਅਗਵਾਈ ਦੇ ਅਧੀਨ ਜਿਹੜੇ ਕਿ ਤੇ ਖੜਕ ਸਿੰਘ ਦੀ ਅਗਵਾਈ ਦੇ ਅਧੀਨ ਜਿਹੜੇ ਕਿ ਸਨਾ ਭੇਜਦੇ ਨੇ ਤੇ ਉੱਥੇ ਘੇਰਾਬੰਦੀ 4 ਮਹੀਨੇ ਤੱਕ ਚੱਲਦੀ ਰਹਿੰਦੀ ਹੈ ਤੇ ਆਂਤ ਦੇ ਵਿੱਚ ਜਿਹੜੇ ਕਿ ਜਿੱਤ ਹਾਸਲ ਕਰਦੇ ਨੇ ਤਾਂ 2 ਜੂਨ 1818 ਈਸਵੀ ਨੂੰ ਕਾਲੀ ਨੇਤਾ ਸਾਧੂ ਸਿੰਘ ਵੀ ਆਪਣੇ ਸਾਥੀਆਂ ਸਮੇਤ ਕਿਲੇ ਦੇ ਅੰਦਰ ਜਾਣ ਦੇ ਵਿੱਚ ਸਫਲ ਹੋ ਜਾਂਦੇ ਨੇ ਤੇ ਨਵਾਬ ਮੁਜੱਫਰ ਖਾਂ ਤਉਦੇ ਪੁੱਤਰ ਜਿਹੜੇ ਕਿ ਡਟ ਕੇ ਲੜਦੇ ਨੇ ਬਟ ਉਹ ਉਸ ਲੜਾਈ ਦੇ ਵਿੱਚ ਮਾਰੇ ਜਾਂਦੇ ਨੇ ਤੇ ਮੁਜੱਫਰ ਖਾਨ ਪੰਜ ਪੁੱਤਰਾਂ ਸਮੇਤ ਉਸ ਲੜਾਈ ਦੇ ਵਿੱਚ ਮਾਰਿਆ ਜਾਂਦਾ। ਛੇਵਾਂ ਪੁੱਤਰ ਉਹਦਾ ਜ਼ਖਮੀ ਹੋ ਜਾਂਦਾ ਤੇ ਬਾਕੀ ਦੋ ਪੁੱਤਰਾਂ ਨੇ ਜਿਹੜੇ ਕਿ ਮਾਫੀ ਮੰਗ ਲੈਂਦੇ ਨੇ ਮੁਜੱਫਰ ਖਾਨ ਦੇ। ਤੇ ਇਸ ਤਰ੍ਹਾਂ ਮੁਲਤਾਨ ਦੇ ਕਿਲੇ ਉੱਤੇ ਸਿੱਖਾਂ ਦਾ ਅਧਿਕਾਰ ਹੋ ਜਾਂਦਾ। ਤੇ ਇਹ ਵੀ ਮਹੱਤਵਪੂਰਨ ਜਿੱਤ ਸੀ। ਤਾਂ ਇਸ ਜਿੱਤ ਦੀ ਖੁਸ਼ੀ ਦੇ ਵਿੱਚ ਕਈ ਦਿਨ ਜਸ਼ਨ ਮਨਾਏ ਗਏ ਤੇ ਮਿਸਰ ਦੀਵਾਨ ਚੰਦ ਨੂੰ ਜਫਰ ਜੰਗ ਜੇ ਪਾਦੀ ਨਾਲ ਸਨਮਾਨਿਤ ਕੀਤਾ ਗਏ। ਮੋਸਟ ਇੰਪੋਰਟੈਂਟ ਹੈ ਕਿ ਕਿਸ ਜਿੱਤ ਦੀ ਖੁਸ਼ੀ ਦੇ ਵਿੱਚ ਜਫਰ ਜੰਗ ਦਾ ਆਪਾਦੀ ਦਿੱਤੀ ਗਈ ਸੀ ਮਿਸਰ ਦੀਵਾਨ ਚੰਦ ਨੂੰ ਮਲਤਾਨ ਦੀ ਤੇ ਕਸ਼ਮੀਰ ਨੂੰ ਵੀ ਜਿੱਤਣ ਲਈ ਤਿੰਨ ਹਮਲੇ ਕੀਤੇ ਸੀ ਤੇ ਕਸ਼ਮੀਰ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਫਤਿਹ Nusrat ਜਾਂ ਫਤਿਹ ਜੰਗ ਦੀ ਆਪਾਦੀ ਦਿੱਤੀ ਗਈ ਸੀ ਮਿਸਰ ਦੀਵਾਨ ਚੰਦ ਨੂੰ ਇਹਦੇ ਵਿੱਚ ਤਿੰਨ ਵਾਰ ਹਮਲੇ ਕੀਤੇ ਗਏ ਸੀ ਤੇ ਕਸ਼ਮੀਰ ਨੂੰ 1819 ਸੀਵ ਦੇ ਵਿੱਚ ਜਿੱਤ ਲੈ ਜਾਂਦਾ ਮਹਾਰਾਜ ਜੀ ਸਿੰਘ ਨੇ ਹਾਰੇ ਹੋਏ ਸ਼ਾਸਕਾ ਪ੍ਰਤੀ ਕੀ ਨੀਤੀ ਬਣਾਉਂਦੇ ਨੇ ਸਮਰਨਜੀਤ ਸਿੰਘ ਨੇ ਨਾ ਕੇਵਲ ਬਹੁਤ ਸਾਰੇ ਪ੍ਰਦੇਸ਼ਾਂ ਨੂੰ ਜਿੱਤਿਆ ਸਗੋਂ ਬਲਕਿ ਉਹਨਾਂ ਨੂੰ ਇੱਕ ਸਫਲ ਸ਼ਾਸਨ ਨੀਤੀ ਵੀ ਬਣਾਈ ਤਾਂ ਸਾਰੇ ਸ਼ਾਸਕਾਂ ਉੱਤੇ ਇੱਕੋ ਜੀ ਨੀਤੀ ਰੁੰਦੀ ਸੀ ਭਾਵੇਂ ਕੀ ਜੇ ਚਾਹੇ ਕੋਈ ਮੁਸਲਮਾਨਾ ਚਾਹੇ ਕੋਈ ਹਿੰਦੂ ਆ ਚਾਹੇ ਕੋਈ ਸਿੱਖਾ ਤੇ ਜਿਹੜੇ ਹਾਰੇ ਹੋਏ ਸ਼ਾਸਕ ਸੀ ਉਹਨਾਂ ਦੇ ਉਹਨਾਂ ਨੂੰ ਜਿਹੜੇ ਕਿ ਜੀਵਨ ਨਿਰਵਾਹ ਦੇ ਲਈ ਜਗੀਰਾਂ ਦਿੱਤੇ ਜਾਂਦੇ ਸੀ ਤੇ ਜਿੰਨਾ ਸ਼ਾਸਕਾਂ ਦੇ ਇਲਾਕੇ ਰਾਦੇ ਸ਼ਾਮਲ ਕਰ ਲਏ ਜਾਂਦੇ ਸਨ ਉਹਨਾਂ ਨੂੰ ਮਹਾਰਾਜ ਦੇ ਦਰਬਾਰ ਦੇ ਵਿੱਚ ਜਾਂ ਤਾਂ ਨੌਕਰੀ ਤੇ ਲਗਾ ਲਿਆ ਜਾਂਦਾ ਸੀ ਤੇ ਜਾਂ ਉਹਨਾਂ ਨੂੰ ਗੁਜ਼ਾਰੇ ਲਈ ਜਗੀਰਾਂ ਦਿੱਤੇ ਜਾਂਦੇ ਸੀ ਮਾਰਨ ਸਿੰਘ ਮਿਸਲਾ ਪ੍ਰਤੀ ਕਿਹਨੇ ਨੀਤੀ ਬਣਾਉਂਦਾ ਤਾਂ ਇਹਦੇ ਵਿੱਚ ਵਿਸ਼ੇਸ਼ਤਾਵਾਂ ਸੀ ਕਿ ਆਪਣੇ ਰਾਜ ਦਾ ਵਿਸਤਾਰ ਕਰਨ ਲਈ ਨਾ ਤਾਂ ਉਹਨਾਂ ਨੇ ਮਾਰਨਜੀਤ ਸਿੰਘ ਨੇ ਰਿਸ਼ਤਦਾਰੀ ਤੇ ਨਾ ਹੀ ਕਿਸੇ ਪ੍ਰਤੀ ਮਿਹਰਮੰਦੀ ਭਾਵਨਾ ਦੀ ਕੋਈ ਮਹੱਤਵਦੰਤ ਮਹੱਤਵ ਦੇਣਾ ਤੇ ਰਾਜ ਵਿਸਾਰ ਕਰਨ ਸਮੇਂ ਇਹ ਨਹੀਂ ਦੇਖਣਾ ਕਿ ਮਿਸਰ ਸਰਦਾਰਾਂ ਦੇ ਰਾਜ ਤੇ ਕਬਜ਼ਾ ਕਰਨਾ ਨਿਆਉ ਪੂਰਵਕ ਹੈ ਜਾਂ ਨਹੀਂ ਸ਼ਕਤੀਸ਼ਾਲੀ ਮਿਸਲ ਸਰਦਾਰਾਂ ਨਾਲ ਮਿੱਤਰਤਾਪੂਰਨ ਜਾਂ ਵਿਆਹ ਸੰਬੰਧ ਕਾਇਮ ਕਰ ਲੈ ਤੇ ਕਮਜ਼ੋਰ ਮਿਸਲਾਂ ਦੇ ਰਾਜਾਂ ਤੇ ਹਮਲਾ ਕਰਕੇ ਉਹਨਾਂ ਨੂੰ ਆਪਣੇ ਰਾਜ ਦੇ ਵਿੱਚ ਮਿਲਾ ਲਿਆ ਫਿਰ ਮੌਕਾ ਦੇਖ ਕੇ ਮਿੱਤਰ ਮਿਸਲਾਂ ਪ੍ਰਤੀ ਵੀ ਵਿਸ਼ਵਾਸ ਘਾਤ ਕਰਕੇ ਉਹਨਾਂ ਨੂੰ ਆਪਣੇ ਰਾਜ ਦੇ ਵਿੱਚ ਮਿਲਾ ਲਿਆ ਤੇ ਸਿੱਖਾਂ ਦੀ ਮਹੱਤਵਪੂਰਨ ਸੰਸਥਾ ਗੁਰਮਤਿ ਨੂੰ ਵੀ ਖਤਮ ਕਰਨਾ ਤਾਂ ਕਿ ਕੋਈ ਮਿਸਲ ਅਦਾਰ ਰਣਜੀਤ ਸਿੰਘ ਦੀ ਬਰਾਬਰੀ ਨਾ ਕਰ ਸਕੇ ਹਾਂਜੀ ਅੰਮ੍ਰਿਤਸਰ ਦੀ ਸੰਧੀ ਲਈ ਜ਼ਿੰਮੇਵਾਰ ਪਰਸਤਿਤੀਆਂ ਜ 1800 ਤੋਂ ਲੈ ਕੇ 1809 ਈਸਵੀ ਤੱਕ ਦੇ ਸੰਬੰਧ ਤੇ ਹਾਂਜੀ ਅੰਮ੍ਰਿਤਸਰ ਦੀ ਸੰਧੀ ਹੈ ਜਿਹੜੀ ਕਿ 25 April 1809 ਈਸਵੀ ਦੇ ਵਿੱਚ ਹੁੰਦੀ ਹੈ ਤੇ ਇਸ ਸੰਧੀ ਰਾਹੀਂ ਰਣਜੀਤ ਸਿੰਘ ਮਹਾਰਣਜੀਤ ਸਿੰਘ ਨੇ ਸਤਲੁਜ ਦੇ ਅਨੁਰਾਧਦੀਪੂਰਵੀ ਹੱਦ ਮੰਨ ਲੈ ਜਾਂਦਾ ਤੇ ਸਿੱਟੇ ਵਜੋਂ ਮਹਾਰਣਜੀਤ ਸਿੰਘ ਦਾ ਸਾਰਾ ਸਿੱਖ ਰੈਸਾ ਦਾ ਜਿਹੜਾ ਸੁਪਨਾ ਵੰਣਾ ਉਹ ਜਿਹੜਾ ਕਿ ਹਮੇਸ਼ਾ ਹੀ ਟੁੱਟ ਜਾਂਦਾ ਤੇ ਮਹਾਰਨਜੀਤ ਸਿੰਘ ਨੂੰ ਨਾ ਕੇਵਲ ਰਾਜਨੀਤਿਕ ਸਗਾਰਥਿਕ ਪੱਖ ਤੋਂ ਵੀ ਨੁਕਸਾਨ ਹੁੰਦਾ ਤੇ ਇਸ ਸੰਧੀ ਦੇ ਸ਼ਰਤਾਂ ਕੀ ਸੀ ਵੀ ਅੰਗਰੇਜ਼ੀ ਸਰਕਾਰ ਤੇ ਲਾਹੌਰ ਦਰਬਾਰ ਦੇ ਵਿੱਚ ਪੱਕੀ ਮਿੱਤਰਤ ਰਹੂਗੀ ਤੇ ਅੰਗਰੇਜ਼ੀ ਸਰਕਾਰ ਸਤਲੁਜ ਦਰਿਆ ਦੇ ਉੱਤਰ ਦੇ ਵਿੱਚ ਮਹਾਰਾਜੇ ਦੇ ਪ੍ਰਦੇਸ਼ ਤੇ ਪਰਜਾ ਨਾਲ ਕੋਈ ਸਬੰਧ ਨਹੀਂ ਰੱਖੇਗੀ ਤੇ ਇਨ੍ਹਾਂ ਧਾਰਾਵਾਂ ਦੇ ਵਿੱਚੋਂ ਕਿਸੇ ਇੱਕ ਦੇ ਲੰਘਣਾ ਹੋਣ ਤੇ ਜਿਹੜੀ ਕਿ ਸੰਧੀ ਰੱਦ ਸਮਝੀ ਜਾਊਗੀ ਅਗਿਆ ਹੈ ਤਿੰਨ ਪੱਖੀ ਸੰਧੀ ਜਾਂ ਤਿੰਨ ਪੱਖੀ ਸੰਧੀ ਹਾਂਜੀ 1837 ਵੀ ਦੇ ਵਿੱਚ ਰੂਸ ਆ ਜਿਹੜੀ ਕਿ ਬਹੁਤ ਤੇਜ਼ੀ ਨਾਲ ਇਸੇ ਦੇ ਵੱਲ ਵਧ ਰਿਆ ਸੀ ਤਾਂ ਇਸ ਹਮਲੇ ਨੂੰ ਰੋਕ ਲਈ ਫਿਰ ਅੰਗਰੇਜ਼ਾਂ ਨੇ ਜਿਹੜੇ ਕਿ ਅਫਗਾਨਿਸਤਾਨ ਦਾ ਹਾਕਮ ਸੀ ਦੋਸਤ ਮੁਹੰਮਦ ਖਾਨ ਉਹਦੇ ਨਾਲ ਮਿੱਤਰਤਾ ਕਰਨੀ ਚਾਹੀਦੀ ਦੋਸਤ ਮੁਹੰਮਦ ਖਾਨ ਦੇ ਨਾਲ ਪਰ ਦੋਸਤ ਮੁਹੰਮਦ ਖਾਨ ਇਹ ਚਾਹੁੰਦਾ ਸੀ ਕਿ ਅੰਗਰੇਜ਼ ਪਿਸ਼ਾਵਰ ਦਾ ਇਲਾਕਾ ਮਹਾਰਾਜ ਜੀ ਸਿੰਘ ਤੋਂ ਲੈ ਕੇ ਉਹਨੂੰ ਦੇਣ ਭਾਵ ਕਿ ਦੋਸਤ ਮੁਹੰਮਦ ਖਾਨ ਦੀ ਇਹ ਵੀ ਅੱਗੇ ਤੋਂ ਡਿਮਾਂਡ ਸੀ ਤੇ ਉਧਰੋਂ ਅੰਗਰੇਜ਼ਾਂ ਨੂੰ ਇਹ ਖ਼ਤਰਾ ਸੀ ਕਿ ਰੂਸ ਤੇਜ਼ੀ ਨਾਲ ਏਸ਼ੀਆ ਦੇ ਵੱਲ ਵਧ ਰਿਹਾ ਵੀ ਸ਼ਾਇਦ ਕਿਤੇ ਉਹ ਜਿਹੜੇ ਕਿ ਦੋਸਤ ਮੁਹੰਮਦ ਖਾਨ ਦੇ ਨਾਲ ਮਿੱਤਰਤਾ ਨਾ ਕਰ ਲੈ ਤਾਂ ਅੰਗਰੇਜ਼ ਇਸ ਸਮੇਂ ਦੇ ਵਿੱਚ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਆਪਣੇ ਸਬੰਧ ਵਿਗਾੜਨਾ ਨਹੀਂ ਚਾਹੁੰਦੇ ਸੀ ਵੀ ਮਹਾਰਾਜਾ ਰਣਜੀਤ ਸਿੰਘ ਤੋਂ ਪੇਸ਼ਾਵਰ ਦਾ ਇਲਾਕਾ ਦੇ ਕੇ ਖੋ ਕੇ ਜਿਹੜੇ ਕਿ ਦੋਸਤ ਮੁਹੰਮਦ ਖਾਨ ਨੂੰ ਦਿੱਤਾ ਜਾਵੇ ਤਾਂ ਇਸ ਲਈ ਉਹਨਾਂ ਨੇ ਅਫਗਾਨਿਸਤਾਨ ਦੇ ਸਾਬਕਾ ਸ਼ਾਹ ਸੁਜਾਨ ਦੇ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਜਿਹੜਾ ਪਹਿਲਾਂ ਸੀ ਤਾਂ ਉਹਨਾਂ ਨੇ ਕੀ ਕਿਹਾ ਵੀ ਜਿਹੜੇ ਕਿ ਦੋਸਤ ਮੁਹੰਮਦ ਖਾਨ ਨੂੰ ਹਟਾ ਕੇ ਸ਼ਾਹ ਸੁਜਾਨ ਨੂੰ ਉੱਥੇ ਲਾਗੂ ਕੀਤਾ ਜਾਊਗਾ ਤਾਂ ਤ੍ਰੈਪੱਖੀ ਸੰਧੀ ਤਿੰਨ ਧਿਰਾਂ ਦੇ ਵਿਚਕਾਰ ਹੁੰਦੀ ਹੈ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਦੇ ਵਿਚਕਾਰ ਤੇ ਸ਼ਾਹ ਸੁਜਾਨ ਦੇ ਵਿਚਕਾਰ ਹੁੰਦੀ ਹੈ 26 ਜੂਨ 1838ਵੀਂ ਦੇ ਵਿੱਚ ਤੇ ਸੰਧੀ ਦੇ ਅਨੁਸਾਰ ਕੀ ਸੀ ਕਿ ਸ਼ਾਹ ਸ਼ੂਜਾਨ ਨੂੰ ਅਫਗਾਨਿਸਤਾਨ ਦੇ ਤਖਤ ਤੇ ਬਿਠਾਇਆ ਜਾਊਗਾ ਤੇ ਸ਼ਾਹ ਸ਼ੂਜਾਨੇ ਮਹਾਰਾਜ ਜੀ ਸਿੰਘ ਨੂੰ ਜਿੱਤੇ गए ਸਾਰੇ ਅਫਗਾਨ ਖੇਤਰਾਂ ਤੇ ਅਧਿਕਾਰ ਮਿਲ ਲਿਆ ਅਤੇ ਮਹਾਰਾਜ ਜੀ ਸਿੰਘ ਨੂੰ ਕਿਹਾ ਗਿਆ ਕਿ ਉਹ 5000 ਸੈਨਿਕ ਸ਼ਾਹ ਸ਼ੂਜਾ ਦੇ ਸਹਾਇਤਾ ਲਈ ਭੇਜੇ ਤੇ ਇਸ ਸਹਾਇਤਾ ਦੇ ਬਦਲੇ ਸ਼ਾਹ ਸ਼ੂਜਾਨ ਮਹਾਰਾਜ ਜੀ ਸਿੰਘ ਨੂੰ 2 ਲੱਖ ਰੁਪਏ ਦੇਊਗਾ ਤੇ ਮਹਾਰਾਜ ਜੀ ਸਿੰਘ ਨੇ ਸੰਧੀ ਦੇ ਦਸਤਖਤ ਕਰਨ ਨੂੰ ਤਿਆਰ ਨਹੀਂ ਸੀ ਬਟ ਅੰਗਰੇਜ਼ਾਂ ਨੇ ਉਹਨਾਂ ਨੂੰ ਜਹਾ ਕਾਨੂੰਨ ਲਈ ਮਜਬੂਰ ਕੀਤਾ ਤਾਂ ਇਸ ਸੰਧੀ ਨਾਲ ਮਹਾਰਾਜ ਜੀ ਸਿੰਘ ਦੇ ਸਿੰਧ ਅਤੇ ਸ਼ਿਕਰਪੁਰ ਤੇ ਕਬਜ਼ਾ ਕਰਦੇ ਸਾਰੀਆਂ ਸ਼ ਇੱਕ ਸਿੰਧ ਤੇ ਸ਼ਿਕਾਉਰਪੁਰ ਇਹਨਾਂ ਦਾ ਪ੍ਰਸ਼ਨ ਸਿੰਧ ਪੰਜਾਬ ਦੇ ਦੱਖਣ ਪੱਛੋਂ ਦੇ ਵਿੱਚ ਸਿੰਧ ਦਰਿਆਵਾਂ ਦੋਵੇਂ ਪਾਸੇ ਤੇ ਆਤੀ ਮਹੱਤਵਪੂਰਨ ਪ੍ਰਦੇਸ਼ਾ ਸਿੰਧੀ ਆਲੇ ਦੁਆਲੇ ਪ੍ਰਦੇਸ਼ ਨੂੰ ਜਿੱਤਣ ਤੋਂ ਪਿੱਛੇ 1830 ਤੇ 31 ਦੇ ਵਿੱਚ ਮਰਨਜੀ ਸਿੰਘ ਨੇ ਸਿੰਧ ਨੂੰ ਜਿੱਤਣ ਦਾ ਫੈਸਲਾ ਕੀਤਾ ਪਰ ਭਾਰਤ ਦੇ ਜਿਹੜੇ ਗਵਰਨਰ ਜਨਰਲ ਮਾਨਜੀ ਸੀ ਉਹਨਿਸ ਤੇ ਰੋਪੜ ਵਿਖੇ ਉਹਦੇ ਨਾਲ ਮੁਲਾਕਾਤ ਰੱਖਦੀ ਭਾਵੇਂ ਕਿ ਅੰਗਰੇਜ਼ ਇਹਨੂੰ ਆਪਣੇ ਕਬਜ਼ੇ ਦੇ ਵਿੱਚ ਰੱਖਣਾ ਚਾਹੁੰਦੇ ਸੀ ਤਾਂ ਅੰਗਰੇਜ਼ਾਂ ਨੇ ਫਿਰ ਮਰਨਜੀ ਸਿੰਘ ਦੇ ਨਾਲ ਰੋਪੜ ਦੇ ਵਿੱਚ ਮੁਲਾਕਾਤ ਰੱਖੀ ਤਾਂ 26 ਜੁਲਾਈ 1831 ਦੀ ਜੇ ਮੁਲਾਕਾਤ ਹੁੰਦੀ ਹੈ ਉਧਰ ਦੂਜੇ ਪਾਸੇ ਜਿਹੜੇ ਕਿ ਕਰਨਲ ਪਟਿੰਗਰ ਨੂੰ ਭੇਜ ਕੇ ਸਿੰਧ ਦੇ ਮੀਰਾ ਨਾਲ ਜਿਹੜੇ ਕਿ ਅੰਗਰੇਜ਼ਾਂ ਨੇ ਵਪਾਰਕ ਸੰਧੀ ਕਰ ਲੰਦੇ ਨੇ ਤਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਦਾ ਤਾਂ ਅੰਗਰੇਜ਼ਾਂ ਨੇ ਸਿੰਧ ਦੇ ਮੀਰਾ ਨਾਲ ਵਪਾਰਕ ਸਮਝੌਤਾ ਕਰ ਲਿਆ ਤਾਂ ਉਹਨਾਂ ਨੂੰ ਬਹੁਤ ਦੁੱਖ ਹੁੰਦਾ ਤੇ ਸ਼ਿਕਰਪੁਰ ਦਾ ਪ੍ਰੇਸ਼ਨ ਸਿੰਧ ਦੇ ਉੱਤੇ ਤਿੰਨ ਅਮੀਰਾਂ ਦਾ ਸਾਂਝ ਅਧਿਕਾਰ ਸੀ ਤੇ 1834 ਸੀਚ ਮਰਨਜੀਤ ਸਿੰਘ ਨੇ ਸ਼ਿਕਰਪੂਰ ਦੇ ਮਜਾਰੀ ਕਬੀਲੇ ਦੇ ਖਿਲਾਫ ਮੀਮ ਭੇਜੀ ਕਿਉਂਕਿ ਉਸਨੇ ਕਬੀਲੇ ਦੇ ਸਿੱਖ ਇਲਾਕਿਆਂ ਵਿੱਚ ਲੁੱਟ ਮਾਰ ਕੀਤੀ ਸੀ ਤਾਂ 1836 ਸੀਚ ਮਰਨਜੀਤ ਸਿੰਘ ਨੇ ਫਿਰ ਰਾਜਕੁਮਾਰ ਖੜਕ ਸਿੰਘ ਨੂੰ ਮਾਨੇਟ ਮਜਾਰੀ ਕਬਿਲਿਆਂ ਦੇ ਖਿਲਾਫ ਸਾਨਾ ਭੇਜਦੇ ਨੇ ਕਿਉਂਕਿ ਉਹ ਅਜੇ ਵੀ ਇਸ ਅਜੇ ਵੀ ਸਿੱਖ ਇਲਾਕਿਆਂ ਦੇ ਵਿੱਚ ਲੁੱਟਮਾਰ ਕਰਨੋਂ ਨਹੀਂ हट ਰਹੇ ਸੀ ਤਾਂ ਸਿੱਖਾਂ ਨੇ ਮਜਾਰੀਆ ਦੇ ਪ੍ਰਦੇਸ਼ ਉਤੇ ਕਬਜ਼ਾ ਕਰ ਲੰਦੇ ਨੇ ਜਦੋਂ ਸਿੰਧ ਦੇ ਸ਼ਰਤਾਂ ਨੂੰ ਪੂਰਾ ਕਰਵਾਉਣ ਲਈ ਮਰਨਜੀਤ ਸਿੰਘ ਨੇ ਦੁਆਰਾ ਖੜਕ ਸਿੰਘ ਉੱਥੇ ਭੇਜਦੇ ਨੇ ਤਾਂ ਗਵਰਨਰ ਜਨਰਲ ਆਕਲੈਂਡ ਨੇ ਮਹਾਰਾਜੇ ਨੂੰ ਰੋਕ ਦਿੰਦੇ ਨੇ ਤਾਂ ਇਸ ਤਰ੍ਹਾਂ ਭਾਵ ਕਿ ਇਧਰ ਵੀ ਜਿਹੜੇ ਕਿ ਰੋਕ ਲਗਾ ਦਿੱਤੀ ਜਾਂਦੀ ਹੈ ਤਾਂ ਇਹ ਸਬੰਧ ਵਿਗੜ ਜਾਂਦੇ ਨੇ ਤੇ ਹਾਂਜੀ ਫਿਰੋਜ਼ਪੁਰ ਦਾ ਪ੍ਰੇਸ਼ਨਾ ਸਤਲੁਜ ਤੇ ਬਿਆਸ ਦੇ ਸੰਗਮ ਦੇ ਨੇੜੇ ਸਥਿਤ ਫਿਰੋਜ਼ਪੁਰ ਇਹ ਵੀ ਮਹੱਤਵਪੂਰਨ ਸ਼ਹਿਰ ਸੀ ਤਾਂ ਅੰਗਰੇਜ਼ਾਂ ਨੇ ਪਹਿਲਾਂ ਹੀ ਸੋਚਿਆ ਸੀ ਕਿ ਤੇ ਮਰਨਜੀਤ ਸਿੰਘ ਨੇ ਇੱਥੇ ਕਬਜ਼ਾ ਨਹੀਂ ਕਰਨ ਦੇਣਗੇ ਤਾਂ ਜਦੋਂ ਭਾਰਤ ਉੱਤੇ ਭਾਰਤ ਦੇ ਵਿੱਚ ਅੰਗਰੇਜ਼ ਸਾਮਰਾਜ ਦਾ ਵਿਸਥਾਰ ਹੋ ਗਿਆ ਤਾਂ ਅੰਗਰੇਜ਼ਾਂ ਨੇ ਰੱਖਿਆ ਲਈ 1835 ਵਿੱਚ ਇੱਥੇ ਫਿਰੋਜ਼ਪੁਰ ਦੇ ਵਿੱਚ ਕਬਜ਼ਾ ਕਰ ਲਿਆ ਤੇ 38 ਦੇ ਵਿੱਚ ਇੱਥੇ ਵਪਾਰ ਕੁਸ਼ੌਣੀ ਬਣਾ ਲਿਆ ਤਾਂ ਇਸ ਤਰ੍ਹਾਂ ਇਧਰ ਵੀ ਜਿਹੜੇ ਕਿ ਮਰਨਜੀਤ ਸਿੰਘ ਦੇ ਫਿਰੋਜ਼ਪੁਰ ਨੂੰ ਲੈ ਕੇ ਮਰਨਜੀਤ ਸਿੰਘ ਤੇ ਅੰਗਰੇਜ਼ਾਂ ਵਿਚਕਾਰ ਅਸੰਧ ਵਿਗੜ ਜਾਂਦੇ ਨੇ ਤੇ ਤਿੰਨ ਤਿੰਨਾਂ ਕਮਲ ਵਿੱਚ ਕੁਸ਼ਣ ਪਾਣੀਪਤ ਦੀ ਜੜਾਈ 14 ਜਨਵਰੀ 1761 ਈਸਵੀ ਦੇ ਵਿੱਚ ਹੁੰਦੀ ਆ ਤੇ ਕੰਨੂਕਰ ਬਾਹੜ ਚ ਹੁੰਦਾ ਵੱਡਾ ਠੀਕ ਹੈ ਤੇ ਅਹਮਦ ਸ਼ਾਹ ਅਬਦਾਲੀ ਦੇ ਸੈਨਾ ਤੇ ਮਰਾਠਿਆਂ ਵਿਚਕਾਰ ਹੁੰਦੀ ਆ ਇਸ ਲੜਾਈ ਦੇ ਵਿੱਚ ਜਿਹੜੇ ਕਿ ਮਰਾਠਿਆਂ ਦੇ ਹਾਰ ਹੁੰਦੀ ਆ ਤੇ ਸਦਾਸ਼ਿਵਰਾਓ ਪਾ ਹੋਰ ਇਸ ਲੜਾਈ ਦੇ ਵਿੱਚ ਮਾਰੇ ਜਾਂਦੇ ਨੇ ਤੇ ਸਿੱਖ ਜਿਹੜੇ ਕਿ ਅਹਮਦ ਸ਼ਾਹ ਅਬਦਾਲੀ ਦੀ ਜਿੱਤ ਹੁੰਦੀ ਆ ਤੇ ਇਹਦੇ ਸਿੱਟੇ ਕੀ ਨਿਕਲਦੇ ਨੇ ਨਤੀਜੇ ਮਰਾਠਿਆਂ ਦੀ ਤਾਕਤ ਨੂੰ ਸਖਤ ਛੱਟ ਵੱਜਦੀ ਆ ਤੇ ਮਰਾਠਿਆਂ ਦੇ ਹੱਥੋਂ ਪੰਜਾਬ ਹਮੇਸ਼ਾ ਲਈ ਜਾਂਦਾ ਹੁੰਦਾ ਹੈ ਤੇ ਅਫਗਾਨਾਂ ਦਾ ਅਧਿਕਾਰ ਹੋ ਜਾਂਦਾ ਤੇ ਅਫਗਾਨ ਤੇ ਸਿੱਖਾਂ ਵਿਚਕਾਰ ਇੱਕ ਤਰ੍ਹਾਂ ਕਈ ਵਾਰਾਂ ਤੱਕ ਸੰਘਰਸ਼ ਚੱਲਦਾ ਰਹਿੰਦਾ ਤੇ ਅੰਤ ਵਿੱਚ ਸਿੱਖ ਸਵਤੰਤਰ ਰਾਜ ਸਥਾਪਿਤ ਕਰਨ ਦੇ ਵਿੱਚ ਸਫਲ ਹੁੰਦੇ ਨੇ ਤੇ اٹਕ ਦੇ ਜਿੱਤ اٹਕ ਉਤੇ afghan ਸ਼ਾਸਕ ਜਹਾਦਤ ਖਾਨ ਦਾ ਰਾਜ ਸੀ ਤੇ 1813 ਇਸ ਵਿੱਚ ਮਹਾਰਾਣ ਜੀ ਸਿੰਘ ਨੇ ਆਪਣੇ ਵਿਦੇਸ਼ ਮੰਤਰੀ ਫਕੀਰ ਅਜੀਜ਼ਉਦਿਨ ਨੂੰ اٹਕ ਦੇ ਸ਼ਾਸਕ ਜਹਾਦਤ ਖਾਨ ਦੇ ਕੋਲ ਭੇਜਦਾ ਤਾਂ ਜਹਾਦਤ ਖਾਨ ਜਿਹੜੇ ਕਿ ਡਰ ਦੇ ਮਾਰੇ ਮਹਾਰਾਣ ਜੀ ਸਿੰਘ ਦਾ ਜਿਹੜੇ ਵਿਦੇਸ਼ ਮੰਤਰੀ ਸੀ ਫਕੀਰ ਅਜੀਜ਼ਉਦਿਨ ਨੂੰ 1 ਲੱਖ ਰੁਪਏ ਦੇ ਬਦਲੇ ਵਿੱਚ اٹਕ ਦਾ ਕਿਲਾ ਲੈ ਰੰਦਾ ਤਾਂ ਇਸ ਤਰ੍ਹਾਂ ਮਹਾਰਾਣ ਜੀ ਸਿੰਘ ਨੂੰ ਬਿਨਾਂ ਕਿਸੇ ਜੁੱਦ ਦੇ ਕਿਤੇ ਹੀ ਜਿਹੜੇ ਕਿ اٹਕ ਉਤੇ ਅਧਿਕਾਰ ਹਾਸਲ ਹੋ ਜਾਂਦਾ ਹਾਜਰੋ ਜਾਂ ਹੈਦਰਾ ਲੜਾਈ ਹਾਜਰੋ ਦਾ ਹਾਦਰੋ 1813 ਇਸਵੀ ਜਰੂ ਅਟਕ ਤੇ ਅਧਿਕਾਰ ਹੋ ਜਾਂਦਾ ਤਾਂ ਕਾਬਲ ਦਾ ਵਜ਼ੀਰ ਫਤਿਹ ਖਾਂ ਬਾੜਕ ਉੱਠਦਾ ਤੋਂ ਆਪਣੀ ਵਿਸਾਲ ਸੈਨਾ ਸਹਿਤ ਅਟਕ ਤੇ ਹਮਲਾ ਕਰਦਾ ਤੇ 26 ਜੂਨ 1813 ਇਸਵੀ ਨੂੰ ਅਟਕਦੇ ਵੱਲ ਵਾਧਾ ਤੇ 26 ਜੂਨ 1813 ਇਸਵੀ ਨੂੰ ਅਟਕਦੇ ਨੇੜੇ ਹਜਰੋਜਾ ਹਾਦਰੋ ਦੇ ਸਥਾਨ ਤੇ ਜਿਹੜੇ ਕਿ ਅਫਗਾਨਾਂ ਦੀ ਸੈਨਾ ਹਰੀ ਸਿੰਘ ਨਾਲਵਾ ਤੇ 모ਹਨ ਮੁਕਮ ਚੰਦ ਦੀ ਗਵਾਈ ਹੇਠ ਸਿੱਖ ਸੀ ਤੇ ਇਹ ਅਫਗਾਨਾਂ ਦੀ ਸੈਨਾ ਸੀ ਇਧਰੋਂ ਫਤਿਹ ਖਾਂ ਇਹਨਾਂ ਦੇ ਵਿੱਚਕਾਰ ਜਿਹੜੀ ਕਿ ਲੜਾਈ ਹੁੰਦੀ ਸੀ ਸਿੱਖਾਂ ਨੇ ਗਵਾਈ ਕਰ ਰਹੀ ਸੀ ਹਰੀ ਸਿੰਘ ਨਾਲਵਾ ਤੇ 모ਹਨ ਚੰਦ ਕਮਸਾਂਤ ਲੜਾਈ ਹੁੰਦੀ ਹੈ ਜਿਦੇ ਵਿੱਚ ਅਫਗਾਨਾ ਜਿਹੜੇ ਕਿ ਹਾਰ ਜਾਂਦੇ ਨੇ ਤਾਂ ਸਿੱਖਾ ਜਿੱਤ ਹਾਸਲ ਕਰ ਲੈਂਦੇ ਨੇ ਹਾਂਜੀ ਉਹਨੂੰ ਸ਼ਹਿਰਾ ਜਾਂ ਟਿੱਬਾ ਟੈਰੀ ਦੀ ਲੜਾਈ ਕਾਬਲ ਦੇ ਵਜ਼ੀਰ ਆਜ਼ਮ ਖਾਨ ਨੇ ਜਨਵਰੀ 1823 ਵਿੱਚ ਪਸ਼ਾਵਰ ਤੇ ਅਧਿਕਾਰ ਕਰ ਲੰਦਾ ਤਾਂ ਸਿੱਖਾਂ ਵਿਰੁੱਧ ਜਹਾਦ ਜਾਂ ਧਰਮ ਯੁੱਧ ਦਾ ਜਿਹੜੇ ਕਿ ਵਿਸ਼ਾਲ ਸੈਨਾ ਇਕੱਠੀ ਕਰ ਲੰਦਾ ਧਰਮ ਯੁੱਧ ਦਾ ਐਲਾਨ ਕਰਕੇ ਤਾਂ ਹਰੀ ਸਿੰਘ ਨਾਲ ਵਾ ਸ਼ੇਰ ਸਿੰਘ ਮਿਸਟਰ ਦਿਵਾਨ ਚੰਦ ਜਨਰਲ ਵਤੂਰਾ ਤੇ ਅਕਾਲੀ ਫੋਲਾ ਸਿੰਘ ਦੀਗਾਈ ਹੇਠ ਸਿੱਖ ਸੈਨਾ ਨੇ ਹਮਲਾ ਕਰਦੇ ਨੇ ਤੇ 14 ਤੇ 14 ਮਾਰਚ 1823 ਵਿਨੂ ਨਸ਼ਹਿਰਾ ਦਾ ਟਿੱਬਾ ਟਰੀ ਦੇ ਨਾਮੀ ਸਥਾਨ ਤੇ ਜਿਹੜੀ ਕਿ ਖਮਸਾਂਦ ਲੜਾਈ ਹੁੰਦੀ ਆ ਸਿੱਖਾਂ ਤੇ ਫਕਾਹਨ ਵਿਚਕਾਰ ਇਹਦੇ ਵਿੱਚ ਫਕਾਹਨ ਆ ਜਿਹੜੇ ਕਿ ਹਾਰ ਜਾਂਦੇ ਨੇ ਸਿੱਖਾਂ ਦੇ ਜਿੱਤੋਂ ਹੁੰਦੀ ਆ ਸ਼ਾਨਦਾਰ ਤੇ ਨਸ਼ਹਿਰਾ ਦੀ ਲੜਾਈ ਦੇ ਵਿੱਚ ਜਿਹੜੇ ਕਿ ਅਕਾਲੀ ਫੁੱਲਾ ਸਿੰਘ ਆ ਸ਼ਹਾਦਤ ਪ੍ਰਾਪਤ ਕਰਦਾ ਤੇ ਅਗੇ ਹੈ ਜਮਰੋਧ ਦੀ ਲੜਾਈ ਜਮਰੋਧ ਦੀ ਲੜਾਈ 'ਚ ਹਰੀ ਸਿੰਘ ਨਾਲਵਰ ਆਪਣੀ ਸ਼ਹਾਦਤ ਪ੍ਰਾਪਤ ਕਰਦਾ ਹੈ 1837 ਸੀਵ ਦੇ ਸ਼ੁਰੂ 'ਚ ਹਰੀ ਸਿੰਘ ਨਾਲਵਰ ਨੂੰ ਖੈਬਰ ਦਰੇ ਦੇ ਨੇੜੇ ਜਮਰੋਧ ਕਿਲੇ ਦੇ ਉਸਾਰੀ ਕਰਨ ਦਾ ਕੰਮ ਦਿੱਤਾ ਜਾਂਦਾ ਤੇ ਇਸ ਸਮੇਂ ਕਾਬਲ ਦਾ ਸ਼ਾਸਕ ਜਿਹੜਾ ਦੋਸਤ ਮੁਹੰਮਦ ਖਾਨ ਸੀ ਆਪਣੇ ਪੁੱਤਰ ਮੁਹੰਮਦ ਅਕਬਰ ਦੀਗਵਾਈ ਹੇਠ ਜਮਰੋਧ ਦੇ ਵਿੱਚੋਂ ਸਿੱਖਾਂ ਨੂੰ ਕੱਢਣ ਲਈ ਆਪਣੇ ਸੈਨਾ ਭੇਜਦਾ ਮਤਲਬ ਕਿ ਜਮਰੋਧ ਦੇ ਕਿਲੇ ਵਿੱਚ ਸਿੱਖਾਂ ਦਾ ਅਧਿਕਾਰ ਹੋ ਜਾਣਾ ਤਾਂ ਕਾਬਲ ਦਾ ਸ਼ਾਸਕ ਜਿਹੜਾ ਦੋਸਤ ਮੁਹੰਮਦ ਖਾਨ ਆਪਣੇ ਪੁੱਤਰ ਮੁਹੰਮਦ ਅਕਬਰ ਦੀਗਵਾਈ ਹੇਠ ਸੈਨਾ ਭੇਜਦਾ ਤਾਂ ਕਿ ਉੱਥੋਂ ਸਿੱਖਾਂ ਨੂੰ ਕੱਢਿਆ ਜਾਵੇ ਇਸ ਕੋਰਜਤਨ ਦੇ باوجود ਅਫਗਾਨ ਨੂੰ ਜਮਰੋਦ ਤੇ ਅਧਿਕਾਰ ਕਰਨ ਦੇ ਵਿੱਚ ਅਸਫਲ ਰਹਿੰਦੇ ਨੇ ਭਾਵ ਕੀ ਸਿੱਖਾਂ ਦੇ ਜਿੱਤ ਹੋ ਜਾਂਦੀਆਂ ਅਫਗਾਨ ਹਾਰ ਜਾਂਦੇ ਨੇ ਬਟ ਇਸ ਲੜਾਈ ਦੇ ਵਿੱਚ ਹਰੀ ਸਿੰਘ ਨਾਲ ਉਹ ਜਿਹੜੀ ਕਿ ਸ਼ੇਹੀ ਦੀ ਪ੍ਰਾਪਤ ਕਰਦਾ ਸ਼ਾਸ਼ੂਜਾ ਕੌਣ ਸੀ ਸ਼ਾਸ਼ੂਜਾ ਅਫਗਾਨਿਸਤਾਨ ਦਾ ਸ਼ਾਸਕ ਸੀ ਜਿਸ ਨੇ 1803 ਤੋਂ ਲੈ ਕੇ 1809 ਈਸਵੀ ਤੱਕ ਰਾਜ ਕੀਤਾ ਤੇ ਇਸ ਦੇ ਪਿੱਛੋਂ ਉਹਨੂੰ ਕਸ਼ਮੀਰ ਦੇ ਵਿੱਚ ਕੈਦ ਕਰ ਲਿਆ ਜਾਂਦਾ ਤਾਂ ਫਿਰ 1813 ਈਸਵੀ ਵਿੱਚ ਮਹਾਰਾਣਜੀਤ ਸਿੰਘ ਨੇ ਸ਼ਾਸ਼ੂਜਾ ਨੂੰ ਰਿਹਾ ਕਰਵਾ ਕੇ ਸ਼ਾਸ਼ੂਜਾ ਦੀ ਪਤਨੀ ਬਫਾ ਬੇਗਮ ਤੋਂ ਕੋਹੇ ਨੂਰ ਹੀਰਾ ਪ੍ਰਾਪਤ ਕਰਦਾ ਹੈ ਤੇ 33 ਤੋਂ ਲੈ ਕੇ 1838ਵੀਂ ਤੱਕ ਰਣਜੀਤ ਸਿੰਘ ਨੇ ਸ਼ਾਸ਼ੂਜਾ ਦੇ ਨਾਲ ਦੋਸਤ ਮੁਹੰਮਦ ਖਾਨ ਦੇ ਵਿਰੁੱਧ ਦੋ ਸੰਧਿਆ ਕੀਤੀ ਤੇ सय्यद अहमद ਖਾਨ ਬਰੀਲੀ ਦਾ ਰਹਿਣ ਵਾਲਾ ਸੀ ਆਪਣੇ ਆਪ ਨੂੰ ਖਲੀਫਾ ਸਮਝਦਾ ਸੀ ਤੇ ਉਹਨੇ ਅਟਕ ਤੇ ਪਿਸ਼ਾਵਰ ਦੇ ਇਲਾਕੇ ਵਿੱਚ afganan ਨੂੰ ਨਾਲ ਲੈ ਕੇ ਮਿਲਾ ਕੇ 1827ਵੀਂ ਸਦੀ ਦੇ ਵਿੱਚ ਸਿੱਖਾਂ ਵਿਰੁੱਧ ਵਿਦਰੋਹ ਕਰਦਾ ਤੇ ਹਰੀ ਸਿੰਘ ਨਾਲ ਵਾਦੀ ਅਗਵਾਈ ਹੇਠ ਸਿੱਖ ਸੈਨਿਕਾਂ ਨੇ ਜਿਹੜੇ ਕਿ ਉਹਨੂੰ ਹਰਾ ਦਿੱਤਾ ਤੇ ਮਈ 1831 ਨੂੰ ਸ਼ੇਰ ਸਿੰਘ ਦੇ ਅਧੀਨ ਸਿੱਖ ਸੈਨਾਨੀ ਇਸ ਦੁਸ਼ਟ ਖਲੀਫਾ ਨੂੰ ਬਲਾਕੋਟ ਦੀ ਲੜਾਈ ਦੇ ਵਿੱਚ ਹਰਾ ਕੇ ਮੌਤੇ ਘਾਟ ਉਤਾਰ ਦਿੱਤਾ ਜਾਂਦਾ ਹਾਂਜੀ ਅਕਾਲੀ ਫੂਲਾ ਸਿੰਘ ਅਕਾਲੀ ਫੂਲਾ ਸਿੰਘ ਸਿੱਖ ਰਾਜ ਦੇ ਫੁਲਾਦੀ ਥੰਮ ਸਨ ਤੇ ਉਹਨਾਂ ਨੇ ਸਿੱਖਾਂ ਰਾਜ ਦੇ ਜਿਹੜੇ ਨੀਹਾਂ ਨੂੰ ਮਜ਼ਬੂਤ ਕਰਨ ਲਈ ਤੇ ਉਹਨਾਂ ਦੇ ਸਿਮਾਵਾਂ ਨੂੰ ਵਧਾਉਣ ਦੇ ਵਿੱਚ ਬਹੁਤ ਯੋਗਦਾਨ ਪਾਇਆ ਅਕਾਲੀ ਫੂਲਾ ਸਿੰਘ ਨੇ ਤੇ ਉਹਦੀ ਨਿਸਾਨੀ ਸੂਰਬੀਰਤਾ ਨਿਹੱਦਰਤਾ ਤੇ ਪੰਥਕ ਪਿਆਰ ਦੇ ਉੱਚਾਚਨ ਕਰਮਾਨ ਅਜੀਤ ਸਿੰਘ ਬਹੁਤ ਆਦਰ ਸਤਿਕਾਰ ਕਰਦੇ ਸੀ ਅਕਾਲੀ ਫੂਲਾ ਸਿੰਘ ਦਾ ਤੇ 1807 ਈਸਵੀ ਵਿੱਚ ਅਕਾਲੀ ਫੂਲਾ ਸਿੰਘ ਦੀ ਬਹਾਦਰੀ ਕਾਰਨ ਕਸੂਰ ਤੇ ਕਬਜ਼ਾ ਕਰਨ ਦੇ ਵਿੱਚ ਸਫਲ ਹੋਏ ਤੇ ਇਸੇ ਤਰ੍ਹਾਂ ਅਕਾਲੀ ਫੂਲਾ ਸਿੰਘ ਨੇ ਝੰਗ ਨੂੰ ਵੀ ਆਪਣੇ ਦਿਨ ਕੀਤਾ ਤੇ ਆਪ ਜੀ ਦੇ ਸਹਿਯੋਗ ਸਦਕਾ ਹੀ 1816 ਈਸਵੀ ਦੇ ਮੁਲਤਾਨ ਪਖਰ ਤੇ ਬਹਾਵਲਪੁਰ ਦੇ ਇਲਾਕਿਆਂ ਦੇ ਵਿੱਚ ਮੁਸਲਮਾਨ ਹਾਕਮਾਂ ਵੱਲੋਂ ਸਿੱਖਾ ਰਾਜਾਂ ਦੇ ਵਿਰੁੱਧ ਜਿਹੜੇ ਕਿ ਬਗਾਵਤਾਂ ਪੜਕਾਈਆਂ ਜਾ ਰਹੀ ਸੀ ਉਹਨਾਂ ਨੂੰ ਦਬਾਇਆ ਜਾ ਸਕਿਆ ਤੇ 1818 ਈਸਵੀ ਵਿੱਚ ਮੁਲਤਾਨ ਦੇ ਜਿੱਤ ਵਿੱਚ ਵੀ ਕਾਲੀ ਫੁੱਲਾ ਸਿੰਘ ਨੇ ਯੋਗਦਾਨ ਦਿੱਤਾ ਇਸੇ ਤਰ੍ਹਾਂ ਪੇਸ਼ਾਵਰ ਦੇ ਹਮਲੇ ਵਿੱਚ ਮਰਨਜੀਤ ਸਿੰਘ ਨੇ ਕਾਲੀ ਫੁੱਲਾ ਸਿੰਘ ਦੇ ਸੇਵਾਵੰਦ ਪ੍ਰਾਪਤ ਕੀਤੀਆਂ ਤੇ 1809 ਈਸਵੀ ਦੇ ਵਿੱਚ ਜਦੋਂ ਕਸ਼ਮੀਰ ਦੇ ਜਿੱਤ ਸਮੇਂ ਵੀ ਮਰਨਜੀਤ ਸਿੰਘ ਨੇ ਦੀ ਫੌਜ ਸੀ ਨਾਲ ਤੇ 14 ਮਾਰਚ 1823 ਈਸਵੀ ਨੂੰ ਜਿਹੜੀ ਨੁਸ਼ਹਿਰਾ ਜਾਂ ਟਿਬਾ ਟੈਰੀ ਲੜਾਈ ਹੁੰਦੀ ਆ ਇਸ ਲੜਾਈ ਦੇ ਵਿੱਚ ਕਾਲੀ ਫੁੱਲਾ ਸਿੰਘ ਆ ਜਿਹੜੇ ਕਿ ਸ਼ਹਾ ਤੇਗੇ ਹਰੀ ਸਿੰਘ ਨਲਵਾ ਹਾਂਜੀ ਹਰੀ ਸਿੰਘ ਨਲਵਾ ਮਰਨਜੀਤ ਸਿੰਘ ਦਾ ਸਭ ਤੋਂ ਮਹਾਨ ਤੇ ਲੀਡਰ ਜਰਨੈਲ ਸੀ ਕੋੜਸਵਾਰੀ ਤਲਵਾਰਬਾਜੀ ਨਿਸ਼ਾਨੇਬਾਜ਼ੀ ਦੇ ਵਿੱਚ ਨਪੁੰਨ ਸੀ ਤੇ ਉਹ ਇੱਕ ਮਹਾਨ ਜੋਧਾ ਹੁੰਦੇ ਨਾਲ ਨਾਲ ਉਚਕੋਟੇ ਦਾ ਸ਼ਾਸਨਪਰੰਧਕ ਵੀ ਸੀ ਤੇ ਉਸ ਦੀ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਮਰਨਜੀਤ ਸਿੰਘ ਨੇ ਉਹਨੂੰ ਆਪਣੀ ਸੈਨਾ ਵਿੱਚ ਭਰਤੀ ਕੀਤਾ ਤੇ ਛੇਤੀ 29 ਹੰਧਿਆ ਮੰਜ਼ਲਾਂ ਤੱਕ ਸਫ਼ਰ ਤੈਅ ਕੀਤਾ ਉਚਿਆਦਾਂ ਲ ਪਹੁੰਚਿਆ ਤੇ ਹਰੀ ਸਿੰਘ ਨਾਲਵ ਨੇ ਆਪਣੇ ਹੱਥਾਂ ਨਾਲ ਇੱਕ ਸ਼ੇਰ ਨੂੰ ਮਾਰ ਦਿੱਤਾ ਸੀ ਜਿਸ ਕਰਕੇ ਮਹਾਰਾਜੇ ਨੇ ਹਰੀ ਸਿੰਘ ਨਾਲਵ ਨੂੰ ਨਲਵਾ ਦਾ ਖਿਤਾਬ ਦਿੱਤਾ ਸੀ ਤੇ ਐਨਾ ਬਹਾਦਰ ਸੀ ਕਿ ਦੁਸ਼ਮਣ ਵੀ ਉਸਦੇ ਨਾਂ ਤੋਂ ਕੰਬਦੇ ਸੀ ਤੇ ਮਨਜੀਤ ਸਿੰਘ ਨੇ ਬਹੁਤ ਸਾਰੇ ਮੁਹਿੰਮਾਂ ਦੇ ਵਿੱਚ ਹਿੱਸਾ ਪਾਇਆ ਤੇ ਹਰ ਮੁਹਿੰਮ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਹਰੀ ਸਿੰਘ ਨਾਲਵ ਨੇ 320 ਕਿ ਉਸ ਕਸ਼ਮੀਰ 1834 ਤੋਂ 37 ਦੇ ਵਿੱਚ ਪਿਸ਼ਾਵਰ ਦਾ ਨਾਜ਼ਿਮ ਗਵਰਨਰ ਰਹੇ ਤੀਸੇ ਹੋਦੇ ਤੇ ਕੰਮ ਕਰਦੇ ਹਰੀ ਸਿੰਘ ਨਾਲਵਾਂ ਨੇ ਇਨਾ ਪ੍ਰਾਂਤ ਵਿੱਚ ਨਾ ਸਿਰਫ ਸ਼ਾਂਤੀ ਸਥਾਪਿਤ ਕੀਤੀ ਸਗੋਂ ਨੇਕਾ ਮਹੱਤਵਪੂਰਨ ਸੁਧਾਰ ਵੀ ਕੀਤੇ ਤੇ 30 ਅਪ੍ਰੈਲ 1837 ਨੂੰ ਜੰਗ ਵਿਰੋਧ ਵਿਕੇ ਅਫਗਾਨਾਂ ਦਾ ਮੁਕਾਬਲਾ ਕਰਦਾ ਹੋਇਆ ਜਿਹੜੇ ਕਿ ਸ਼ਹੀਦੀ ਪ੍ਰਾਪਤ ਕਰਦਾ ਹਰੀ ਸਿੰਘ ਨਾਲਵਾਂ ਤੇ ਉਸ ਦੀ ਮੌਤ ਨਾਲ ਮਰਨਜੀਤ ਸਿੰਘ ਨੂੰ ਭਾਰੀ ਸਦਮਾ ਪਹੁੰਚਿਆ ਤੇ ਕਈ ਦਿਨਾਂ ਤੱਕ ਰੋਂਦੇ ਰਹੇ ਆਪਾਂ ਕਹਿ ਸਕਦੇ ਕਿ ਮਰਨਜੀਤ ਸਿੰਘ ਦੇ ਰਾਜ ਨੂੰ ਮਜ਼ਬੂਤ ਕਰਨ ਦੇ ਵਿੱਚ ਹਰੀ ਸਿੰਘ ਨਾਲਵਾਂ ਦੇ ਜਿਹੜੇ ਕਿ ਬਹੁਤ ਵੱਡਾ ਯੋਗਦਾਨ ਸੀ ਤੇ ਅੱਗੇ ਕੁਐਸਚਨ ਆਏਗਾ ਉੱਤਰ ਪੱਛਮੀ ਸੀਮਾ ਨੀਤੀ ਦੇ ਪੰਜ ਵਿਸ਼ੇਸ਼ਤਾਵਾਂ ਬਹੁਤ ਮੋਸਟ ਇੰਪੋਰਟੈਂਟ ਕੁਐਸਚਨ ਹੈ ਹਾਂਜੀ ਮਹਾਰਾਜਾ ਰਣਜੀਤ ਸਿੰਘ ਨੇ ਅਟਕ ਮਲਤਾਨ ਕਸ਼ਮੀਰ ਡੇਰਾ ਗਾਜੀ ਖਾਨ ਡੇਰਾ ਸਮਾਈਲ ਖਾਨ ਪਿਸ਼ਾਵਰ ਆਦਿ ਉੱਤਰ ਪੱਛਮੀ ਪ੍ਰਦੇਸ਼ਾਂ ਨੂੰ ਜਿੱਤ ਕੇ ਆਪਣੇ ਸਾਮੇ ਦੇ ਵਿੱਚ ਸ਼ਾਮਿਲ ਕਰ ਲਿਆ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸਿਆਣਪ ਤੋਂ ਕੰਮ ਲੰਦਿਆ ਕਦੇ ਵੀ ਅਫਗਾਨਿਸਤਾਨ ਤੇ ਕਬਜ਼ਾ ਕਰਨ ਦਾ ਯਤਨ ਨਾ ਕੀਤਾ ਤਾਂ ਉਸ ਨੂੰ ਪਹਿਲਾਂ ਹੀ ਉੱਤਰ ਪੱਛਮੀ ਸੀਮਾ ਪ੍ਰਦੇਸ਼ਾਂ ਵਿੱਚ ਕਾਫੀ ਜ਼ਿਆਦਾ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਆ ਸੀ ਇਸ ਲਈ ਮਫਗਾਨਿਸਤਾਨ ਤੇ ਕਬਜ਼ਾ ਕਰਕੇ ਮਹਾਰਾਣ ਜੀ ਸਿੰਘ ਕੋਈ ਨਮੀ ਸਿਰਦਰਦੀ ਮੁੱਲ ਨਹੀਂ ਲੈਣਾ ਚਾਹੁੰਦਾ ਸੀ ਤਾਂ ਮਹਾਰਾਣ ਜੀ ਸਿੰਘ ਨੇ ਉੱਤਰ ਪੱਛਮੀ ਸੀਮਾ ਨੂੰ ਸੁਰੱਖਿਅਤ ਬਣਾਉਣ ਦੇ ਲਈ ਕੀ ਕਦਮ ਚੁੱਕੇ ਉਹਨਾਂ ਨੇ ਕਿ ਨਵੇਂ ਕਿਲਿਆਂ ਦੀ ਸਾਰੀ ਕਰਵਾਈ ਪੁਰਾਣੇ ਕਿਲਿਆਂ ਨੂੰ ਮਜ਼ਬੂਤ ਬਣਵਾਇਆ ਇਨ੍ਹਾਂ ਕਿਲਿਆਂ ਦੇ ਵਿੱਚ ਨਵੀ ਸਿਖਿਅਤ ਟ੍ਰੇਨਡ ਸੈਨਾ ਰੱਖੀ ਵਿਦਰੋਹੀਆਂ ਨੂੰ ਕੁਚਲਣ ਲਈ ਚਲਦੇ ਫਿਰਦੇ ਦਸਤੇ ਕਾਇਮ ਕੀਤੇ ਮਹਾਰਾਣ ਜੀ ਸਿੰਘ ਨੇ ਪ੍ਰਦੇਸ਼ਾਂ ਦਾ ਸ਼ਾਸਨ ਬੰਦ ਬੜੀ ਸੋਝ ਬੁੱਧੇ ਨਾਲ ਕੀਤਾ ਤੇ ਉਹਨਾਂ ਨੇ ਇਨ੍ਹਾਂ ਪ੍ਰਦੇ ਤੇ ਕਬਾਈਲੀ ਲੋਕਾਂ ਦੇ ਮਾਮਲੇ ਵਿੱਚ ਕੋਈ ਤਖਲਾਂ ਦਰਜੇ ਨਾ ਕੀਤੀ ਸ਼ਾਸਨ ਬਣਾਉਂਦੀ ਦੇਖਭਾਲੀ ਵੀ ਕੀਤੀ ਸੈਨਿਕਾ ਨੂੰ ਗਵਰਨਰ ਸੈਨਿਕ ਨੂੰ ਗਵਰਨਰ ਨੂੰ ਨਿਯੁਕਤ ਕੀਤਾ ਗਿਆ ਮਰਨਜੀਤ ਸਿੰਘ ਦਾ ਪ੍ਰਾਂਤਕ ਪ੍ਰਬੰਧ ਕਿਵੇਂ ਦਾ ਸੀ ਹਾਂਜੀ ਮਰਨਜੀਤ ਸਿੰਘ ਨੇ ਸ਼ਾਸਨ ਬਣਾਵਸਥਾ ਨੂੰ ਕੁਸ਼ਲ ਬਣਾਉਣ ਦੇ ਲਈ ਆਪਣੇ ਰਾਜ ਨੂੰ ਚਾਰ ਪ੍ਰਾਂਤਾਂ ਚਾਰ ਸੂਬਿਆਂ ਵਿੱਚ ਵੰਡਿਆ ਹੋਇਆ ਸੀ ਮਰਨਜੀਤ ਸਿੰਘ ਨੇ ਸੂਬਾ ਲਾਹੌਰ ਸੂਬਾ ਕਸ਼ਮੀਰ ਸੂਬਾ ਮਲਤਾਨ ਸੂਬਾ ਪਸ਼ਾਵਰ ਤੇ ਸੂਬੇ ਦਾ ਪ੍ਰਾਂਤ ਮੁਖੀ ਕਹਾਉਂਦਾ ਸੀ ਨਾਜ਼ਿਮ ਸੂਬੇ ਦਬੂਕੇ ਕੌਣ-ਕੌਣ ਅਸੀ ਨਾਜ਼ਿਮ ਤੇ ਉਹਦੀ ਨੁਕਤੀ ਮਹਾਰਾਜਾ ਰਣਜੀਤ ਸਿੰਘ ਆਪ ਕਰਦਾ ਸੀ ਤੇ ਉਹ ਪ੍ਰਾਂਤ ਦੇ ਵਿੱਚ ਮਹਾਰਾਜੇ ਦਾ ਪ੍ਰਤੀਨਿਧ ਹੁੰਦਾ ਸੀ ਤੇ ਉਹ ਬੜੇ ਉੱਚਾ ਬੜਾ ਮਹੱਤਵਪੂਰਨ ਅਹੁਦਾ ਹੁੰਦਾ ਸੀ ਉਹਦਾ ਤੇ ਇਸ ਲਈ ਵਿਸ਼ਵਾਸਯੋਗ ਸਮਝਦਾਰ ਇਮਾਨਦਾਰ ਤੇ అనుభవਕਤੀ ਨੂੰ ਹੀ ਨੁਕਤ ਕੀਤਾ ਜਾਂਦਾ ਸੀ ਤੇ ਜਦੋਂ ਕਿਸੇ ਨੌਜਵਾਨ ਇਸ ਅਹੁਦੇ ਤੇ ਨੁਕਤ ਕੀਤਾ ਜਾਂਦਾ ਸੀ ਉਸ ਦੀ ਸਹਾਇਤਾ ਲਈ ਨੇਕਾਂ ਨੂੰ ਭਵੀ ਕਰਮਚਾਰੀ ਵੀ ਹੁੰਦੇ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਨਾਜ਼ਿਮ ਨੂੰ ਨੇਕਾਂ ਦਾ ਕੰਮ ਕਰਨੇ ਪੈਂਦੇ ਸੀ ਜਿਵੇਂ ਕਿ ਉਹਦਾ ਕੰਮ ਆਪਣੇ ਪ੍ਰਾਂਤ ਦੇ ਵਿੱਚ ਸ਼ਾਂਤੀ ਵਸਥਾ ਬਣਾ ਕੇ ਰੱਖਣਾ ਹੋਰ ਨਾਲ ਪ੍ਰਾਂਤਾਂ ਦੇ ਕਰਮਚਾਰੀਆਂ ਤੇ ਕਾਰਜਾਂ ਦੀ ਦੇਖਭ ਪ੍ਰਾਂਤ ਦੇ ਹੋਰ ਨਾ ਕਰਮਚਾਰੀਆਂ ਦੇ ਜਿਹੜੇ ਪ੍ਰਾਂਤ ਦੇ ਵਿੱਚ ਮਤਲਬ ਕਿ ਹੋਰ ਕਰਮਚਾਰੀਆਂ ਨੂੰ ਉਹਨਾਂ ਦੇਖਭਾਲ ਕਰਨਾ ਕੰਮ ਦੇ ਕੰਮ ਦੀ ਦੇਖਭਾਲ ਕਰਨਾ ਤੇ ਪ੍ਰਾਂਤ ਦੇ ਵਿੱਚ ਮਹਾਰਾਜ ਜੀ ਸਿੰਘ ਨੇ ਦੇਸ਼ਾਂ ਨੂੰ ਲਾਗੂ ਕਰਵਾਉਣਾ ਫੌਲਦਾਰੀ ਤੇ ਦਿਵਾਨੀ ਮੁਕਾਦਮਿਆਂ ਦਾ ਫੈਸਲਾ ਕਰਨਾ ਕਾਰਦਾਰਾਂ ਦੇ ਫੈਸਲਾਪਰਧ ਬੇਨਤੀਆਂ ਸੁਨਾ ਤੇ ਭੂਮੀ ਲਗਾਣ ਇਕੱਠਾ ਕਰਨ ਦੇ ਵਿੱਚ ਕਰਮਚਾਰੀ ਦੀ ਮਦਦ ਕਰਨਾ ਤੇ ਉਸ ਦੇ ਦਿਨ ਕੁਝ ਸੈਨਾ ਹੁੰਦੀ ਸੀ ਕਈ ਛੋਟੇ-ਮੋਟੇ ਅਨਿ ਪ ਅਭਿਆਨਾਂ ਭਾਗ ਕੀ ਹਮਲੇ ਦੇ ਵਿੱਚ ਅਗਵਾਈ ਵੀ ਕਰਦਾ ਸੀ ਤੇ ਨਿਸ਼ਚਿਤ ਲਗਾਉਣ ਸਮੇਂ ਕੇਂਦਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾਉਂਦਾ ਸੀ ਟੈਕਸ ਤੇ ਜਰੂਰਤ ਪੈਣ ਤੇ ਕੇਂਦਰ ਸਰਕਾਰ ਨੂੰ ਫੌਜੀ ਭੇਜਦਾ ਸੀ ਤੇ ਆਮ ਤੌਰ ਤੇ ਪ੍ਰਾਂਦਾ ਚੱਕਰ ਲਗਾ ਕੇ ਮਹਾਰਾਜ ਸਿੰਘ ਨੇ ਪਤਾ ਲਗਾਉਂਦਾ ਸੀ ਕਿ ਪਰਜਾ ਖੁਸ਼ ਹੈ ਜਾਂ ਨਹੀਂ ਤੇ ਇਸ ਪ੍ਰਕਾਰ ਆਪਾਂ ਕਹਿ ਸਕਦੇ ਹਾਂ 나ਜ਼ਿਮ ਦੇ ਕੋਲ ਅਸੀਮ ਸ਼ਕਤੀਆਂ ਸੀ ਤੇ ਬਟੂ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਦੇ ਸਕਦਾ ਸੀ ਤੇ ਇਹ ਸਾਰਾ ਫੈਸਲਾ ਹੁੰਦਾ ਸੀ ਮਹਾਰਾਜ ਸਿੰਘ ਦੀ ਖੁਦ ਦਾ ਠੀਕ ਹੈ ਤੇ ਨੈਕਸਟ ਹੈਗਾ ਸਥਾਨਕ ਸ਼ਾਸਨ ਪ੍ਰਬੰਧ ਸਥਾਨਕ ਦੇ ਵਿੱਚ ਜੇ ਸਥਾਨਕ ਪ੍ਰਸ਼ਾਸਨ ਪਹਿਲਾਂ ਪ੍ਰਗਨਿਆਂ ਦਾ ਪਿੰਡਾਂ ਦਾ ਪ੍ਰਗਨਿਆਂ ਦਾ ਪ੍ਰਬੰਧ ਹਰੇਕ ਪ੍ਰਾਂਤ ਨੂੰ ਅੱਗੇ ਪ੍ਰਗਨਿਆਂ ਵਿੱਚ ਵੰਡਿਆ ਗਿਆ ਪ੍ਰਗਨੇ ਦਾ ਅਧਿਕਾਰੀ ਹੁੰਦਾ ਸੀ ਕਾਰਦਾਰ ਤੇ ਕਾਰਦਾਰ ਦਾ ਲੋਕਾਂ ਨਾਲ ਸਿੱਧਾ ਸਬੰਧ ਹੁੰਦਾ ਸੀ ਉਹ ਬਹੁਤ ਸਾਰੇ ਫਰਜ਼ ਨਿਭਾਉਂਦਾ ਸੀ ਕਾਰਦਾਰ ਦੇ ਕੰਮ ਸੀ ਪ੍ਰਗਨੇ ਵਿੱਚ ਸ਼ਾਂਤੀ ਦਾ ਕੰਮ ਸਾਰਿਆਂ ਦਾ ਸੇਮ ਹੋਣਗੇ ਬਸ ਤੁਸੀਂ ਇੰਨਾ ਗਿਜਾਰ ਰੱਖਣਾ ਕਿ ਸੂਬੇ ਦਾ ਪ੍ਰਬੰਧ ਕਿਹਦੇ ਹੱਥਾਂ ਦੇ ਵਿੱਚ ਹੁੰਦਾ ਸੀ ਨਾਜ਼ਿਮ ਦੇ ਤੇ ਪ੍ਰਗਨੇ ਦਾ ਕਾਰਦਾਰ ਦੇ ਹੱਥਾਂ ਦੇ ਵਿੱਚ ਤੇ ਕਾਰਦਾਰ ਦੀ ਹੈਲਪ ਲਈ ਕੌਣ ਹੁੰਦੇ ਸੀ ਕਾਨੂੰਨਗੋ ਅਤੇ ਮੁਕਦਮ ਤੇ ਪਿੰਡਾਂ ਦਾ ਪ੍ਰਬੰਧ ਪੰਚਾਇਤ ਚਲਾਉਂਦੀ ਸੀ ਸਭ ਤੋਂ ਤੇ ਇਹਨਾਂ ਨੂੰ ਮੋਜਾਂ ਵੀ ਕਹਿੰਦੇ ਸੀ ਠੀਕ ਹੈ ਤੇ ਪਟਵਾਰੀ ਹੁੰਦਾ ਸੀ ਜਮੀਨ ਦਾ ਰਿਕਾਰਡ ਰੱਖਣ ਲਈ ਚੌਧਰੇ ਟੈਕਸ ਇਕੱਠਾ ਕਰਨ ਲਈ ਮੁਕਦਮ ਸਰਕਾਰ ਤੇ ਲੋਕਾਂ ਦੇ ਵਿਚਾਲੇ ਇੱਕ ਕੜੀ ਦਾ ਕੰਮ ਕਰਦਾ ਸੀ ਤੇ ਲਾਹੌਰ ਸ਼ਹਿਰ ਦਾ ਪ੍ਰਬੰਧ ਮਰਨਜੀਤ ਸਿੰਘ ਦੇ ਸਮੇਂ ਬਾਕੀ ਸ਼ਹਿਰਾਂ ਨਾਲੋਂ ਵੱਖਰਾ ਸੀ ਲਾਹੌਰ ਸ਼ਹਿਰ ਦਾ ਪ੍ਰਬੰਧ ਕੋਤਵਾਲ ਦੇ ਹੇਠ ਹੁੰਦਾ ਸੀ ਕੋਤਵਾਲ ਦੇ ਤਾਂ ਮਰਨਜੀਤ ਸਿੰਘ ਦੇ ਸਮੇਂ ਇਸ ਅਹੁਦੇ ਤੇ ਨਿਯੁਕਤ ਕੀਤਾ ਹੋਇਆ ਸੀ ਇਮਾਮ ਬਖਸ਼ ਇਹ ਅਲੱਗ ਤੋਂ ਕੁਐਸਚਨ ਵੀ ਇੰਪੋਰਟੈਂਟ ਹੈ ਲਾਹੌਰ ਸ਼ਹਿਰ ਦਾ ਪ੍ਰਬੰਧ ਦੇ ਕੋਤਵਾਲ ਦੇ ਕੰਮ ਹੁੰਦੇ ਸੀ ਮਹਾਰਾਜ ਦੇ ਆਦੇਸ਼ਾਂ ਨੂੰ ਲਾਗੂ ਕਰਨਾ ਕੰਮ ਹੋਈ ਹੋਣਗੇ ਸ਼ਹਿਰ ਦੇ ਵਿੱਚ ਸ਼ਾਂਤੀ ਵਸਥਾ ਕਰਨਾ ਮਹੌਲੇਦਾਰ ਦੇ ਕੰਮਾਂ ਦੀ ਦੇਖਭਾਲ ਕਰਨਾ ਵਪਾਰ ਦੇ ਜੋਗਾਂ ਦੀ ਨਿਗਰਾਨੀ ਕਰਨਾ ਕੰਮ ਸਾਰੇ ਹੋਈ ਹੋ ਜਾਣਗੇ ਤੇ ਅੱਗੇ ਕਾਰਦਾਰ ਤੇ ਫਿਰ ਦੁਬਾਰਾ ਲੱਗ ਤੋ ਕੁਐਸਚਨ ਪੁੱਛ ਲਿਆ ਤੇ ਲਾਹੌਰ ਸ਼ਹਿਰ ਦਾ ਦੇਖੋ ਲੱਗ ਤੋ ਅਗੇ ਮੈਂ ਤੁਹਾਨੂੰ ਦੱਸੇ ਦਿੱਤੀ ਸੀ ਕਿ ਲੱਗ ਤੋ ਵੀ ਕੁਐਸਚਨ ਇੰਪੋਰਟੈਂਟ ਹੈ ਇਹ ਮਹਾਰਾਜ ਸਿੰਘ ਨੇ ਲਗਾਣ ਦੀਆਂ ਵਿਸ਼ੇਸ਼ਤਾਵਾਂ ਕਿਹੜੇ-ਕਿਹੜੇ ਸੀ ਬਟਾਈ ਪ੍ਰਣਾਲੀ ਫਸਲ ਕੱਟਣ ਤੋਂ ਬਾਅਦ ਟੈਕਸ ਅੰਦਰ ਹਜ਼ਾਰ ਤੇ ਹੁੰਦਾ ਸੀ ਕਣਕ ਉਹ ਫਸਲ ਨੂੰ ਖੜੀ ਫਸਲ ਨੂੰ ਦੇ ਤੇ ਜਿਹੜੇ 6 ਸਾਲ ਦੇ ਸਮੇਂ ਦੀ ਬੋਲੀ ਹੁੰਦੀ ਸੀ ਬਿੱਗਾ ਪਰਨ ਵਾਲੀ ਸੀ ਤੇ ਹਲ ਪਰਨ ਵਾਲੀ ਸੀ ਖੋ ਪਰਨ ਵਾਲੀ ਤੇ ਨਿਆ ਪ੍ਰਬੰਧ ਕਿਵੇਂ ਦਾ ਸੀ ਹਾਂਜੀ ਮਹਾਰਾਜ ਜੀ ਸਿੰਘ ਇਹਨਾਂ ਨੇ ਨਿਆ ਪ੍ਰਬੰਧ ਸੁਧਾਰਨ ਸੀ ਕਾਨੂੰਨ ਲਿਖਤੀ ਨਹੀਂ ਸਨ ਤੇ ਇੱਕ ਨਿਆਉ ਸਮੇ ਦੇ ਰੀਤੀ ਰਿਵਾਜਾਂ ਦੇ ਧਾਰਮਿਕ ਗ੍ਰੰਥਾਂ ਦੇ ਅਨੁਸਾਰ ਦਿੱਤਾ ਜਾਂਦਾ ਸੀ ਤੇ ਨਿਆ ਸੰਬੰਧੀ ਆਖਰੀ ਫੈਸਲਾ ਮਹਾਰਾਜ ਦਾ ਹੁੰਦਾ ਸੀ ਲੋਕਾਂ ਨੂੰ ਨਿਆ ਦੇਣ ਲਈ ਮਹਾਰਾਜ ਜੀ ਸਿੰਘ ਨੇ ਰਾਜਪੜ ਦੇ ਵਿੱਚ ਕਈ ਅਦਾਲਤਾਂ ਕਾਇਮ ਕੀਤੀਆਂ ਹੁੰਦੀਆਂ ਸੀ ਤੇ ਤੇ ਮਹਾਰਾਜ ਤੋਂ ਬਾਅਦ ਜਿਹੜੀ ਰਾਜ ਦੀ ਸਭ ਤੋਂ ਵੱਡੀ ਅਦਾਲਤ ਹੁੰਦੀ ਸੀ ਅਦਾਲਤ ਇਹ ਆਲਾ ਤੇ ਨਾਜ਼ਿਮ ਤੇ ਕਾਰਦਾਰਦਾਰ ਦੀਆਂ ਅਦਾਲਤਾਂ ਨੂੰ ਬਰਧੋ ਪੀਲਾ ਹੁੰਦੀ ਸੀ ਪ੍ਰਾਂਤਾਂ ਵਿੱਚ ਨਾਜ਼ਿਮ ਤੇ ਪਰਗਨਿਆਂ ਦੇ ਵਿੱਚ ਪ੍ਰਾਂਤਾਂ ਵਿੱਚ ਨਾਜ਼ਿਮ ਦੀ ਅਦਾਲਤ ਹੁੰਦੀ ਸੀ ਪਰਗਨਿਆਂ ਵਿੱਚ ਕਾਰਦਾਰ ਦੀ ਅਦਾਲਤ ਹੁੰਦੀ ਸੀ ਤੇ ਸਭ ਤੋਂ ਵੱਡੀ ਅਦਾਲਤ ਮਹਾਰਾਜ ਜੀ ਸਿੰਘ ਦੀ ਅਦਾਲਤ ਸੀ ਉਸ ਤੋਂ ਨੀਚੇ ਸੀ ਅਦਾਲਤੇ ਆਲਾ ਤੇ ਨਾਜ਼ਿਮਾਂ ਦੀ ਆਪਣੀ ਅਦਾਲਤ ਹੁੰਦੀ ਸੀ ਪ੍ਰਾਂਤਾਂ ਵਿੱਚ ਕਾਰਦਾਰਾਂ ਦੀ ਹੁੰਦੀ ਸੀ ਜਿਹੜੇ ਕਿ ਪਰਗਨਿਆਂ ਦੇ ਵਿੱਚ ਤੇ ਦਿਵਾਨੀ ਤੇ ਫੌਜਦਾਰੀ ਮਕਦਮੇ ਉਹ ਸੁਣਦੇ ਸੀ ਤੇ ਨੇ ਆਲੀ ਮਹਾਰਾਜ ਜੀ ਸਿੰਘ ਨੇ ਖਾਸ ਅਫਸਰ ਵੀ ਨਿਯੁਕਤ ਕੀਤੇ ਹੁੰਦੇ ਸੀ ਜਿਨ੍ਹਾਂ ਨੂੰ ਅਦਾਲਤੀ ਕਿਹਾ ਜਾਂਦਾ ਸੀ ਕੀ ਗਣੇ ਸੀ ਅਦਾਲਤਾਂ ਤੇ ਬਹੁਤ ਸਾਰੇ ਸ਼ਹਿਰਾਂ ਤੇ ਕਸਵਾਂਵਾਂ ਵਿੱਚ ਕਾਜ਼ੀ ਦੀਆਂ ਅਦਾਲਤਾਂ ਵੀ ਕਾਇਮ ਸੀ ਜਿੱਥੇ ਨਿਆਲੀ ਮੁਸਲਮਾਨ ਤੇ ਹੋਰ ਗੈਰ ਮੁਸਲਮਾਨ ਲੋਕ ਆ ਕੇ ਜਾ ਸਕਦੇ ਸੀ ਪਿੰਡਾਂ ਵਿੱਚ ਪੰਚਾਇਤਾਂ ਦਾ ਝਗੜਾ ਦਾ ਫੈਸਲਾ ਸਥਾਨਕ ਰੀਤੀ ਰਿਵਾਜ ਅਨੁਸਾਰ ਹੁੰਦਾ ਸੀ ਤੇ ਰਣਜੀਤ ਸਿੰਘ ਦੇ ਸਮੇਂ ਸਜ਼ਾਾਂ ਵਿੱਚ ਸ਼ਕਤ ਨਹੀਂ ਸੀ ਮੌਤ ਦੀ ਸਜ਼ਾ ਤਾਂ ਕਿਸੇ ਨੂੰ ਨਹੀਂ ਦਿੱਤੀ ਜਾਂਦੀ ਸੀ ਤੇ ਜ਼ਿਆਦਾਤਰ ਅਪਰਾਧੀਆਂ ਤੋਂ ਜੁਰਮਾਨਾ ਵਸੂਲ ਕੀਤਾ ਜਾਂਦਾ ਸੀ ਤੇ ਬਾਰ-ਬਾਰ ਅਪਰਾਧ ਕਰਨ ਵਾਲਿਆਂ ਦੇ ਹੱਥ ਪੈਰ ਨੱਕ ਕੱਟ ਦਿੱਤੇ ਜਾਂਦੇ ਸੀ ਮਰਨਜੀਤ ਸਿੰਘ ਦਾ ਨਿਆਂਪਰਵੰਦੂ ਸਮੇਂ ਦੇ ਨੂੰ ਕੋਲ ਸੀ ਤੇ ਜ਼ਗੀਰਾਂ ਇੱਕ ਵਾਰ ਜ਼ਰੂਰ ਰੀਡ ਕਰ ਲੈਣਾ ਸ਼ਾਰਟ ਲਈ ਇੰਪੋਰਟੈਂਟ ਹੋ ਜਾਂਦੇ ਨੇ ਸੇਵਾ ਜ਼ਗੀਰਾਂ ਕਿਹੜੀਆਂ ਸੀ ਇਨਾਮ ਜ਼ਗੀਰਾਂ ਗੁਜਾਰਾ ਜ਼ਗੀਰਾਂ ਵਤਨ ਜ਼ਗੀਰਾਂ ਧਰਮਾਰਥ ਜ਼ਗੀਰਾਂ ਹਾਂਜੀ ਮਹਾਰਾਜਾ ਜੀ ਸਿੰਘ ਦੀ ਫੌਜੇ ਕਵਾਈਦ ਸਨਾਂ ਫੌਜੇ ਕਵਾਈਦ ਨਿਯਮਤ ਤੇ ਅਨਿਯਮਤ ਦੋ ਤਰੀਕੇ ਦੇ ਸਨਾਂ ਸੀ ਕਵਾਈਤੇ ਵੇਕਵਾਈ ਇੱਥੇ ਕਹਿੰਦੇ ਵਿੱਚੋਂ ਵੇਕਵਾਈ ਦੇ ਵਿੱਚੋਂ ਘੋੜ ਚੜੇ ਫੌਜੇ ਕਿਲਾ ਜਾਤਾ ਅਕਾਲੀ ਤੇ ਜ਼ਗੀਰਦਾਰੀ ਫੌਜ ਸੀ ਘੋੜ ਚੜੇ ਦੋ ਭਾਗਾਂ ਵਿੱਚ ਵੰਡੇ ਸੀ ਘੋੜ ਚੜੇ ਖਾਸ ਤੇ ਮਿਸਲਦਾਰ ਤੇ ਫੌਜੀ ਕਿਲਾ ਜਾਤ ਜਿਹੜੀ ਕਿਲੇ ਦੇ ਵਿੱਚ ਹੁੰਦੀ ਸੀ ਅਕਾਲੀ ਗੁਰੂ ਗੋਬਿੰਦ ਸਿੰਘ ਜੀ ਦੀ ਅਕਾਲੀ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਫੌਜਾਂ ਦੇ ਸੀ ਤੇ ਹਮੇਸ਼ਾ ਭਿਆਨਕ ਮਹੌਇਮਾ ਦੇ ਵਿੱਚ ਭੇਜਿਆ ਜਾਂਦਾ ਸੀ ਇਹਨਾਂ ਨੂੰ ਤੇ ਇਹਨਾਂ ਦੇ ਵਿੱਚੋਂ ਸੀ ਅਕਾਲੀ ਫੋਲਾ ਸਿੰਘ ਤੇ ਸਾਧੂ ਸਿੰਘ ਪ੍ਰਸਿੱਧ ਸੀ 3000 ਦੇ ਕਰੀਬ ਸੀ ਸਾਨਾ ਜ਼ਗੀਰਦਾਰ ਮਰਨਜੀਤ ਸਿੰਘ ਦੇ ਸੈਨਿਕ ਦੇ ਪ੍ਰਬੰਧ ਨੂੰ ਫੌਜੀ ਪ੍ਰਬੰਧ ਵੀ ਕਹਿੰਦੇ ਨੇ ਫੌਜੀ ਪ੍ਰਬੰਧ ਫੌਜਾਂ ਦੀ ਕੁੱਲ ਗਿਣਤੀ ਰਚਨਾ ਠੀਕ ਹੈ ਵੀ ਕਿਹੜੇ-ਕਿਹੜੇ ਸ਼ਾਮਲ ਹੋ ਸਕਦੇ ਸੀ ਜੋ ਮਰਜ਼ੀ ਜਿਹੜੇ ਮਰਜ਼ੀ ਧਰਮ ਨਾਲ ਬਿਲੋਂਗ ਕਰਦੇ ਸੀ ਸ਼ਾਮਲ ਹੋ ਸਕਦੇ ਸੀ ਭਰਤੀ ਮਰਨਜੀਤ ਸਿੰਘ ਦੀ ਮਰਜ਼ੀ ਦੇ ਜਿਹੜੇ ਕੀ ਕਰਦੇ ਸੀ ਫੌਜੀ ਦੇ ਨੂੰ ਕੇਵਲ ਸਿਹਤਮੰਦ ਵਿਅਕਤੀ ਨੂੰ ਹੀ ਫੌਜ ਦੇ ਵਿੱਚ ਭਰਤੀ ਕੀਤਾ ਜਾਂਦਾ ਸੀ ਤਨਖਾਹ ਪਹਿਲਾਂ ਤਾਂ ਸੈਨਿਕਾਂ ਨੂੰ ਜਾਂ ਜ਼ਗੀਰਾਂ ਦੇ ਰੂਪ ਵਿੱਚ ਜਿੰਸ ਦੇ ਰੂਪ ਵਿੱਚ ਤਨਖਾਹ ਦਿੱਤੀ ਜਾਂਦੀ ਸੀ ਬਾਅਦ ਬਾਅਦ ਦੇ ਵਿੱਚ ਨਕਦ ਤਨਖਾਹ ਜਿਹੜੇ ਕੀ ਰਵਾਜ ਸ਼ੁਰੂ ਹੋ ਗਿਆ ਸੀ ਪਦਉੰਤੀਆ ਉਹਨਾਂ ਨੂੰ ਪ੍ਰੋਮੋਸ਼ਨ ਵੀ ਦਿੱਤੀ ਜਾਂਦੀ ਸੀ ਕਾਬਲੀਅਤ ਦੇ ਆਧਾਰ ਤੇ ਜਾਂ ਕੋਈ ਜਿਹੜੇ ਕੀ ਖਾਸ ਜੇ ਕੋਈ ਕਾਰਜ ਕਰਦਾ ਸੀ ਤੇ ਅਨੁਸ਼ਾਸਨ ਦੇ ਵਿੱਚ ਰੱਖਿਆ ਜਾਂਦਾ ਸੀ ਮਰਨਜੀਤ ਸਿੰਘ ਦਾ ਪਰਚਾ ਪ੍ਰਤੀਬੀਤੀ ਰ ਬਹੁਤ ਚੰਗਾ ਸੀ ਇਸੇ ਕਰਕੇ ਉਹਨਾਂ ਨੂੰ 파ਰਸ ਕਹਿੰਦੇ ਸੀ ਇਹ ਕੁਸ਼ਨ ਐਵੇਂ ਵੀ ਆ ਜਾਂਦਾ 파ਰਸ ਕਿਉਂ ਕਹਾ ਜਾਂਦਾ ਸੀ ਕਿਉਂਕਿ ਮਰਨਜੀਤ ਸਿੰਘ ਹਰ ਇੱਕ ਦੀ ਜਿਹੜੀ ਕਿ ਮਦਦ ਕਰਦੇ ਸੀ ਕਿਸਾਨਾਂ ਦੀ ਗਰੀਬਾਂ ਦੀ ਮਰਨਜੀਤ ਸਿੰਘ ਇੱਕ ਦਿਆਲੂ ਸ਼ਾਸਕ ਸੀ ਕਿ ਹਰ ਇੱਕ ਦੀ ਮਦਦ ਕਰਦੇ ਸੀ ਇਹਨੂੰ ਜਸਟ ਇੱਕ ਵਾਰ ਰੀਡ ਕਰ ਲੈਣਾ ਤੇ ਆਪਣੇ ਆਪ ਨੂੰ ਕੀ ਕਹਾਉਂਦੇ ਸੀ ਸਿੱਖ ਪੰਥ ਦਾ ਕੁੱਕਰ ਤੇ ਸਰਕਾਰ ਨੂੰ ਸਰਕਾਰੇ ਖਾਲਸਾ ਦਰਵਾਜ਼ੇ ਦਰਬਾਰੇ ਖਾਲਸਾ ਤੇ ਸਿੱਖ ਧਰਮ ਦੇ ਸਰਦਾਰ ਦਿਆਲੂ ਸੀ ਇਹ ਆ ਜਾਣਗੇ ਮਰਨਜੀਤ ਸਿੰਘ ਨੇ ਇਹੜੀ ਕਿ ਸਿੱਕੇ ਚਲਾਏ ਸੀ ਸਿੰਗ ਸਾਈਵ ਉਹਨਾਂ ਦਾ ਸਿੱਕਾ ਨਾਦਰ ਨਾਨਕ ਸਾਈ ਤੇ ਗੋਬਿੰਦ ਸਾਈ ਸੀ ਤੇ ਸ਼ਾਹੀ ਮੋਹਰ ਉਹ ਤੇ ਅਕਾਲ ਸਾਈ ਦੇ ਸ਼ਬਦ ਸੀ ਸਿੱਖ ਧਰਮ ਦਾ ਸਰਦਾਰ ਹਲੂ ਸਮਝਦੇ ਸੀ ਧਰਮ ਨਿਰਪੱਖ ਮਤਲਬ ਕਿ ਕਿਸੇ ਨੂੰ ਕੋਈ ਵੀ ਧਰਮ ਦੇ ਨਾਂ ਤੇ ਕੋਈ ਭੇਦ ਭਾਵ ਨਹੀਂ ਸੀ ਪ੍ਰਸ਼ਾਸਕ ਦੇ ਰੂਪ ਚ ਤੇ ਮਰਨਜੀਤ ਸਿੰਘ ਦੀ ਕਮਾਨ ਜੇਤੂ ਤੇ ਜਰਨਲ ਸੀ ਇਹਨੂੰ ਵੀ ਕਰਵਾ ਜ਼ਰੂਰ ਰੀਡ ਕਰਨਾ ਇੰਪੋਰਟੈਂਟ ਹੈ ਇਹ ਸ਼ੇਰੇ ਪੰਜਾਬ ਕਿਉਂ ਕਿ ਇਹ ਸੇ ਤਾਂ ਮੋਸਟ ਇੰਪੋਰਟੈਂਟ ਹੈ ਜਾ ਇਤਿਹਾਸ ਵਿੱਚ ਤੁਸੀਂ ਕੀ ਥਾਂ ਦੋਗੇ ਮਹਾਰਾਜੇ ਸਿੰਘ ਨਾ ਸਿਰਫ ਇੱਕ ਨਾ ਸਿਰਫ ਭਾਰਤ ਬਲਕਿ ਸੰਸਾਰ ਦੇ ਮਹਾਨ ਸ਼ਾਸਕਾਂ ਵਿੱਚੋਂ ਸੀ ਤੇ ਵੱਖ-ਵੱਖ ਇਤਿਹਾਸਕਾਰ ਮਹਾਰਾਜੇ ਸਿੰਘ ਦੀ ਤੁਲਨਾ ਮਗਲ ਬਾਦਸ਼ਾਹ ਅਕਬਰ ਮਰਾਠਾ ਸ਼ਾਸਕ சிவாਜੀ ਤੇ ਮਿਸਰ ਦੇ ਸ਼ਾਸਕ ਅਲੀ ਮਹਿਮਦ ਅਲੀ ਤੇ ਫ੍ਰਾਂਸ ਦੇ ਸ਼ਾਸਕ ਨਪੋਲੀਅਨ ਦੇ ਨਾਲ ਕਰਦੇ ਨੇ ਇਤਿਹਾਸ ਦੇ ਨਿਰਪੱਖ ਅਧਿਐਨ ਕਰਨ ਤੇ ਆਪਾਂ ਇਹ ਕਹਿ ਸਕਦੇ ਹਾਂ ਮਹਾਰਾਜੇ ਸਿੰਘ ਦੇ ਪ੍ਰਾਪਤ ਇਹਨਾਂ ਸ਼ਾਸਕਾਂ ਤੋਂ ਕਿਤੇ ਵੱਧ ਸੀ ਤਾਂ ਮਹਾਰਾਜੇ ਸਿੰਘ ਨੇ ਜਦੋਂ ਗੱਦੀ ਤੇ ਬੈਠਦੇ ਨੂੰ ਉਸ ਸਮੇਂ ਉਹਨਾਂ ਕੋਲ ਨਾ ਸਿਰਫ ਨਾਂ ਦਾ ਰਾਸ ਸੀ ਪਰ ਬਾਅਦ ਦੇ ਵਿੱਚ ਉਹਨਾਂ ਨੇ ਆਪਣੀ ਯੋਗਤਾ ਤੇ ਕੁਸ਼ਲਤਾ ਦੇ ਨਾਲ ਸਿੱਖ ਰਾਜ ਦੀ ਸਥਾਪਨਾ ਕੀਤੀ ਤੇ ਅਜਾਹ ਕਰਕੇ ਉਹਨਾਂ ਨੇ ਸਿੱਖ ਸਾਮਰਾਜ ਦੇ ਸੁਪਨੇ ਨੂੰ ਸਹਾਰ ਕੀਤਾ ਮਨਜੀਤ ਸਿੰਘ ਦਾ ਸ਼ਾਸਨਪਾਣ ਵੀ ਬਹੁਤ ਉੱਚ ਕੋਟੇ ਦਾ ਸੀ ਉਹਨਾਂ ਸ਼ਾਸਨਪਾਣ ਦਾ ਮੁੱਖ ਕੰਮ ਸੀ ਪਰਜਾ ਦੀ ਭਲਾਈ ਕਰਨਾ ਤੇ ਪਰਜਾ ਦੇ ਦੁੱਖ ਦੂਰ ਕਰਨਾ ਮਨਜੀਤ ਸਿੰਘ ਦੇ ਪ੍ਰਸ਼ਾਸਨ ਦੀ ਮੁੱਖ ਵਿਸ਼ੇਸ਼ਤਾ ਸੀ ਸਰਕਾਰੀ ਨੌਕਰੀਆਂ ਤੇ ਦਰਬਾਰ ਦੇ ਵਿੱਚ ਜਿਹੜੇ ਨੌਕਰੀਆਂ ਸੀ ਇਹੇ ਯੋਗਤਾ ਦੇ ਧਾਰਜਤੂ ਜਾਨੀ ਸੀ ਧਰਮ ਜਾਤ ਪਾਤ ਦਾ ਕੋਈ ਭੇਦਭਾਵ ਨਹੀਂ ਸੀ ਸਾਰੇ ਧਰਮਾਂ ਨੂੰ ਬਰਾਬਰ ਅਧਿਕਾਰ ਸੀ ਸਹਿਨਸ਼ੀਲਤਾ ਨੀਤੀ ਸੀ ਤੇ ਮਰਨਜੀਤ ਸਿੰਘ ਦਾਨੀ ਵੀ ਸੀ ਸਾਮਰਾਜ ਦੇ ਸੁਰੱਖਿਆ ਤੇ ਵਿਸਥਾਰ ਲਈ ਵੀ ਬਹੁਤ ਸ਼ਕਤੀਸ਼ਾਲੀ ਸ਼ਾਨਾ ਨਿਰਮਾਣ ਕੀਤਾ ਅੰਗਰੇਜ਼ਾਂ ਨਾਲ ਮਿੱਤਰਤਾਪੂਰਨ ਸਬੰਧ ਵੀ ਕਾਇਮ ਕੀਤੇ ਸੂਝਬੂਧੇ ਹੀ ਉਹਨਾਂ ਦਾ ਰਾਰਿੰਗ ਸੂਝਬੂਧ ਦਾ ਸਬੂਤ ਸੀ ਇੰਨਾ ਗੁਣਾ ਕਰਕੇ ਮਰਨਜੀਤ ਸਿੰਘ ਨੂੰ ਕੀ ਕਿਹਾ ਜਾਂਦਾ ਸ਼ੇਰ-ਏ-ਪੰਜਾਬ ਕਿਹਾ ਜਾਂਦਾ ਵਿਖੋ ਬਦਨੀ ਦਾ ਆਪਰੇਸ਼ਨ ਕੀ ਸੀ ਇਹਦੇ ਨਾਲ ਬਦਨੀ ਦੇ ਨਾਲ ਜਿਹੜੇ ਕਿ ਮਰਨਜੀਤ ਸਿੰਘ ਦੇ ਸੱਸੇ ਦੇ ਨਾਲ ਸਬੰਧ ਵਿਗੜ ਗਏ ਸੀ ਬਦਨੀ ਦਾ ਆਪਰੇਸ਼ਨ ਇਹਨੇ ਇੱਕ ਵਾਰ ਰੀਡ ਕਰਨਾ ਹੈ ਬਦਨੀ ਦਾ ਆਪਰੇਸ਼ਨ ਤੇ ਮਰਨਜੀਤ ਸਿੰਘ ਦੀ ਜਿਹੜੀ ਫੌਜ ਸੀ ਇੱਕ ਤਾਂ ਆਪਾਂ ਨੇ ਫੌਜੇ ਵੇਖਵਾਈ ਤਾਂ ਕਰ ਲਈ ਅਨਿਮਸ ਹੈ ਨਾ ਨਿਯਮਤ ਸੈਨਾ ਕਿਹੜੀ ਸੀ ਜਿਹਦੇ ਵਿੱਚ ਪੈਦਲ ਸੈਨਿਕ ਪਿਆਦਾ ਸੈਨਿਕ ਘੋੜਸਵਾਰ ਵਿਸ਼ੇਸ਼ ਸੈਨਾਂ ਹੁੰਦੀ ਸੀ ਤੋਪਖਾਨਾ ਤੇ ਜਨਰਲ ਵਦੋਰਾ ਜਿਹੜਾ ਕਿ ਪੈਦਲ ਸੈਨਿਕ ਪਿਆਦਾ ਸੈਨਿਕਾਂ ਨੂੰ ਨਿਗਰਾਨੀ ਦੇ ਵਿੱਚ ਜਿਹੜੇ ਕਿ ਸੁਧਾਰ ਕੀਤੇ ਸੀ ਘੋੜਸਵਾਰ ਸੈਨਿਕ ਚ ਜਨਰਲ ਅਲਾਰਡ ਨੇ ਤੇ ਤੋਖਾਨਾ ਵਿੱਚ ਦਰੋਗਣ ਨਿਗਰਾਨੀ ਹੇਠ ਕੋਟ ਤੇ ਗਾਰਡਨਰ ਸੀ ਯੂਰਪੀਅਨ ਅਫਸਰ ਪਹਿਲੇ ਅਗਲੂ ਸਿੱਖ ਯੁੱਧ ਦੇ ਕਾਰਨ ਇਹਨਾਂ ਨੂੰ ਤੁਸੀਂ ਹੈਡਿੰਗਾਂ 'ਚ ਵੀ ਕਰ ਸਕਦੇ ਹੋ ਠੀਕ ਹੈ ਅਬ ਜਿਵੇਂ ਘੇਰਾ ਪਾਉਣ ਦੀ ਨੀਤੀ ਹੈਡਿੰਗ ਬਣਾ ਕੇ ਘੇਰਾ ਪਾਉਣ ਦੀ ਨੀਤੀ ਸੀ ਰਾਜਨੀਤਿਕ ਅਸਥਿਰਤਾ ਮਨਿੰਦਰ ਸਿੰਘ ਦੇ ਬਾਅਦ ਪੰਜਾਬ ਦੇ ਵਿੱਚ ਰਾਜਨੀਤਿਕ ਅਸਥਿਰਤਾ ਪਾਈ ਗਈ ਸੀ ਤੇ ਇਸ ਤੋਂ ਇਲਾਵਾ ਲਾਲ ਸਿੰਘ ਤੇ ਤੇਜਾ ਸਿੰਘ ਦੀ ਗਦਾਰੀ ਠੀਕ ਹੈ ਕਿਉਂਕਿ ਉਹ ਭੜਕਾਰੇ ਸੀ ਤੇ ਮੇਜਰ ਬਰਾਡਫੋਰਡ ਦੀ ਨਿਯੁਕਤੀ ਅੰਗਰੇਜ਼ਾਂ ਦੀ ਸਮਰਾਜਵਾਦੀ ਨੀਤੀ ਠੀਕ ਹੈ ਪੁਆਇੰਟ ਬਣ ਜਾਣਗੇ ਤੇ ਸੇ ਸਿੰਘ ਦਾ ਖਜ਼ਾਨੇ ਦਾ ਮਾਮਲਾ ਲਾਰਡ ਹਾਰਡਿੰਗ ਨੇ ਕਰਨਲ ਜਨਦੀਪ ਅਹੁਦੇ ਤੇ ਨਿਯੁਕਤੀ ਪਹਿਲੇ ਅਗਲੂਸੀ ਦੇ ਯੁੱਧ ਦੇ ਨਤੀਜੇ ਸਿੱਟੇ ਪ੍ਰਭਾਵਿਕੋ ਗੱਲਾਂ ਨਤੀਜੇ ਸਿੱਟੇ ਪ੍ਰਭਾਵ 9 ਮਾਰਚ 1846 ਨੂੰ ਹੌਰ ਦੀ ਸੰਧੀ ਹੁੰਦੀ ਆ ਜਿਦੇ ਵਿੱਚ ਜਿਹੜੇ ਕਿ ਲਾਹੌਰ ਦੇ ਮਹਾਰਾਜ ਨੇ ਆਪਣੇ ਤੇ ਆਪਣੇ ਉੱਤਰਾਧਿਕਾਰੀਆਂ ਵੱਲੋਂ ਸਤਲੁਜ ਦਰਿਆ ਦੇ ਦੱਖਣ ਦੇ ਵਿੱਚ ਤੇ ਸਾਬਰ ਦੇਸ਼ੇ ਤੋਂ ਹਮੇਸ਼ਾ ਲਈ ਅਧਿਕਾਰ ਛੱਡਣਾ ਸਵੀਕਾਰ ਕਰ ਲਿਆ ਅ ਜੁੱਧ ਦੇ ਹਰਜਾਨੇ ਅੰਗਰੇਜ਼ਾਂ ਨੇ 1.5 ਕਰੋੜ ਰੁਪਏ ਦੀ ਭਾਰੀ ਮੰਗ ਕੀਤੀ ਤੇ ਲਾਹੌਰ ਰਾਜ ਦੇ ਜਿਹੜੇ ਕਿ ਪੈਦਲ ਸਨਾਂਗਾ ਘਟਾ ਕੇ ਕਟਾ ਕੇ 2000 ਤੇ ਘੋੜਸਵਾਰੇ 12000 ਕਰਤੀ ਤੇ ਜਦ ਤੱਕ ਲੋਡ ਪਵੇ ਅੰਗਰੇਜ਼ੀ ਫੌਜ ਬਿਨਾ ਕਿਸੇ ਰਕਾਬੜ ਦੇ ਲਾਹੌਰ ਰਾਜ ਦੇ ਵਿੱਚੋਂ ਲੰਘ ਸਕੇਗੀ ਤੇ ਮਹਾਰਾਜ ਦਲੀਪ ਸਿੰਘ ਨੂੰ ਲਾਹੌਰ ਰਾਜ ਲਾਹੌਰ ਦਾ ਮਹਾਰਾਜਾ ਤੇ ਮਹਾਰਾਣੀ ਜਿੰਦਾਂ ਨੂੰ ਉਹਦੀ ਸਰਪ੍ਰਸਤ ਬਣਾਇਆ ਗਿਆ ਤੇ ਲਾਲ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ 16 ਦਸੰਬਰ 1846 ਨੂੰ ਜਿਹੜੇ ਕਿ ਪੈਰੋਵਾਲ ਦੀ ਸੰਧੀ ਹੁੰਦੀ ਹੈ ਤੇ ਕਈ ਥਾਂ ਤਾਂ ਤੁਹਾਨੂੰ 26 ਦਸੰਬਰ ਨੂੰ ਮਿਲੂਗਾ ਇਹ ਕੌਂਸਲਰ ਅਫਰਜੈਂਸੀ ਰੱਖੀ ਗਈ ਤੇ ਇੱਕ ਸ਼ਾਮ ਸਿੰਘ ਅਟਾਰੀ ਵਾਲਾ ਤੇ ਪਹਿਲੇ ਅਗਲੇ ਸਿੱਖ ਯੁੱਧ ਜਿਹੜੇ ਪੰਜ ਲੜਾਈਆਂ ਹੁੰਦੀਆਂ ਨੇ ਇਹਨੂੰ ਤੁਸੀਂ ਜ਼ਰੂਰ ਇੱਕ ਵਾਰ ਰੀਡ ਕਰ ਲੈਣਾ ਲੜਾਈਆਂ ਨੂੰ ਕਿਉਂਕਿ ਲੜਾਈਆਂ ਕੇਵਲ ਕੁਐਸਚਨ ਚ ਪਾ ਦਿੰਦੇ ਹੁੰਦੇ ਨੇ ਸ਼ਾਮ ਸਿੰਘ ਅਟਾਰੀ ਵਾਲਾ ਸਿੱਖ ਪੰਦੇ ਨਖੇਲੇ ਜੋਧੇ ਤੇ ਅੰਮ੍ਰਿਤਸਰ ਦੇ ਅਟਾਰੀ ਪਿੰਡ ਦੇ ਰਹਿਣ ਵਾਲੇ ਸੀ ਤੇ ਇਹਨਾਂ ਦਾ ਪਿਤਾ ਸਰਦਾਰ ਨਿਹਾਲ ਸਿੰਘ ਮਰਨਜੀਤ ਸਿੰਘ ਦੇ ਵਿੱਚ ਨੌਕਰੀ ਕਰਦਾ ਸੀ ਤੇ 18 ਵਰ੍ਹਿਆਂ ਦੀ ਉਮਰ ਦੇ ਸ਼ਾਮ ਸਿੰਘ ਅਟਾਰੀ ਵਾਲਾ ਮਰਨਜੀਤ ਸਿੰਘ ਦੇ ਸਾਮਣ ਵਿੱਚ ਭਰਤੀ ਹੁੰਦਾ ਤੇ ਮਰਨਜੀਤ ਸਿੰਘ ਦੀ ਅਨੇਕਾਂ ਮਹਿੰਮਤ ਵਿੱਚ ਹਿੱਸਾ ਲਿਆ ਤੇ ਮਰਨਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੀ ਬਦਅਮਨੀ ਫੈਲੀ ਚਾਲਾਂ ਕਰ ਰਹੇ ਸੀ ਤਾਂ ਸ਼ਾਮ ਸਿੰਘ ਟਾਰੀਵਾਲੇ ਨੂੰ ਬਹੁਤ ਦੁੱਖ ਹੁੰਦਾ ਤੇ ਪੰਜਾਬ ਦੀ ਆਜ਼ਾਦੀ ਨੂੰ ਆਜ਼ਾਦੀ ਨੂੰ ਕਾਇਮ ਰੱਖਣਾ ਚਾਹੁੰਦੇ ਸੀ ਤੇ 10 ਫਰਵਰੀ 1846 ਸੀ ਜਿਹੜੀ ਸਭਰਾਉ ਦੀ ਲੜਾਈ ਹੁੰਦੀ ਆ ਪਹਿਲੇ ਅਗਲੂ ਸਿੱਖੋ ਜੁੱਧ ਦੀ ਅੰਤਿਮ ਲੜਾਈ ਇਸ ਲੜਾਈ ਦੇ ਵਿੱਚ ਜਿਹੜੇ ਕਿ ਸ਼ਾਮ ਸਿੰਘ ਟਾਰੀਵਾਲੇ ਨੇ ਹਿੱਸਾ ਲਿਆ ਲਾਲ ਸਿੰਘ ਤੇਜਾ ਸਿੰਘ ਜਿਹੜੇ ਕਿ ਸੈਨਾ ਦੀ ਅਗਵਾਈ ਕਰ ਰਹੇ ਸੀ ਅੰਗਰੇਜ਼ਾਂ ਨਾਲ ਮਿਲ ਜਾਂਦੇ ਨੇ ਤੇ ਅਚਾਨਕ ਮੈਦਾਨ ਦੇ ਵਿੱਚੋਂ ਉਹ ਤੋਂ ਦੌੜ ਜਾਂਦੇ ਨੇ ਤੇ ਇਹਦੇ ਨਾਲ ਫੌਜ ਖਬਰਾ ਜਾਂਦੀ ਆ ਤੇ ਜਿਸ ਕਰਕੇ ਜਿਹੜੇ ਕਿ ਸਿੱਖ ਜਿੱਤਦੇ ਹੋਏ ਵੀ ਹਾਰ ਜਾਂਦੇ ਨੇ ਤਾਂ ਅਸ਼ਾਮ ਸਿੰਘ ਘਟਾਰੀ ਵਾਲਾ ਅੱਗੇ ਵਧਦੇ ਨੇ ਤੇ ਜਿੱਤੋ ਜਾਂ ਸ਼ਹੀਦ ਹੋ ਉਹਦਾ ਨਾਰਾ ਲਗਾਉਂਦੇ ਨੇ ਪਰੰਤੂ ਇਸ ਲੜਾਈ ਦੇ ਵਿੱਚ ਜਿਹੜੇ ਕਿ ਆਪਣਾ ਸ਼ਹਾਦਤ ਪ੍ਰਾਪਤ ਕਰ ਲੈਂਦੇ ਨੇ। ਇਸ ਲੜਾਈ ਦੇ ਵਿੱਚ ਸਿੱਖ ਕਿਉਂ ਹਾਰ ਦੇਣਗੇ ਕਾਰਨ ਸੀ? ਇਹ ਵੀ ਪੜ ਲੈਣਾ ਇੱਕ ਵਾਰ। ਸਭਰਾਉ ਦੀ ਲੜਾਈ ਮੈਂ ਤਾਂ ਹੁਣ ਲੜਾਈਆਂ ਪੰਜੇ ਕਰੀਂਗੀ ਪੰਜੇ ਇੱਕ ਵਾਰ ਜ਼ਰੂਰ ਰੀਡ ਕਰਨੇ ਨੇ ਕਿਉਂਕਿ ਕਿਸੇ ਨੂੰ ਵੀ ਕੁਐਸਚਨ ਪੁੱਛਿਆ ਜਾਂਦਾ ਹੁੰਦਾ। ਦੂਜਾ ਅਗਲੋ ਸਿੱਖ ਜੁੱਧ ਦੂਜਾ ਅਗਲੋ ਸਿੱਖ ਜੁੱਧ ਦਾ ਕਾਰਨ ਕੀ ਪਹਿਲੇ ਅਗਲੋ ਜਿਹੜੇ ਸਿੱਖਾਂ ਦੀ ਹਾਰ ਦਾ ਬਦਲਾ ਲੈਣ ਦੀ ਇੱਛਾ ਸੀ ਜਿਹ ਪਹਿਲੇ ਚ ਹਾਰ ਗਏ। ਤੇ ਸਿੱਖ ਲੋਹੋਰ ਤੇ ਪੈਰੋਵਾਲ ਦੀ ਜਿਹੜੀ ਸੰਧੀ ਹੋਈਆਂ ਸੀ ਉਹ ਤੋਂ ਸੰਤੁਸ਼ਟ ਸੀ ਸਿੱਖ ਸੈਨਿਕ ਵਿਚਾਲ ਸੰਦੋਸ਼ ਪਹਿਲਾਂ ਹੋਇਆ ਸੀ ਮਹਾਰਾਣੀ ਜਿੰਦਰਾ ਨਾਲ ਮਾੜਾ ਸਲੂਕ ਸੀ ਤੇ ਦੀਵਾਨ ਮੂਲਰਾਜ ਦਾ ਵਿਦਰੋਹ ਦੀਵਾਨ ਮੂਲਰਾਜ ਦਾ ਵਿਦਰੋਹ ਇੱਕ ਵਾਰ ਰੀਡ ਕਰ ਲੈਣਾ ਦੂਸਰਾ ਅਗਲੋ ਜੁੱਧ ਦੇ ਪ੍ਰਭਾਵ ਮਤਲਬ ਕਿ ਪਹਿਲੇ ਅਗਲੋ ਸਿੱਖ ਜੁੱਧੇ ਕਾਰਨ ਦੂਜੇ ਦੇ ਕਾਰਨ ਪਹਿਲੇ ਦੇ ਪ੍ਰਭਾਵ ਦੂਜੇ ਦੇ ਪ੍ਰਭਾਵ ਤੇ ਪੈਰੋਵਾਲ ਦੀ ਸੰਧੀ ਤੇ ਇਹਨਾਂ ਲੜਾਈਆਂ ਇੱਕ ਵਾਰ ਜ਼ਰੂਰ ਰੀਡ ਕਰਨੀਆਂ ਨੇ ਮਹਾਰਾਜਾ ਸਿੰਘ ਦੇ ਸਾਮਰਾਜ ਦਾ ਅੰਤ ਹੋ ਗਿਆ ਸਿੱਖ ਫੌਜ ਨੂੰ ਤੋੜ ਦਿੱਤਾ ਗਿਆ ਦੀਵਾਨ ਮੂਲਰਾਜ ਦੇ ਮਹਾਰਾਜੇ ਨੂੰ ਦੇਸ਼ਨ ਕਾਲਾ ਦਿੱਤਾ ਗਿਆ ਤੇ ਪ੍ਰਭਾਵ ਸਿੱਟੇਨ ਤੀਜੇ ਕੋਲ ਹੋ ਗਈ ਤੇ ਚਾਤਰ ਸਿੰਘ ਤੇ ਸ਼ੇਰ ਸਿੰਘ ਨੂੰ ਸਜਰ ਦਿੱਤੀ ਗਈ ਪੰਜਾਬ ਲਈ ਨਵਾਂ ਰਾਜਬੰਦ ਕਾਇਮ ਕੀਤਾ ਗਿਆ ਤੇ ਕੀ ਲਾਰਡ ਲਾਜੀ ਦੁਆਰਾ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਚ ਮਲਾਉਣਾ ਉਚਿਤ ਸੀ ਆਪਣੇ ਪੱਖ ਵਿੱਚ ਦਿਲ ਲੈਣੇ ਸਿੱਖਾਂ ਨੂੰ ਬਗਾਵਤ ਲਈ ਭੜਕਾਇਆ ਗਿਆ ਬਗਾਵਤ ਨੂੰ ਸਮੇਂ ਸਿਰ ਨਾਂ ਦਵਾਇਆ ਗਿਆ ਅੰਗਰੇਜ਼ਾਂ ਨੇ ਸੰਧੀ ਦੇ ਸ਼ਰਤਾਂ ਨੂੰ ਪੂਰਾ ਨਹੀਂ ਕੀਤਾ ਤੇ ਲਾਹੌਰ ਦਵਾਨ ਨੇ ਸੰਧੀ ਦੇ ਸ਼ਰਤਾਂ ਨੂੰ ਪੂਰਾ ਕਰਨ ਦੇ ਵਿੱਚ ਪੂਰਨ ਸਹਿਯੋਗ ਦਿੱਤਾ ਪੱਖ ਤੇ ਵਿਰੋਧ ਵਾਲੇ ਦਲੀਨਾ ਇੱਕ ਵਾਰ ਪੜ ਲੈਣੀ ਨੇ ਸਾਰੀਆਂ ਮਹਾਰਾਜਾ ਦਲੀਪ ਸਿੰਘ ਮਹਾਰਾਜਾ ਦਲੀਪ ਸਿੰਘ ਮਹਾਰਾਣ ਜੀ ਸਿੰਘ ਦਾ ਸਭ ਤੋਂ ਛੋਟਾ ਪੁੱਤਰ ਸੀ ਤੇ 15 ਸਤੰਬਰ 1847 ਨੂੰ ਮਹਾਰਾਜਾ ਬਣਦਾ ਪੰਜਾਬ ਦਾ ਤੇ ਉਮਰ 5 ਸਾਲ ਦੀ ਸੀ ਇਸ ਲਈ ਮਹਾਰਾਣ ਜਿੰਦਰ ਉਹਦਾ ਸਰਪ੍ਰਸਤ ਬਣਾਇਆ ਗਿਆ ਤੇ ਮਹਾਰਾਜਾ ਦਲੀਪ ਸਿੰਘ ਦੇ ਪ੍ਰਸ਼ਾਸਨ ਚਲਾਉਣ ਲਈ ਹੀਰਾ ਸਿੰਘ ਨੂੰ ਨਵਾਂ ਪ੍ਰਧਾਨ ਮੰਤਰੀ ਨੁਕਤ ਕੀਤਾ ਗਿਆ ਭਾਵੇਂ ਉਹ ਬਹੁਤ ਸਿਆਣਾ ਸੀ ਪਰ ਉਸ ਨੇ ਪੰਡਤ ਜਲਾ ਨੂੰ ਮਸ਼ੀਰ ਇਹ ਖਾਸ ਦੇ ਅਹੁਦੇ ਤੇ ਨੁਕਤ ਕਰਕੇ ਬਹੁਤ ਸਾਰੇ ਰਾਦਰਵਾਰੀ ਨੂੰ ਨਰਾਜ਼ ਕਰਤਾ 1844 ਵਿੱਚ ਹੀਰਾ ਸਿੰਘ ਦੇ ਕਤਲ ਤੋਂ ਬਾਅਦ ਜਵਾਹਰ ਸਿੰਘ ਨਵੇਂ ਪ੍ਰਧਾਨ ਮੰਤਰੀ ਬਣਿਆ ਪਰ ਉਹ ਬੜਾ ਜਿਹੜੇ ਕਿ ਹੱਟੀ ਤੇ ਅਜੋਗ ਸੀ ਤਾਂ ਸਤੰਬਰ 1845 ਵਿੱਚ ਉਹਨੂੰ ਕਮਰ ਪਿਸ਼ੋਰਾ ਸਿੰਘ ਦੇ ਕਤਲ ਦਾ ਕਾਰਨ ਸੈਨਿਕਾਂ ਨੇ ਸਜ਼ਾ ਦਿੱਤੀ ਗਈ ਤੇ ਬਾਅਦ ਲਾਲ ਸਿੰਘ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਨਿਯੁਕਤ ਕੀਤਾ ਗਿਆ ਉਹ ਵੀ ਅੰਗਰੇਜ਼ਾਂ ਨਾਲ ਮਿਲਿਆ ਹੋਇਆ ਸੀ ਸਿੱਟੇ ਵੱਜੋ ਪਹਿਲੇ ਤੇ ਦੂਜੇ ਅਗਲੂ ਸਿੱਖ ਜਦੋਂ ਸਿੱਖਾਂ ਦੀ ਹਾਰ ਨੂੰ ਸਿੱਖਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਤੇ ਅੰਗਰੇਜ਼ਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਗद्दी ਤੋਂ ਉਤਾਰ ਦਿੱਤਾ 29 ਮਾਰਚ 1849 ਨੂੰ ਅੰਗਰੇਜ਼ੀ ਸਾਮਰਾਜ ਦੇ ਵਿੱਚ ਪੰਜਾਬ ਨੂੰ ਸ਼ਾਮਲ ਕਰ ਲਿਆ ਗਿਆ ਤੇ ਬਾਈਕ ਤੋਂ ਬਾ 1893 ਈਸਵੀ ਵਿੱਚ ਮਹਾਰਾਜਾ ਦਲੀਪ ਸਿੰਘ ਦੀ ਪੈरिस ਦੇ ਵਿੱਚ ਮੌਤ ਹੋ ਜਾਂਦੀ ਹੈ ਪੈरिस 'ਚ ਤੇ ਮਹਾਰਾਣੀ ਜਿੰਦਾ ਮਹਾਰਾਣੀ ਜਿੰਦਾ ਮਹਾਰਾਜਾ ਦਲੀਪ ਸਿੰਘ ਦੀ ਮਾਂ ਤੇ ਮਹਾਰਾਜ ਜੀ ਸਿੰਘ ਦੀ ਰਾਣੀ ਸੀ 15 ਸਤੰਬਰ 1843 ਈਸਵੀ ਨੂੰ ਮਹਾਰਾਜਾ ਦਲੀਪ ਸਿੰਘ ਨੂੰ ਜਦੋਂ ਪੰਜਾਬ ਦਾ ਮਹਾਰਾਜਾ ਬਣਾਇਆ ਜਾਂਦਾ ਤਾਂ ਮਹਾਰਾਣੀ ਜਿੰਦਾ ਨੂੰ ਦਾ ਸਰਪ੍ਰਸਤ ਬਣਾਇਆ ਜਾਂਦਾ ਕਿਉਂਕਿ ਮਹਾਰਾਣੀ ਜਿੰਦਾ ਪੰਜਾਬ ਰਾਜ ਨੂੰ ਆਜ਼ਾਦ ਕਰਵਾਉਣਾ ਚਾਹੁੰਦੀ ਸੀ ਇਸ ਲਈ ਅੰਗਰੇਜ਼ਾਂ ਦੀ ਅੱਖਾਂ ਵਿੱਚ ਰੜਕਦੀ ਸੀ ਅੰਗਰੇਜ਼ਾਂ ਨੇ ਦਸੰਬਰ 1846 ਨੂੰ ਲਾਹੌਰ ਦਰਬਾਰ ਦੇ ਨਾਲ ਪੈਰੋਵਾਲ ਦੀ ਜਿਹੜੀ ਸੰਧੀ ਸੀ ਉਹਦੇ ਨਾਲ ਮਹਾਰਾਣੀ ਜਿੰਦਾ ਨੇ ਸਾਰੀਆਂ ਸ਼ਕਤੀਆਂ ਨੂੰ ਖੋਲਿਆ ਤੇ ਉਹਦੀ 1.5 ਲੱਖ ਰੁਪਏ ਸਲਾਨਾ ਪੈਨਸ਼ਨ ਨਿਯੁਕਤ ਕਰਦੀ ਤੋਂ ਅਗਸਤ 1847 ਈਸਵੀ ਚ ਅੰਗਰੇਜ਼ਾਂ ਨੇ ਰਾਣੀ ਨੂੰ ਸੇਖੋਪੁਰਾ ਦੇ ਕਿਲੇ ਵਿੱਚ ਨਜ਼ਰਬੰਦ ਕਰਤਾ ਤੇ ਮਈ 1848 ਈਸਵੀ ਚ ਮਹਾਰਾਣੀ ਨੂੰ ਦੇਸ਼ਨਕਾਲਾ ਦੇ ਕੇ ਬਨਾਰਸ ਤੇ ਭੇਜ ਦਿੱਤਾ ਗਿਆ ਜੇਲ੍ਹ ਦੇ ਵਿੱਚ ਮਹਾਰਾਣੀ ਜਿੰਦਾ ਨਾਲ ਮਾੜਾ ਸਲੋ ਕੀਤਾ ਗਿਆ ਅਪ੍ਰੈਲ 1849 ਈਸਵੀ ਨੂੰ ਮਹਾਰਾਣੀ ਜਿੰਦਾ ਨੂੰ ਭੇਸ ਬਦਲ ਕੇ ਨੇਪਾਲ ਪਹੁੰਚਣ ਦੇ ਵਿੱਚ ਸਫਲ ਹੋ ਗਈ ਤੇ 1861 ਈਸਵੀ ਚ ਮਹਾਰਾਜਾ ਦਲੀਪ ਸਿੰਘ ਨੇ ਜਦੋਂ ਇੰਗਲੈਂਡ ਤੋਂ ਆਪਤਾ ਇਹ ਤਾਂ ਮਹਾਰਾਣੀ ਜਿੰਦਾ ਨੂੰ ਉਹਨਾਂ ਨੂੰ ਮਿਲ ਲੈ ਨੇਪਾਲ ਤੋਂ ਨੇਪਾਲ ਤੋਂ ਆਈ ਤੇ ਮਹਾਰਾਜਾ ਦਲੀਪ ਸਿੰਘ ਨੇ ਆਪਣੀ ਮਾਂ ਨੂੰ ਆਪਣੇ ਨਾਲ ਇੰਗਲੈਂਡ ਲੈ ਗਏ ਤੇ ਇੱਥੇ ਦੋਹਾਂ ਨੇ ਇਕੱ ਨਾਰ ਅੰਗਰੇਜ਼ਾਂ ਨੇ ਇਕੱਠੇ ਨਾਰਾ ਨਹੀਂ ਦਿੱਤਾ 1 ਅਗਸਤ 1863 ਈਸਵੀ ਨੂੰ ਸੰਸਾਰ ਤੋਂ ਚਲੇ ਗਏ। ਦੇਖੋ ਇਹ ਇਹ ਪਹਿਲੇ ਅਗਲੂ ਸਿੱਖ ਜੁੱਧ ਪਹਿਲੇ ਅਗਲੂ ਸਿੱਖ ਜੁੱਧ ਵਿੱਚ ਮਹਾਰ ਗਵਰਨਰ ਜਨਰਲ ਕੌਣ ਸੀ ਭਾਰਤ ਦਾ ਲਾਰਡ ਹਾਰਡਿੰਗ ਲਾਰਡ ਹਾਰਡਿੰਗ ਤੇ ਮਹਾਰਾਣੀ ਜੀ ਸਿੰਘ ਸੀ ਉਸ ਸਮੇਂ ਉਹਨਾਂ ਦਾ ਪੁੱਤਰ ਮਹਾਰਾ ਦੇਵ ਸਿੰਘ ਪੰਜਾਬ ਦਾ ਹਾਕਮ ਸੀ ਜਿਹੜਾ ਨਵਾਲਕ ਸੀ ਤੇ ਮਹਾਰਾਣੀ ਜਿੰਦਾ ਸਰਪ੍ਰਸਤ ਸੀ। ਮੁਰਗੀ ਲੜਾਈ ਫਿਰੋਜ਼ ਸ਼ਾਹ ਫਿਰ ਉਹ ਸ਼ਹਿਰ ਦੀ ਲੜਾਈ ਇਹਨਾਂ ਨੂੰ ਰੀਡ ਕਰ ਲੈਣਾ ਇੱਕ ਵਾਰ ਵਿਧੋਵਾਲ ਦੀ ਲੜਾਈ ਅਲੀਵਾਲ ਦੀ ਲੜਾਈ ਉਸ ਭਰਾਓ ਦੀ ਲੜਾਈ ਤੇ ਦੂਜਾ ਇਕਲੋਸੀ ਕਜੂ ਦੇ ਵਿੱਚ ਮਹਾਰਾ ਦਲੀਪ ਸਿੰਘ ਤੇ ਇਸ ਤੋਂ ਇਲਾਵਾ ਉਹਨਾਂ ਦੀ ਸਹਾਇਤਾ ਲਈ ਅੱਠ ਮੈਂਬਰੀ ਕੌਂਸਲਰ ਪ੍ਰਜੈਂਸੀ ਸੀ ਰੱਖੀ ਗਈ ਤੇ ਇਹਦੇ ਵਿੱਚ ਰਾਮਨਗਰ ਦੀ ਲੜਾਈ ਪਹਿਲੀ ਆ ਚੇਲਿਆਂ ਵਾਲਾ ਅੰਗਰੇਜ਼ਾਂ ਦਾ ਮਲਤਾਨ ਤੇ ਕਬਜ਼ਾ ਗੁਜਰਾਤ ਜਾਂ ਤੋਪਾਂ ਦੀ ਲੜਾਈ ਵੀ ਕਹਿੰਦੇ ਨੇ ਜਿਹਨੂੰ ਥੈਂਕਸ